ਹੈਲੋ ਆਦab ਨਮਸਕਾਰ ਸਸ਼ੀਕਾਲ ਗੁੱਡ ਇਵਨਿੰਗ ਜੀ ਸਵਾਗਤ ਹੈ ਤੁਹਾਡਾ ਸਭ ਦਾ ਪੰਜਾਬ ਅਡਾ 247 ਦੇ ਇਸ YouTube ਪਲੇਟਫਾਰਮ ਤੇ ਉਮੀਦ ਕਰਦਾ ਆਸ਼ਾ ਕਰਦਾ ਸਾਰੇ ਠੀਕ ਹੋਵਗੇ ਵਧੀਆ ਹੋਵਗੇ ਘੈਂਟ ਹੋਵਗੇ ਜਮ ਜਮਾ ਜਮ ਹੋਵਗੇ ਮਸਤ ਹੋਵਗੇ ਸ਼ਾਮ ਦੇ ਵੱਜ ਚੁੱਕੇ ਆ ਜੀ 5 ਤੇ 5 ਵਜੇ ਮੈਂ ਮਨੋਜ ਰਾਜਪੂਤ ਤੁਹਾਡਾ ਸਭ ਦਾ ਸਵਾਗਤ ਕਰਦਾ ਜੀ ਤੁਹਾਡੀ ਆਪਣੀ ਮਨਪਸੰਦ ਕਲਾਸ ਮੇਰੀ ਫੇਵਰਿਟ ਕਲਾਸ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਇਹ ਕਲਾਸ ਉਹ ਕਲਾਸ ਹੈ ਜੀ ਜਿਹੜੇ ਪੰਜਾਬ ਪੁਲਿਸ ਦੇ ਪੇਪਰ ਦੀ ਤਿਆਰੀ ਕਰਦੇ ਆ ਪਟਵਾਰੀ ਦੀ ਤਿਆਰੀ ਕਰਦੇ ਆ ਵੀਡੀਓ ਦੀ ਤਿਆਰੀ ਕਰਦੇ ਆ ਐਕਸਰਸਾਈਜ਼ ਦੀ ਤਿਆਰੀ ਕਰਦੇ ਆ ਕਿਸੇ ਵੀ ਪੇਪਰ ਦੀ ਤਿਆਰੀ ਕਰਦੇ ਆ ਜਿੰਨੇ ਵੀ ਬੱਚੇ ਜਿਹੜੇ ਵੀ ਪੇਪਰ ਦੇ ਜੀਕੇ ਜੀਐਸ ਦੇ ਕੁਐਸਚਨ ਆਉਣੇ ਨੇ ਉਹਨਾਂ ਸਾਰੇ ਪੇਪਰਾਂ ਦੀ ਹੈਲਪ ਵਾਸਤੇ ਇਹ ਕਲਾਸ ਸਪੈਸ਼ਲ ਆਪਾਂ ਚਲਾਈ ਹੈ ਜੀ ਲਗਾਤਾਰ 50 ਦਿਨ ਹੋ ਗਏ ਸੀ ਕਲਾਸ ਚੱਲਦੀ ਨੂੰ ਅੱਜ 50 ਨੰਬਰ ਕਲਾਸ ਲੈ ਕੇ ਹਾਜ਼ਰ ਹੋਇਆ ਅੱਜ ਥੰਬਨੇਲ ਵੀ ਸਪੈਸ਼ਲ ਹੈ ਅੱਜ ਕਲਾਸ ਵੀ ਸਪੈਸ਼ਲ ਹੈ ਅੱਜ ਦੀ ਕਲਾਸ ਦੇ ਵਿੱਚ ਕੀ ਖਾਸ ਹੋਏਗਾ ਹੁਣ ਤੱਕ 50 ਕਲਾਸਾਂ ਲੱਗ ਚੁੱਕੀਆਂ ਨੇ ਅੱਜ ਇਹ ਆਖਰੀ ਕਲਾਸ ਆ ਕੱਲ ਨੂੰ ਵੀ ਸੇਮ ਟਾਈਮ ਤੇ 5 ਵਜੇ ਕਲਾਸ ਹੋਏਗੀ ਪਰ ਸੀਰੀਜ਼ ਵੀ ਨਵੀਂ ਹੋਏਗੀ ਕੱਲ ਕੁਐਸਚਨ ਵੀ ਨਵੇਂ ਹੋਣਗੇ ਸੀਰੀਜ਼ ਵੀ ਨਵੀਂ ਹੋਏਗੀ ਕੁਐਸਚਨ ਵੀ ਨਵੇਂ ਹੋਣਗੇ ਕੱਲ ਦੀ ਕਲਾਸ ਤੋਂ ਸ਼ੁਰੂਆਤ ਕਰਾਂਗੇ ਪਰ ਅੱਜ ਦੀ ਕਲਾਸ ਬਹੁਤ ਇੰਪੋਰਟੈਂਟ ਹੈ ਜੀਨੇ ਪਹਿਲਾਂ 49 50 ਕਲਾਸਾਂ ਵੇਖੀਆਂ ਅੱਜ ਉਹਨਾਂ ਦੀ ਬੁੱਧੀ ਦਾ ਉਹਨਾਂ ਦੇ ਦਿਮਾਗ ਦਾ ਟੈਸਟ ਹੋਣ ਜਾ ਰਿਹਾ ਹੈ ਕਾਰਨ ਜਿੰਨੀਆਂ ਵੀ 50 ਕਲਾਸਾਂ ਹੋਈਆਂ ਨੇ ਹਰ ਇੱਕ ਕਲਾਸ ਦੇ ਵਿੱਚੋਂ ਮੈਂ ਕੋਸ਼ਿਸ਼ ਕੀਤੀ ਆ ਵੀ ਇੱਕ ਇੱਕ ਕੁਐਸਚਨ ਲੈ ਕੇ ਆਵਾਂ 50 ਕਲਾਸਾਂ ਦੇ ਵਿੱਚੋਂ 50 ਕੁਐਸਚਨ ਅਪਾਜ ਦੀ ਕਲਾਸ ਦੇ ਵਿੱਚ ਕਰਾਂਗੇ ਡਿਸਕਸ 50 ਕਲਾਸ 50 ਕੁਐਸਚਨ ਸਾਰੇ ਜਣੇ ਜੇ ਰੈਡੀ ਹੋ ਇੱਕ ਵਾਰੀ ਲਿਖ ਲਿਖ ਦਿਓ ਜੀ ਜਲਦੀ ਨਾਲ ਰੈਡੀ ਸਟਡੀ ਗੋ ਅੱਜ ਦੀ ਕਲਾਸ ਤਮਾਕੇਦਾਰ ਰਹਿਣ ਵਾਲੀ ਹੈ ਜੀ ਅੱਜ ਦੀ ਕਲਾਸ ਜਾਨਦਾਰ ਰਹਿਣ ਵਾਲੀ ਹੈ ਇੱਕ ਵਾਰੀ ਸਾਰੇ ਜਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਪੰਜਾਬ ਅੱਡਾ 247 ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜਿਹੜੇ ਪਹਿਲੀ ਵਾਰੀ ਚੈਨਲ ਤੇ ਵਿਜ਼ਿਟ ਕਰ ਰਹੇ ਆ ਉਹ ਇੱਕ ਵਾਰੀ ਜਰੂਰ ਸਬਸਕ੍ਰਾਈਬ ਕਰ ਲਓ ਜੀ ਇਹ ਕਲਾਸ 50 ਦਿਨ ਤੋਂ ਚੱਲ ਰਹੀ ਸੀ ਅਨਲਿਮਿਟਿਡ ਪਿਆਰ ਬਖਸ਼ਿਆ ਸਾਰੇ ਸਟੂਡੈਂਟ ਨੇ ਬਹੁਤ ਜ਼ਿਆਦਾ ਪਿਆਰ ਉਹਨਾਂ ਦੇ ਵਿੱਚੋਂ ਕੁਝ ਕਮੈਂਟ ਆਏ ਜਿਹੜੇ ਮੇਰੇ ਬਿਲਕੁਲ ਦਿਲ ਦੇ ਕਰੀਬ ਸੀ ਜਿਵੇਂ ਕਿ ਆ ਬੱਚਾ ਨੇਹਾ ਸ਼ਰਮਾ ਸਟਰਗਲ ਲਾਈਫ ਸਿੱਧੂ ਗੁਰਪ੍ਰੀਤ ਗ ਸਿਮਰਨ ਅਨੂਪ੍ਰੀਤ ਭੁਪਿੰਦਰ ਅਮਿਤ ਕੁਮਾਰ ਹਰਪ੍ਰੀਤ ਸਿੰਘ ਬਹੁਤ ਸਾਰੇ ਕਮੈਂਟਸ ਜਿਹੜੇ ਸੀਰਤ ਗੁਰਪ੍ਰੀਤ ਗੋਰੀ ਹੰਟਰ ਸਿੱਧੂ ਕਿਰਨ ਵਰਮਾ ਰੇਨੂ ਅਕੀਦਤ ਸੰਧੂ ਮਨਪ੍ਰੀਤ ਪਰਮਜੀਤ ਪਰਮਿੰਦਰ ਮਨਜਿੰਦਰ ਬਹੁਤ ਸਾਰੇ ਇਹੋ ਜਿਹੇ ਬੱਚੇ ਜਿਹੜਾ ਨੇ ਬਹੁਤ ਅੱਛੇ ਅੱਛੇ ਕਮੈਂਟ ਕੀਤੇ ਉਹ ਸਾਰੇ ਕਮੈਂਟ ਮੈਂ ਕੱਲੇ ਕੱਲੇ ਰੀਡ ਕਰਦਾ ਜਿਨੇ ਵੀ ਤੁਸੀਂ ਕਲਾਸ ਤੋਂ ਬਾਅਦ ਕਮੈਂਟ ਕਰਦੇ ਹੋ ਮੈਂ ਕੱਲੇ ਕੱਲੇ ਕਮੈਂਟ ਨੂੰ ਜ਼ਰੂਰ ਧਿਆਨ ਨਾਲ ਵੇਖਦਾ ਜੀ ਅੱਜ ਦੀ ਕਲਾਸ ਦੀ ਕਰਦੇ ਆ ਸ਼ੁਰੂਆਤ ਇੱਕ ਵਾਰੀ ਤੁਹਾਡੇ ਵਾਸਤੇ ਚੰਨ ਲਾਈਨਾਂ ਲਾਈਨਾਂ ਬੜੀਆਂ ਕੈਂਟ ਨੇ ਕਹਿੰਦੇ ਵਕਤ ਸੇ ਲੜਕਰ ਜੋ ਨਸੀਬ ਬਦਲਦੇ ਵਕਤ ਸੇ ਲੜਕਰ ਜੋ ਨਸੀਬ ਬਦਲਦੇ ਇਨਸਾਨ ਵਹੀ ਜੋ ਆਪਣੀ ਤਕਦੀਰ ਬਦਲਦੇ ਕੱਲ੍ਹ ਕੀਆ ਹੋਗਾ ਕਭੀ ਮਤ ਸੋਚੋ ਕੱਲ ਕੀ ਹੋਗਾ ਕبھی ਮਤ ਸੋਚੋ ਕੀ ਪਤਾ ਵਕਤ ਖੁਦ ਆਪਣੀ ਤਸਵੀਰ ਬਦਲ ਦੇ ਕੀ ਪਤਾ ਕੱਲ ਵਕਤ ਖੁਦ ਆਪਣੀ ਤਸਵੀਰ ਬਦਲ ਦੇ ਸਾਰਿਆਂ ਦਾ ਸਵਾਗਤ ਹੈ ਜੀ ਕਲਾਸ ਦੇ ਵਿੱਚ ਵਕਤ ਦੀ ਤਸਵੀਰ ਬਦਲਣ ਦੇ ਲਈ ਅੱਜ ਦੀ ਕਲਾਸ ਦਾ ਤੁਹਾਡਾ ਬਹੁਤ ਤਗੜਾ ਰਿਆਜ ਕਰਾਉਣ ਜਾ ਰਹੇ ਹਾਂ 50 ਕਲਾਸਾਂ ਜਿੰਨੀਆਂ ਪਿੱਛੇ ਲੱਗੀਆਂ ਪਲੇਲਿਸਟ ਪਈਆ ਵੇਖ ਸਕਦੇ ਹੋ ਜਿਹਨੇ ਨਹੀਂ ਵੇਖੀਆਂ 50 ਕਲਾਸਾਂ ਦੇ 50 ਕੁਐਸਚਨ ਅੱਜ ਦੀ ਕਲਾਸ ਦੇ ਵਿੱਚ ਕਰਾਂਗੇ ਅੱਜ ਮੈਂ ਘੱਟ ਕਰਾਉਂਗਾ ਤੇ ਤੁਸੀਂ ਜ਼ਿਆਦਾ ਆਨਸਰ ਦਿਓਗੇ ਇੱਕ ਪੇਜ ਇੱਕ ਕਾਪੀ ਇੱਕ ਪੈਨ ਚੱਕ ਲਓ ਨੋਟ ਕਰ ਲਓ 50 ਤਾਂ ਗਿਣਤੀ ਕਰ ਲਿਓ 50 ਚੋਂ ਕਿੰਨੇ ਸਹੀ ਹੁੰਦੇ ਆ ਕਮੈਂਟ ਬਾਕਸ ਚ ਆਨਸਰ ਕਰਾਂਗੇ ਅੱਜ ਆਪਾਂ ਪਹਿਲਾ ਸਵਾਲ ਧਮਾਕੇਦਾਰ ਤਰੀਕੇ ਨਾਲ ਜਾਨਦਾਰ ਤਰੀਕੇ ਨਾਲ ਤੁਹਾਡੇ ਸਾਰਿਆਂ ਦੇ ਸਾਹਮਣੇ ਆਉਣ ਜਾ ਰਿਹਾ ਰੈਡੀ ਸਟੱਡੀ ਤੇ ਗੋ ਰੈਡੀ ਸਟੱਡੀ ਗੋ ਪਹਿਲਾ ਕੁਐਸਚਨ ਮੈਂ ਕਹਿੰਦਾ ਸਾਰੇ ਕੁਐਸਚਨ ਉਹ ਨੇ ਜਿਹੜੇ 50 ਕਲਾਸਾਂ ਦੇ ਵਿੱਚ ਹੁਣ ਤੱਕ ਮੈਂ ਸਵਾਲ ਕਰਾ ਚੁੱਕਿਆ ਹਰ ਇੱਕ ਕਲਾਸ ਦੇ ਵਿੱਚੋਂ ਇੱਕ ਕੁਐਸਚਨ ਚੱਕਣ ਦੀ ਮੈਂ ਲੋੜ ਪਈ ਸੀ ਕਿ ਕੁਐਸਚਨ ਨੂੰ ਚੱਕਿਆ ਗਿਆ ਕੋਸ਼ਿਸ਼ ਕੀਤੀ ਆ 50 ਕਲਾਸਾਂ ਦੇ 50 ਕੁਐਸਚਨਾਂ ਦੇ ਵਿੱਚੋਂ ਕਿੰਨੇ ਤੁਹਾਡੇ ਠੀਕ ਹੁੰਦੇ ਆ ਇਹ ਤੁਸੀਂ ਚੈੱਕ ਕਰਨਾ ਜੀ ਲਓ ਜਲਦੀ ਨਾਲ ਇਸ ਕੁਐਸਚਨ ਦਾ ਦੇ ਦਿਓ ਅੰਤਰ ਆ ਉੱਤਰ ਦੇ ਦਿਓ ਜਲਦੀ ਨਾਲ ਮਹਾਤਮਾ ਗਾਂਧੀ ਦੁਆਰਾ ਦੱਖਣੀ ਅਫਰੀਕਾ ਵਿੱਚ ਆਪਣੀ ਰਿਹੈਸ਼ ਦੇ ਦੌਰਾਨ ਪ੍ਰਕਾਸ਼ਿਤ ਕੀਤੇ ਗਏ ਅਖਬਾਰਾਂ ਵਿੱਚੋਂ ਇੱਕ ਦਾ ਨਾਮ ਕੀ ਸੀ ਮਹਾਤਮਾ ਗਾਂਧੀ ਜੀ ਨੇ ਇੱਕ ਅਖਬਾਰ ਦਾ ਨਾਮ ਹੈ ਜੀ ਜੋ ਪ੍ਰਕਾਸ਼ਿਤ ਕੀਤਾ ਗਿਆ ਸੀ ਮਤਲਬ ਇਹਨਾਂ ਨੇ ਐਡੀਟਿੰਗ ਕੀਤੀ ਸੀ ਇਸ ਅਖਬਾਰ ਦੇ ਸੰਪਾਦਕ ਦਾ ਕੰਮ ਕੀਤਾ ਸੀ ਦੋਸਤੋ ਉਸ ਅਖਬਾਰ ਦਾ ਉਤਰ ਕੀ ਆਊਗਾ ਜੀ ਨਾਮ ਕੀ ਆਊਗਾ ਵੈਰੀ ਗੁੱਡ ਮੈਂ ਕਹਿੰਨਾ ਪੇਜ ਦੇ ਉੱਤੇ ਨੋਟ ਕਰ ਲਓ 50 ਤਾਂ ਗਿਣਤੀ ਜੇ ਸਹੀ ਹੋ ਗਿਆ ਸਿੱਧਾ ਮਤਲਬ ਟਿੱਕ ਮਾਰ ਦਿਓ ਜੇ ਗਲਤ ਹੋ ਗਿਆ ਕਰਾਸ ਕਰ ਦਿਓ ਐਂਡ ਤੇ ਕਰਾਸ ਗਿਣ ਲਓ ਕਿੰਨੇ ਹੋਗੇ ਪਤਾ ਲੱਗ ਜੂ 50 ਚੋਂ ਕਿੰਨੇ ਸਹੀ ਹੋਣ ਜਾ ਰਹੇ ਆ ਲਓ ਜੀ ਇਸ ਕੁਐਸਚਨ ਦਾ ਉਤਰ ਇੰਡੀਅਨ opinion ਵੈਰੀ ਗੁੱਡ ਬਹੁਤ ਅੱਛੇ ਬੱਚਾ ਬਹੁਤ ਹੀ ਅੱਛੇ ਅੱਜ ਸਮਾਂ ਬਹੁਤ ਘੱਟ ਲਾਵਾਂਗੇ ਲਗਾਤਾਰ ਕੁਐਸਚਨਾਂ ਦੀ ਅੱਜ ਨਾਸਿਕ ਸ਼ਹਿਰ ਕਿਹੜੀ ਨਦੀ ਦੇ ਕੰਡੇ ਤੇ ਵਸਿਆ ਹੋਇਆ ਹੈ ਨਾਸਿਕ ਸ਼ਹਿਰ ਕਿਹੜੀ ਨਦੀ ਦੇ ਕੰਡੇ ਤੇ ਵਸਿਆ ਹੋਇਆ ਜੀ ਕ੍ਰਿਸ਼ਨਾ ਗੋਦਾਵਰੀ ਕਾਵੇਰੀ ਮੰਦੋਵਰੀ ਜੀ ਕਿਹੜੀ ਨਦੀ ਦੇ ਕਿਨਾਰੇ ਤੇ ਵਸਿਆ ਹੋਇਆ ਹੈ ਨਾਸਿਕ ਸ਼ਹਿਰ ਦੱਸੋ ਦੋਸਤੋ ਜਲਦੀ ਨਾਲ ਇਸ ਕੁਐਸਚਨ ਦਾ ਆਨਸਰ ਜਲਦੀ ਨਾਲ ਜਲਦੀ ਨਾਲ ਇਸ ਕੁਐਸਚਨ ਦਾ ਆਨਸਰ ਦੇ ਦਿਓ ਜੀ ਵੈਰੀ ਗੁੱਡ ਵੈਰੀ ਗੁੱਡ ਕਹਿੰਦੇ ਪਹਿਲਾਂ ਹੀ ਗਲਤ ਹੋ ਗਿਆ ਕੋਈ ਗੱਲ ਨਹੀਂ ਜੇ ਹੋ ਗਿਆ ਤਾਂ ਬਾਈਕ ਵਾਰੀ ਗਿਣਦੇ ਜਾਓ ਕਿੰਨੇ ਸਹੀ ਹੁੰਦੇ ਆ ਇਸ ਕੁਐਸਚਨ ਦਾ ਉੱਤਰ ਆਏਗਾ ਜੀ ਗੋਦਾਵਰੀ ਇਸ ਕੁਐਸਚਨ ਦਾ ਦੋਸਤੋ ਉੱਤਰ ਕੀ ਆਏਗਾ ਜੀ ਗੋਦਾਵਰੀ ਇਹ ਨਦੀਆਂ ਦੇ ਕਿਨਾਰੇ ਤੇ ਵੱਸਿਓ ਸ਼ਹਿਰ ਇੰਪੋਰਟੈਂਟ ਨੇ ਹਰੀਦਵਾਰ ਪੁੱਛਦਾ ਹੁੰਦਾ ਤੁਹਾਡੇ ਤੋਂ ਹਰੀਦਵਾਰ ਗੰਗਾ ਦੇ ਉੱਤੇ ਗੰਗਾ ਨਦੀ ਦੇ ਕਿਨਾਰੇ ਤੇ ਹਰੀਦਵਾਰ ਯਮੁਨਾ ਨਦੀ ਦੇ ਕਿਨਾਰੇ ਤੇ ਕਿਹੜੇ ਕਿਹੜੇ ਸ਼ਹਿਰ ਇੱਕ ਦਿੱਲੀ ਇੰਪੋਰਟੈਂਟ ਆ ਇੱਕ ਆਗਰਾ ਇੰਪੋਰਟੈਂਟ ਆ ਪੇਪਰ 'ਚ ਬਾਰ ਬਾਰ ਪੁੱਛੇ ਜਾਂਦੇ ਆ ਯਸਰ ਬੋਲ ਦਿਓ ਜੇ ਪੁੱਛੇ ਨਹੀਂ ਜਾਂਦੇ ਤਾਂ ਲਓ ਜੀ ਵੈਰੀ ਗੁੱਡ ਵੈਰੀ ਭਾਰਤ ਦੇ ਸੰਵਿਧਾਨ ਦੀ ਹੀਟ ਲਿਗੀਆਂ ਧਾਰਾਵਾਂ ਵਿੱਚੋਂ ਆਰਟੀਕਲਾਂ ਵਿੱਚੋਂ ਕਿਹੜੀਆਂ ਧਾਰਾਵਾਂ ਯੂਨੀਫਾਰਮ ਸਿਵਲ ਕੋਡ ਨਾਲ ਸੰਬੰਧਿਤ ਨੇ ਮੈਟ੍ਰਿਕ ਯਾਦ ਕਰਾਈ ਸੀ ट्रिक ਤੁਹਾਡੇ ਦਿਮਾਗ ਦੇ ਵਿੱਚ ਹੋਣੀ ਚਾਹੀਦੀ ਆ 유ਨੀਫਾਰਮ ਸਿਵਲ ਕੋਡ ਟ੍ਰਿਕ ਕੀ ਸੀ ਦੋ ਬੱਚੇ ਸਕੂਲ ਦੇ ਵਿੱਚ ਗਏ ਆ ਦੋ ਬੱਚੇ ਸਕੂਲ ਦੇ ਵਿੱਚ ਗਏ ਆ ਇਹਨਾਂ ਨੇ ਇੱਕੋ ਜਿਹੀ ਵਰਦੀ ਪਾਈ ਆ ਇਹਨਾਂ ਨੇ ਇੱਕੋ ਜਿਹੀ ਵਰਦੀ ਪਾਈ ਆ ਇਹਨਾਂ ਨੇ ਇੱਕੋ ਜਿਹੀ 유ਨੀਫਾਰਮ ਪਾਈ ਆ ਜਿਵੇਂ ਇਹਨਾਂ ਨੇ ਇੱਕੋ ਜਿਹੀ 유ਨੀਫਾਰਮ ਪਾਈ ਆ ਉਹਵੇਂ ਆ ਚੌਕੇ ਦੇ ਤੇ ਚੌਕੇ ਦੇ ਇੱਕੋ ਜਿਹੀ ਵਰਮ 유ਨੀਫਾਰਮ ਪਾਈ ਆ ਭਾਈ 유ਨੀਫਾਰਮ ਨਾਲ ਆ ਦੋ ਚੌਕੇ ਸੰਬੰਧਿਤ ਨੇ ਵੈਰੀ ਗੁੱਡ ਬਹੁਤ ਅੱਛੇ ਗ੍ਰੇਟ 44 ਨੰਬਰ ਆਰਟੀਕਲ ਬਿਲਕੁਲ ਸਹੀ ਉੱਤਰ ਹੋਏਗਾ ਜੀ 44 ਨੰਬਰ ਆਰਟੀਕਲ ਬਿਲਕੁਲ ਸਹੀ ਉੱਤਰ ਹੋਏਗਾ ਲਾਈਕ ਵਾਲਾ ਬਟਨ ਦਬਾ ਦਿਓ ਜਲਦੀ ਵੀਡੀਓ ਨੂੰ ਸ਼ੇਅਰ ਕਰਕੇ ਆਪਦੇ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਰਿਸ਼ਤੇਦਾਰਾਂ ਤੱਕ ਸਾਰੇ ਜਣੇ ਇਕਲਾਸ ਦੇ ਵਿੱਚ ਪਹੁੰਚ ਸਕਣ 50 ਮਿੰਟ 50 ਕੁਐਸਚਨ ਆਈ ਦੀ ਕਲਾਸ ਦੇ ਵਿੱਚ 50 ਮਿੰਟ 50 ਐਮਸੀਕਿਊਸ ਕਰਕੇ ਜਾਵਾਂਗੇ ਅਗਲਾ ਕੁਐਸਚਨ ਆ ਗਿਆ ਜੀ ਕਹਿੰਦੇ ਕੋਲਕੱਤਾ ਕਿਹੜੀ ਨਦੀ ਦੇ ਕਿਨਾਰੇ ਤੇ ਵਸਿਆ ਹੋਇਆ ਸ਼ਹਿਰ ਆ ਜੀ ਕੋਲਕੱਤਾ ਜੋ ਹੈ ਕਿਹੜੀ ਰਿਵਰ ਦੇ ਬੈਂਕ ਦੇ ਉੱਤੇ ਕਿਹੜੀ ਰਿਵਰ ਦੇ ਕਿਨਾਰੇ ਦੇ ਉੱਤੇ ਵਸਿਆ ਹੋਇਆ ਸ਼ਹਿਰ ਆ ਜੀ ਗੋਮਤੀ ਹੁਗਲੀ ਯਮੁਨਾ ਜਾਂ ਬ੍ਰਹਮਪutra ਕਿਹੜੀ ਨਦੀ ਦੇ ਕਿਨਾਰੇ ਤੇ ਵਸਿਆ ਹੋਇਆ ਸ਼ਹਿਰ ਆ ਜੀ ਕੋਲਕੱਤਾ ਕੋਲਕੱਤੇ ਦੀ ਕਹਾਣੀ ਆ ਨਹੀਂ ਕਦੇ ਭੁੱਲਦੇ ਜੀ ਬਿਲਕੁਲ ਬਹੁਤ ਸਾਰੇ ਸਵਾਲ ਹੈ ਉਹ ਜਾਂ ਕਦੇ ਨਹੀਂ ਭੁੱਲੋਗੇ ਇਹ ਮੇਰੀ ਗੱਲ ਯਾਦ ਰੱਖਿਓ ਗਰੰਟੀ ਦਿੰਨਾ ਮੈਂ ਬਹੁਤ ਸਾਰੇ ਕੁਐਸਚਨ ਆ ਬੱਚਿਓ ਜਿਹੜੇ ਕਦੇ ਨਹੀਂ ਭੁੱਲੋਗੇ ਦਿਓ ਜੀ ਜਵਾਬ ਇਸ ਕੁਐਸਚਨ ਦਾ ਇਸ ਕੁਐਸਚਨ ਦਾ ਉੱਤਰ ਜੀ ਹੂਗਲੀ ਮੈਂ ਪਹਿਲਾਂ ਵੀ ਕਿਹਾ ਯਮੁਨਾ ਦੇ ਕਿਨਾਰੇ ਦੇ ਉੱਤੇ ਦਿੱਲੀ ਆ ਜੀ ਆਗਰਾਗਾ ਮੋٹے ਮੋٹے ਵੱਡੇ ਵੱਡੇ ਸ਼ਹਿਰ ਯਾਦ ਰੱਖਿਓ ਗੰਗਾ ਦੇ ਕਿਨਾਰੇ ਤੇ ਕਿਹੜੇ ਕਿਹੜੇ ਸ਼ਹਿਰ ਆ ਜੀ ਵਾਰਾਨਸੀਆ ਜੀ ਹਰਿਦੁਵਾਰ ਆ ਜੀ ਬਹੁਤ ਇੰਪੋਰਟੈਂਟ ਇਲਾਹਾਬਾਦ ਦੇ ਵਿੱਚ ਇਲਾਹਾਬਾਦ ਜਾਨੀ ਕਿ ਪ੍ਰਯਾਗ ਰਾਜ ਦੇ ਵਿੱਚ ਗੰਗਾ ਤੇ ਯਮੁਨਾ ਜਾ ਕੇ ਮਿਲ ਜਾਂਦੀਆਂ ਹੇਠ ਲਿਖਿਆਂ ਵਿੱਚੋਂ ਕਿਹੜੀ ਗੰਗਾ ਦੀ ਸਹਾਇਕ ਨਦੀ ਨਹੀਂ ਹੈ ਗੰਗਾ ਦੀ ਸਹਾਇਕ ਨਦੀ ਇਹਨਾਂ ਵਿੱਚੋਂ ਕਿਹੜੀ ਨਹੀਂ ਹੈ ਦੋਸਤੋ ਜਲਦੀ ਨਾਲ ਇਹ ਸਵਾਲ ਦਾ ਜਵਾਬ ਦੇ ਦਿਓ ਜੀ ਇੰਦਰਾਵਤੀ ਸੋਨ ਗੋਮਤੀ ਯਮੁਨਾ ਇੰਦਰਾਵਤੀ ਸੋਨ ਗੋਮਤੀ ਯਮੁਨਾ ਗੰਗਾ ਦੀ ਕਿਹੜੀ ਭਾਈ ਟ੍ਰਿਬਿਊਟਰੀ ਨਹੀਂ ਹੈ ਦੋਸਤੋ 1 ਲੋ ਜੀ ਜਲਦੀ ਨਾਲ ਵੈਰੀ ਗੁੱਡ ਵੈਰੀ ਗੁੱਡ ਬਹੁਤ ਅੱਛੇ ਸ਼ਾਬਾਸ਼ ਗ੍ਰੇਟ ਕੱਲੇ-ਕੱਲੇ ਬੱਚੇ ਦਾ ਉੱਤਰ ਆਉਣਾ ਚਾਹੀਦਾ ਆ ਨਿੱਦੀ ਭਾਈ ਗੁਰੂ 13-13 ਨਾਮ ਲਿਖਿਆ ਬਹੁਤ ਸੋਹਣਾ ਨਾਮ ਆ ਜੀ ਸੰਦੀਪ ਕੌਰ ਮੁਸਕਾਨ ਸਟਾਰ ਜਸਵਿੰਦਰ ਗਿੱਲ ਗੁਰਕੀਰਤ ਸैम ਕਿਰਨ ਹਰਪ੍ਰੀਤ ਸਿੰਘ ਸਭ ਦਾ ਜਵਾਬ ਆ ਰਿਹਾ ਘੈਂਟ ਬਿਲਕੁਲ ਜ਼ਬਰਦਸਤ ਜਿਨ੍ਹਾਂ ਦਾ ਉੱਤਰ ਵੀ ਆਇਆ ਉਹਨਾਂ ਸਭ ਦਾ ਡੋਲੂ ਮਾਜਾ ਜਾ ਚੁੱਕਿਆ ਮੈਂ ਕਹਿੰਨਾ 50 ਤੱਕ ਗਿਣਤੀ ਲਿਖ ਲਓ ਕਿੰਨੇ ਕਾਂਟੇ ਵਜਦੇ ਆ ਕਿੰਨੇ ਸਟਿੱਕਾਂ ਹੁੰਦੀਆਂ ਨੇ ਐਂਡ ਤੇ ਗਿਣ ਲਓ ਲੱਗ ਜੂ ਪਤਾ ਕਿਨੇ ਨੰਬਰ ਬਣਦੇ ਆ 50 ਦਿਨਾਂ ਦੀ ਮਿਹਨਤ ਦਾ ਹੁਣ ਇੱਕ ਵਾਰੀ ਰੰਗ ਦੇਖ ਲਈਏ ਚੜਿਆ ਕਿ ਨਹੀਂ ਮੇਰੀ ਇੱਜ਼ਤ ਰੱਖ ਲਿਓ ਘੱਟੋ-ਘੱਟ ਜੇ ਤੁਹਾਡੇ ਨੰਬਰ 50 ਦੇ ਵਿੱਚੋਂ 45 ਜਾਂ 45 ਪਲੱਸ ਆ ਰਿਹਾ ਤੇ ਯੂ ਆਰ ਗੋਇੰਗ ਔਨ ਦਾ ਰਾਈਟ ਵੇ ਮਾਈ ਡੀਅਰ ਫਰੈਂਡਸ ਯੂ ਆਰ ਗੋਇੰਗ ਔਨ ਦਾ ਰਾਈਟ ਵੇ ਤੁਸੀਂ ਬਿਲਕੁਲ ਸਹੀ ਡਾਇਰੈਕਸ਼ਨ ਤੇ ਜਾ ਰਹੇ ਹੋ ਜੇ 45 ਪਲੱਸ ਕੁਐਸਚਨ ਆ ਸਹੀ ਕਰ ਦਿੱਤੇ ਅਗਲਾ ਕੁਐਸਚਨ ਆ ਗਿਆ ਜੀ ਭੁੱਖ ਹੜਤਾਲ ਕਾਰਨ ਜੇਲ੍ਹ ਵਿੱਚ ਮਰਨ ਵਾਲੇ ਆਜ਼ਾਦੀ ਕੁਹਾਟੀਆਂ ਦਾ ਨਾਮ ਕੀ ਸੀ ਬੰਗਾਲ ਦੇ ਸੰਜੀ ਬੰਗਾਲ ਦੇ ਸੰਨ ਭੁੱਖ ਹੜਤਾਲ ਕਰਕੇ ਜਿਹੜੇ ਮਰ ਗਏ ਸੀ ਜੀ ਜਿਨ੍ਹਾਂ ਦੀ ਸ਼ਹੀਦੀ ਹੋ ਗਈ ਸੀ ਸ਼ਹੀਦੀ ਕਹੂੰਗਾ ਮੈਂ ਭੁੱਖ ਹੜਤਾਲ ਦੇ ਕਰਕੇ ਕੌਣ ਸੰਜੀ ਡੋਲੂ ਮਾਂ ਜਾ ਜਾਊਗਾ ਜੀ ਮੈਂ ਕਹਿੰਦਾ ਕੱਲੇ ਕੱਲੇ ਕਮੈਂਟ ਦੇ ਵਾਲ ਮੇਰਾ ਧਿਆਨ ਨਾ ਪੜਿਆ ਨਹੀਂ ਜਾ ਰਿਹਾ ਕਿਉਂਕਿ 450 ਬੱਚੇ ਆ ਚੁੱਕੇ ਆ ਜਲਦੀ ਨਾਲ ਇੱਕ ਵਾਰੀ ਲਾਈਕ ਵਾਲਾ ਬਟਨ ਦਬਾ ਦਿਓ 450 ਲਾਈਕ ਦਾ ਦਿਓ ਮੈਨੂੰ ਦਾ ਦਿਓ ਰੋਜ਼ ਆਪਾਂ 50-50 ਕੁਐਸਚਨ ਕਰ ਲਿਆ ਕਰੀਏ ਜੇ ਤੁਸੀਂ ਕਹੋ ਆਪਾਂ ਕਰ ਲਿਆ ਕਰਾਂਗੇ ਜੇ ਤੁਸੀਂ ਕਹੋ ਆਪਾਂ 50 ਕੁਐਸਚਨ ਡੇਲੀ ਕਰ ਲਿਆ ਕਰਾਂਗੇ ਪਰ ਇੱਕ ਵਾਰੀ ਮੈਨੂੰ ਇਸ ਕਲਾਸ ਦਾ ਰਿਸਪੌਂਸ ਵਧੀਆ ਚਾਹੀਦਾ ਮੈਨੂੰ ਕਮੈਂਟ ਬਾਕਸ ਚ ਤੁਹਾਡੇ ਨੰਬਰ ਚਾਹੀਦੇ ਕਿੰਨੇ ਲੈ ਕੇ ਜਾਣੇ ਹੋ ਲਓ ਜੀ ਭੁੱਖ ਹੜਤਾਲ ਕਾਰਨ ਜੇਲ੍ਹ ਵਿੱਚ ਮਰਨ ਵਾਲੇ ਆਜ਼ਾਦੀ ਕੋਹਾਟੀਆਂ ਦਾ ਨਾਂ ਕੀ ਸੀ ਭਗਤ ਸਿੰਘ ਭਿਪਿੰਦਰ ਚੰਦਰਪਾਲ ਜਤਿੰਦਾ ਹੜਤਾਲ ਕੀਤੀ ਸੀ ਵੈਰੀ ਗੁੱਡ ਵੈਲ ਡਨ ਬਹੁਤ ਅੱਛੇ ਆਪਦੇ ਆਪਦੇ ਨਾਂ ਤੇ ਇੱਕ ਵਾਰੀ ਤਾੜੀ ਮਾਰ ਲਓ ਜਿਨ੍ਹਾਂ ਦਾ ਉੱਤਰ ਸਹੀ ਹੋ ਰਿਹਾ ਕਲਾਪਿੰਗ ਕਰ ਲਓ ਕਲਾਪਿੰਗ ਕਲਾਪਿੰਗ ਇੱਕ ਵਾਰੀ ਪੈਨ ਛੱਡ ਕੇ ਤਾੜੀਆਂ ਮਾਰ ਲਓ ਘਰ ਦੀ ਪੁੱਛਣ ਕੀ ਹੋ ਗਿਆ ਪੁੱਤ ਮੈਂ ਕੁਛ ਨਹੀਂ ਮੰਮੀ ਬਸ ਮੈਂ ਕੁਐਸਚਨ ਸਹੀ ਕਰ ਰਿਹਾ ਲਓ ਜੀ ਅਗਲਾ ਕੁਐਸਚਨ ਆ ਗਿਆ ਕਹਿੰਦੇ ਹੇਟ ਲਗਾਂ ਵਿੱਚੋਂ ਕਿਹੜੀ ਭਾਰਤ ਦੀ ਸਭ ਤੋਂ ਪੁਰਾਣੀ ਹਾਈ ਕੋਰਟ ਹੈ ਮੈਂ ਕਹਿੰਦਾ ਇਹ ਸਵਾਲ ਤੁਹਾਨੂੰ ਲੱਗਣਾ ਚਾਹੀਦਾ ਦਿਸ ਇਸ ਚੂਰਨ ਸਵਾਲ ਫੋਰ ਮੀ ਇਸ ਕੁਐਸਚਨ ਨੂੰ ਦੇਖਣ ਤੋਂ ਬਾਅਦ ਤੁਹਾਡੇ ਦਿਮਾਗ ਦੇ ਵਿੱਚ ਆਉਣਾ ਚਾਹੀਦਾ ਦਿਸ ਇਸ ਚੂਰਨ ਸਵਾਲ ਫੋਰ ਮੀ ਆਈ ਕੈਨ ਹੈਂਡਲ ਇਟ ਆਈ ਕੈਨ ਟੈਕਲ ਇਟ ਵੈਰੀ ਈਜ਼ੀਲੀ ਬਿਲਕੁਲ ਚੂਰਨ ਸਵਾਲ ਹੈ ਪਿਆਰੇ ਦੋਸਤੋ ਬਿਲਕੁਲ ਚੂਰਨ ਸਵਾਲ ਹੈ ਪਿਆਰੇ ਦੋਸਤੋ ਲਓ ਜੀ ਦਿਓ ਜਵਾਬ ਜਲਦੀ ਨਾਲ ਕਿਹੜੀ ਹਾਈ ਕੋਰਟ ਹੈ ਦੋਸਤੋ ਜਿਹੜੀ ਸਭ ਤੋਂ ਪਹਿਲਾਂ ਬਣੀ ਸੀ ਸਭ ਤੋਂ ਪੁਰਾਣੀ ਹਾਈ ਕੋਰਟ ਕਿਹੜੀ ਹੈ ਦੋਸਤੋ ਦਿਓ ਜੀ ਜਵਾਬ ਇਸ ਕੁਐ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਕੇਰਿਆ ਜੀ ਕਲਕੱਤਾ ਹਾਈ ਕੋਰਟ ਗੱਲ ਹੈ ਜੀ ਕਲਕੱਤਾ ਹਾਈ ਕੋਰਟ 1862 ਈਸਵੀ ਦੇ ਵਿੱਚ ਇੰਡੀਅਨ ਹਾਈ ਕੋਰਟ ਐਕਟ ਆਇਆ ਸੀ ਇੰਡੀਅਨ ਹਾਈ ਕੋਰਟ ਐਕਟ ਆਇਆ ਸੀ 1862 ਈਸਵੀ ਦੇ ਵਿੱਚ ਲਾਰਡ ਕੈਨਿੰਗ ਉਸ ਸਮੇਂ ਭਾਰਤ ਦਾ ਵਾਇਸਰਾਏ ਸੀ ਲਾਰਡ ਕੈਨਿੰਗ 1862 ਦੇ ਵਿੱਚ ਪਰ ਜੇ ਮੈਂ ਗੱਲ ਕਰਾਂ ਵੀ ਹਾਈ ਕੋਰਟ ਸਥਾਪਿਤ ਕਦੋਂ ਕੀਤੀ ਗਈ ਸੀ 1865 ਦੇ ਵਿੱਚ ਉਦੋਂ ਵਾਇਸਰਾਏ ਕੌਣ ਸੀ ਉਦੋਂ ਵਾਇਸਰਾਏ ਸੀ ਲਾਰੈਂਸ ਕੌਣ ਸੀਗਾ ਦੋਸਤੋ ਲਾਰੈਂਸ ਸੀਗਾ ਜੀ ਉਸ ਸਮੇਂ ਵਾਇਸਰਾਏ ਆਪਣੇ ਭਾਰਤ ਦਾ ਆਪਣੇ ਇੰਡੀਆ ਦਾ ਵੈਰੀ ਗੁੱਡ ਦੋਸਤੋ ਵੈਰੀ ਗੁੱਡ ਬਹੁਤ ਅੱਛੇ ਸ਼ਾਬਾਸ਼ ਅਗਲਾ ਕੁਐਸਚਨ ਆ ਗਿਆ ਜੀ ਲੋ ਕਹਿੰਦੇ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਦੀ ਸਥਾਪਨਾ ਕਿਹੜੇ ਸਾਲ ਚ ਕੀਤੀ ਗਈ ਸੀ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਦੀ ਸਥਾਪਨਾ 1920 1924 1928 1930 ਦਬੀ ਰੱਖੋ ਕੰਮ ਇਹੋ ਜੇ ਕੁਐਸਚਨਾਂ ਦੀ ਢੇਰੀ ਠਾ ਦੇਾਂਗੇ ਅੱਜ 50 ਕੁਐਸਚਨ ਤੁਹਾਨੂੰ ਦੱਸ ਦੇਣਗੇ ਜੇ 45 ਪਲੱਸ ਲੈ ਗਏ ਤਾਂ ਮੈਂ ਸਮਝੂਗਾ ਭਾਈ ਮੇਰੀ ਮਿਹਨਤ ਨੂੰ ਬੂਰ ਪੈ ਗਿਆ ਮੇਰੀ ਮਿਹਨਤ ਦਾ ਫਲ ਮੈਨੂੰ ਮਿਲ ਚੁੱਕਿਆ ਜਿਹੜਾ ਮੈਂ ਪਿਛਲੇ ਲਗਾਤਾਰ 50 ਕਲਾਸਾਂ ਤੋਂ ਸ਼ਾਮ ਨੂੰ 5 ਵਜੇ ਡੇਲੀ ਜੁੜ ਰਿਹਾ ਸੀ ਅੱਜ ਇਹ ਆਖਰੀ ਕਲਾਸ ਆ ਕੱਲ ਨੂੰ ਇਸੇ ਟਾਈਮ ਤੇ ਸਹੀ 5 ਵਜੇ ਨਵੀਂ ਸੀਰੀਜ਼ ਜੀਕੇ ਜੀਐਸ ਹੋਊਗੀ ਪਟਵਾਰੀ ਵਾਸਤੇ ਵੀ ਹੈਲਪ ਕਰੂਗੀ ਪੰਜਾਬ ਪੁਲਿਸ ਵਾਸਤੇ ਵੀਡੀਓ ਵਾਸਤੇ ਐਕਸਰਸਾਈਜ਼ ਵਾਸਤੇ ਸਾਰਿਆਂ ਵਾਸਤੇ ਹੈਲਪ ਕਰੂਗੀ ਉਹ ਚ ਕੁਐਸਚਨਾਂ ਦੀ ਪਰਮਾਰ ਲੈ ਕੇ ਆਇਆ ਕਰਾਂਗੇ ਪਰ ਆ ਪਿਛੜੀਆਂ 50 ਕਲਾਸਾਂ ਦੇ ਇੱਕ ਵਾਰੀ ਆਪਾਂ ਦੇਖ ਲਈਏ ਜੀ ਕੀ ਸਿੱਟਾ ਨਿਕਲ ਕੇ ਆ ਰਿਹਾ ਲਓ ਜੀ 1924 ਦੇ ਵਿੱਚ ਵੈਰੀ ਗੁੱਡ ਯਾਰ ਜਿਨ੍ਹਾਂ ਦਾ ਸਹੀ ਹੋ ਰੇ ਇੱਕ ਵਾਰੀ ਥੰਬਸ ਅਪ ਕਰ ਦਿਓ ਇੱਕ ਵਾਰੀ ਥੰਬਸ ਅਪ ਕਰ ਦਿਓ ਜਿਨ੍ਹਾਂ ਇਹ ਸਾਰੇ ਸਵਾਲ ਸਹੀ ਹੋ ਰੇ ਆ 1924 ਦੇ ਵਿੱਚ ਹਿੰਦੁਸਤਾਨ ਦੇ ਪਬਲਿਕ ਐਸੋਸੀਏਸ਼ਨ ਦੀ ਸਥਾਪਨਾ ਹੋ ਸ਼ੇਕਰ ਆਜ਼ਾਦ ਤੇ ਸਚਿਨ ਸੰਨਿਆਲ ਇਹ ਵੱਡੇ ਵੱਡੇ ਭਾਈ ਨਾਮ ਸੀਗੇ ਸਚਿਨ ਸੰਨਿਆਲ ਇਹ 1928 ਦੇ ਵਿੱਚ ਇਹ 1928 ਦੇ ਵਿੱਚ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਦੀ ਸਥਾਪਨਾ ਵੀ ਹੋਈ ਸੀ ਐਚਐਸਆਰਏ ਦੀ ਸਥਾਪਨਾ ਵੀ ਹੋਈ ਸੀ ਦੋਸਤੋ ਉਹ ਵੀ ਇੰਪੋਰਟੈਂਟ ਆ ਉਹ ਭਗਤ ਸਿੰਘ ਨਾਲ ਰਲਗੇ ਸੀ ਭਗਤ ਸਿੰਘ ਨਾਲ ਰਲਗੇ ਸੀ ਅਗਲਾ ਕੁਐਸਚਨ ਆ ਗਿਆ ਜੀ ਕਹਿੰਦੇ ਕੇਸਰੀ ਰਸਾਲਾ ਕੇਸਰੀ ਮੈਗਜ਼ੀਨ ਕਿਹਦੇ ਦੁਆਰਾ ਸ਼ੁਰੂ ਕੀਤਾ ਗਿਆ ਕੇਸਰੀ ਮੈਗਜ਼ੀਨ ਕਿਹਦੇ ਦੁਆਰਾ ਸ਼ੁਰੂ ਕੀਤਾ ਗਿਆ ਦੋਸਤੋ ਜਲਦੀ ਨਾਲ ਇਸ ਕੁਸ਼ਣ ਦਾ ਉੱਤਰ ਦੇ ਦਿਓ ਜੀ ਲਾਲਾ ਲਾਜਪਤਰਾਏ ਬਾਲ ਗੰਗਾ ਦਾ ਤਿਲਕ ਦਾਦਾਬਾਈ ਨਰੋਜੀ ਵਿਪਿੰਚੰਦਰਪਾਲ 50 ਮਿੰਟ 50 ਕੁਸ਼ਣ ਕਰਾ ਕੇ ਜਾਊਂਗਾ 50 ਮਿੰਟਾਂ ਦੀ ਕਲਾਸ ਦੇ ਵਿੱਚ ਨੇਰੀ ਠਾਲ ਦੇਾਂਗੇ ਨਜ਼ਾਰਾ ਆ ਜਾਊਗਾ ਇਹ ਚੀਜ਼ ਦੀ ਮੈਂ ਗਾਰੰਟੀ ਲੈਣਾ ਬਸ ਤੁਸੀਂ ਉੱਤਰ ਨਾਲ ਨਾਲ ਦੇਈ ਜਾਓ ਤੁਸੀਂ ਆਨਸਰ ਨਾਲ ਨਾਲ ਦੇਈ ਜਾਓ ਜੀ ਵੈਰੀ ਗੁੱਡ ਵੈਰੀ ਗੁੱਡ ਭਾਈ ਕੇਸਰੀ ਰਸਾਲਾ ਕਿਹਨੇ ਸ਼ੁਰੂ ਕੀਤਾ ਸੀ ਬਾਲ ਗੰਗਾਧਰ ਤਿਲਕ ਨੇ ਲੋਕ ਮਾਨਿਆ ਤਿਲਕ ਕਿਹਾ ਜਾਂਦਾ ਜਿਹਨਾਂ ਨੂੰ ਜਿਹਨਾਂ ਨੂੰ ਲੋਕ ਮਾਨਿਆ ਤਿਲਕ ਕਿਹਾ ਜਾਂਦਾ ਜਿਹਨਾਂ ਨੇ ਸਵਰਾਜ ਸ਼ਬਦ ਦੀ ਸਭ ਤੋਂ ਵੱਧ ਵਾਰੀ ਇਸਤੇਮਾਲ ਕੀਤਾ ਜਿਹੜੀ 1907 ਦੇ ਵਿੱਚ ਕਾਂਗਰਸ ਦੀ ਸਪਲਿਟ ਹੋਈ ਸੀ ਗਰਮ ਦਲ ਦੇ ਆਗੂ ਬਣ ਕੇ ਸਾਹਮਣੇ ਆਏ ਬਾਲ ਗੰਗਾਧਰ ਤਿਲਕ ਇਹਨਾਂ ਨੇ ਗਣੇਸ਼ਾ ਫੈਸਟੀਵਲ ਦੀ ਸ਼ੁਰੂਆਤ ਕੀਤੀ ਪੂਨੇ ਮਹਾਰਾਸ਼ਟਰ ਦੇ ਵਿੱਚ ਤੇ ਬਾਲ ਗੰਗਾਧਰ ਤਿਲਕ ਆਈਐਮਸੀ ਦੇ ਕਦੇ ਪ੍ਰਧਾਨ ਨਹੀਂ ਬਣੇ ਸੀ ਤੇ ਗੱਲ ਹੋਰ ਯਾਦ ਰੱਖਿਓ ਕੇਸਰੀ ਰਸਾਲਾ ਹੈ ਜਿਹੜਾ ਇਹ ਕਿਹੜੀ ਭਾਸ਼ਾ ਛਾਪਿਆ ਜਾਂਦਾ ਸੀ ਇਹ ਮਰਾਠੀ ਭ ਪਿਆ ਜਾਂਦਾ ਸੀ ਦੋਸਤੋ ਕੇਸਰੀ ਰਸਾਲਾ ਜਾਂ ਕੇਸਰੀ ਮੈਗਜ਼ੀਨ ਕਿਹੜੀ ਭਾਸ਼ਾ ਦੇ ਵਿੱਚ ਮਰਾਠੀ ਭਾਸ਼ਾ ਦੇ ਵਿੱਚ ਇੱਕ ਹੋਰ ਸੀ ਇੱਕ ਮਰਾਠਾ ਨਾਂ ਦਾ ਨਿਊਜ਼ਪੇਪਰ ਵੀ ਇਹਨਾਂ ਨੇ ਚਲਾਇਆ ਸੀ ਉਹ ਅੰਗਰੇਜ਼ੀ ਭਾਸ਼ਾ ਦੇ ਵਿੱਚ ਸੀ ਦੋਸਤੋ ਉਹ ਅੰਗਰੇਜ਼ੀ ਭਾਸ਼ਾ ਦੇ ਵਿੱਚ ਸੀ ਵੈਰੀ ਗੁੱਡ ਗ੍ਰੇਟ ਲਓ ਜੀ ਅਗਲਾ ਕੁਐਸਚਨ ਆ ਗਿਆ ਕਹਿੰਦੇ ਹੇਟ ਲਿਗਿਆਂ ਵਿੱਚੋਂ ਕਿਹੜਾ ਰਾਜ ਨੇਪਾਲ ਤੇ ਭੂਟਾਨ ਨੂੰ ਭੂਟਾਨ ਤੋਂ ਵੱਖ ਕਰਦਾ ਨੇਪਾਲ ਤੇ ਭੂਟਾਨ ਨੂੰ ਵੱਖ ਕਰਦਾ ਹੈ ਕਿਹੜੇ ਸਟੇਟ ਆ ਬਿਹਾਰ ਸਿੱਕਿਮ ਓਡੀਸਾ ਅਸਾਮ ਬਿਹਾਰ ਸਿੱਕਿਮ ਓਡੀਸਾ ਅਸਾਮ ਜਿਹਨੇ ਭਾਰਤ ਦਾ ਨਕਸ਼ਾ ਦੇਖਿਆ ਹੈ ਜਿਹਨੂੰ ਯਾਦ ਹੈ ਵੀ ਭਾਰਤ ਦਾ ਨਕਸ਼ਾ ਇਸ ਤਰੀਕੇ ਨਾਲ ਆ ਉਹਨੂੰ ਪਤਾਗਾ ਓਡੀਸਾ ਦਾ ਮਤਲਬ ਨਹੀਂ ਹੋ ਸਕਦਾ ਕਿਉਂਕਿ ਜਿਹੜੀਆਂ ਜਿਹੜੀਆਂ ਸਟੇਟਾਂ ਇੱਥੇ ਨੇ ਉਹੀ ਉੱਤਰ ਆਏਗਾ ਸਰ ਬਿਹਾਰ ਨਹੀਂ ਹੋ ਸਕਦਾ ਜੀ ਓਡੀਸਾ ਨਹੀਂ ਹੋ ਸਕਦਾ ਅਸਾਮ ਸਿੱਕਿਮ ਚੋਂ ਇੱਕ ਆ ਉੱਤਰ ਕੀ ਆਏਗਾ ਜੀ ਸਿੱਕਿਮ will be the right answer ਸਿੱਕਿਮ will be the right answer ਬਹੁਤ ਅੱਛੇ ਇੱਕ ਵਾਰੀ ਲੇਖ ਦੋ ਸਰ 1 2 3 4 ਮਨੂ ਸਰ ਕੀ ਜਾਜੇਗਾ ਨਜ਼ਾਰਾ ਆ ਰਿਹਾ ਜੇ ਕਲਾਸ ਤੋਂ ਸੁਆਦ ਆ ਰਿਹਾ ਮਤਲਬ ਇਹ ਲੱਗ ਰਿਹਾ ਕੰਫੀਡੈਂਸ ਬਿਲਡ ਹੋ ਗਿਆ ਸਰ 50 ਦਿਨ ਦੀਆਂ ਕਲਾਸਾਂ ਲਾਈਆਂ 50 ਕਲਾਸਾਂ ਕੰਪਲੀਟ ਕਰ ਲੀਆਂ 50 ਦੇ ਵਿੱਚੋਂ 45 ਪਲੱਸ ਆਉਣ ਦੇ ਚਾਂਸ ਹੈਗੇ ਆ 50 ਦਿਨ ਦੀਆਂ ਕਲਾਸਾਂ ਦੇ ਵਿੱਚੋਂ 50 ਕੁਐਸਚਨ ਲੈ ਕੇ ਆਇਆ ਤੇ 45 ਪਲੱਸ ਜਿਹੜਾ ਬੰਦਾ ਨੰਬਰ ਲੈ ਗਿਆ ਉਹ ਮੈਂ ਸਮਝ ਲੂੰਗਾ ਤੁਸੀਂ ਖੁਦ ਹੀ ਸਮਝ ਲਓ ਜੀਕੇ ਬਹੁਤ ਵਧੀਆ ਹੋ ਗਈ ਹੈ ਠੀਕ ਹੈ ਲਓ ਜੀ ਅਗਲਾ ਕੁਐਸਚਨ ਦੇਖਦੇ ਹਾਂ ਦੋਸਤੋ ਕਹਿੰਦੇ ਸਚਿਨ ਤੈਂਦੁਲਕਰ ਦੀ ਜੀਵਨੀ ਕਿਹੜੀ ਸੀ ਸਚਿਨ ਤੈਂਦੁਲਕਰ ਦੀ ਜੀਵਨੀ ਬਾਇਓਗ੍ਰਾਫੀ ਸਚਿਨ ਤੈਂਦੁਲਕਰ ਦੀ ਸਚਿਨ ਤੈਂਦੁਲਕਰ ਦੀ ਬਾਇਓਗ੍ਰਾਫੀ ਕਿਹੜੀ ਸੀ ਇਹ ਕਿਹਨਾ ਕੁਐਸਚਨ ਉਹਨਾਂ ਦਾ ਲिटल ਮਾਸਟਰ ਪੁੱਛਦਾ ਹੁੰਦਾ ਇੱਕ ਕੁਐਸਚਨ ਦੇ ਪੁੱਛਦਾ ਹੁੰਦਾ ਲिटल ਮਾਸਟਰ ਕਿਸ ਨੂੰ ਕਿਹਾ ਜਾਂਦਾ ਲिटल ਮਾਸਟਰ ਕਿਸ ਨੂੰ ਕਿਹਾ ਜਾਂਦਾ ਤੇ ਅੱਧੀ ਤੋਂ ਵੱਧ ਜਨਤਾ ਕੀ ਕਰਦੀ ਆ ਜੀ ਲिटल ਮਾਸਟਰ ਦੇ ਨਾਂ ਤੇ ਸਚਿਨ ਤੈਂਦੁਲਕਰ ਨੂੰ ਟੈਕ ਕਰ ਦਿੰਦੀ ਆ ਉੱਥੇ ਭਾਈ ਕੋ ਗਾ ਚਿੱਤ ਹੋ ਜਾਂਦਾ ਉੱਥੇ ਡੋਲੂ ਮਾਂਜਿਆ ਜਾਂਦਾ ਲिटल ਮਾਸਟਰ ਕਿਹਾ ਜਾਂਦਾ ਸੁਨੀਲ ਗਵਸਕਰ ਨੂੰ ਸੁਨੀਲ ਗਵਸਕਰ ਨੂੰ ਕਿਹਾ ਜਾਂਦਾ ਜਿਹੜੇ ਐਸਜੀ ਦੇ ਬੈਟ ਉਹ ਸਾਰੇ ਐਸਜੀ ਦੇ ਬੈਟੋ ਦੇ ਨਾਂ ਤੇ ਚੱਲ ਰਿਹਾ ਸੁਨੀਲ ਗਾਵਸਕਰ ਨੂੰ ਕੀ ਆਇਂਦਾ ਬੱਚਿਓ ਲिटल ਮਾਸਟਰ ਉਤਰ ਗਿਆ ਆਏਗਾ ਜੀ playing it my way playing it my way is the right answer 520 ਬੱਚੇ ਆ ਗਏ 320 ਨੇ ਲਾਈਕ ਕੀਤਾ ਇਟ ਇਸ ਨਾਟ ਗੁੱਡ ਫॉर ਯੂ ਮਾਈ ਡੀਅਰ ਫਰੈਂਡਸ ਜਲਦੀ ਨਾਲ 520 ਲਾਈਕ ਪੂਰੇ ਕਰ ਦਿਓ ਜਲਦੀ ਨਾਲ ਲਾਈਕ ਵਾਲਾ ਬਟਨ ਦਬਾ ਦਿਓ ਤਰੈਣ ਦੀ ਦੂਜੀ ਬੈਟਲ ਕਿਹੜੇ ਸਾਲ ਦੇ ਵਿੱਚ ਹੋਈ ਸੀ ਸੈਕੰਡ ਬੈਟਲ ਆਫ ਤਰਾਈਨ ਕਿਹੜੇ ਸਾਲ ਦੇ ਵਿੱਚ ਲੜੀ ਗਈ ਸੀ ਸੈਕੰਡ ਬੈਟਲ ਆਫ ਤਰਾਈਨ ਕਿਹੜੇ ਸਾਲ ਦੇ ਵਿੱਚ ਲੜੀ ਗਈ ਸੀ 1345 ਦੇ ਵਿੱਚ 1294 ਦੇ ਵਿੱਚ 1079 ਦੇ ਵਿੱਚ ਜਾਂ 1192 ਦੇ ਵਿੱਚ ਦੋਸਤੋ ਲਓ ਜੀ ਦਿਓ ਇਸ ਕੁਐਸਚਨ ਦਾ ਜਵਾਬ ਸਾਰੇ ਜਣੇ ਇਸ ਕੁਐਸਚਨ ਦਾ ਦਿਓ ਜਵਾਬ ਤਰੈਨ ਦੀ ਸੈਕੰਡ ਬੈਟਲ ਕਿਹੜੇ ਸਾਲ ਦੇ ਵਿੱਚ ਲੜੀ ਗਈ ਦੋਸਤੋ ਜਲਦੀ ਨਾਲ ਤਰੈਨ ਦੀ ਦੂਜੀ ਲੜਾਈ ਕਦੋਂ 1192 ਈਸਵੀ ਦੇ ਵਿੱਚ ਲਓ ਜੀ ਆ ਭੋਲੇ ਘਟੇ ਡਾ ਗਲਤ ਹੋ ਰਿਹਾ ਫਿਰਦਾ ਇਹ ਭੋਲੇ ਘਟੇ ਡਾ ਦੋਸਤੋ ਗਲਤ ਹੋ ਰਿਹਾ ਫਿਰਦਾ ਉੱਤਰ ਆਏਗਾ ਜੀ 1192 ਬਿਲਕੁਲ ਸਹੀ ਉੱਤਰ ਹੈ ਤਰੈਨ ਦੀ ਪਹਿਲੀ ਲੜਾਈ 1191 ਈਸਵੀ ਚ ਤਰੈਨ ਦੀ ਦੂਜੀ ਲੜਾਈ 1192 ਈਸਵੀ ਚ ਤਰੈਨ ਦੀ ਤੀਜੀ ਲੜਾਈ 1215 ਈਸਵੀ ਦੇ ਵਿੱਚ ਪਹਿਲੀ ਦੇ ਵਿੱਚ ਗੋਰੀ ਤੇ ਪ੍ਰਿਥਵੀ ਰਾਜ ਚੋਹਾਨ ਪ੍ਰithvi ਰਾਜ ਚੋਹਾਨ ਜਿੱਤ ਗਿਆ ਦੂਜੀ ਦੇ ਵਿੱਚ ਗੌਰੀ ਤੇ ਪ੍ਰithvi ਰਾਜ ਚੋਹਾਨ ਪ੍ਰithvi ਰਾਜ ਚੋਹਾਨ ਹਾਰ ਗਿਆ ਤੀਜੀ ਦੇ ਵਿੱਚ ਇਲਤੁਤਮਿਸ਼ਤੇ ਯਾਲਦੂਜ ਇਹਦੇ ਵਿੱਚ ਇਲਤੁਤਮਿਸ਼ ਜਿੱਤ ਗਿਆ ਦੋਸਤੋ ਤਿੰਨ ਦੀਆਂ ਤਿੰਨੇ ਬੈਟਲ ਯਾਦ ਰੱਖਿਓ ਪੇਪਰ ਚ ਆਉਣ ਦੇ ਪੂਰੇ ਪੂਰੇ ਚਾਂਸ ਨੇ ਲੋ ਜੀ ਅਗਲਾ ਕੁਐਸਚਨ ਆ ਗਿਆ ਪਰ ਉਸ ਤੋਂ ਪਹਿਲਾਂ ਇੱਕ ਵਾਰੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲੇ ਅੱਡਾ 247 ਦੀ ਐਪਲੀਕੇਸ਼ਨ ਨੂੰ ਵੀ ਡਾਊਨਲੋਡ ਕਰਨਾ ਨਾ ਭੁੱਲਣਾ ਕਹਿੰਦੇ ਭਾਈ ਯੂਨਾਈਟਿਡ ਕਿੰਗਡਮ ਦੇ 7 ਮੈਂਬਰਾਂ ਦਾ ਸਮੂ ਯੂਨਾਈਟਿਡ ਯੂਕੇ ਦੇ ਯੂਕੇ ਦੇਸ਼ ਦੇ ਕਹਿੰਦੇ 7 ਮੈਂਬਰਾਂ ਦਾ ਸਮੂਹ ਸੀ ਦੋਸਤੋ ਜਿਹਦਾ ਗਠਨ ਕੀਤਾ ਗਿਆ ਸੀ ਬ੍ਰਿਟਿਸ਼ ਭਾਰਤ ਲਈ ਸੰਵਿਧਾਨਿਕ ਸੁਧਾਰਾਂ ਦਾ ਮਤਲਬ ਸੰਵਿਧਾਨਿਕ ਸੁਧਾਰਾਂ ਨੂੰ ਮਤਲਬ ਸੁਝਾਅ ਦੇਣ ਵਾਸਤੇ ਵੈਸੇ ਐਕਚੁਅਲ ਦੇ ਵਿੱਚ ਇਹਨਾਂ ਦਾ ਕਾਦੇ ਵਾਸਤੇ ਗਠਨ ਕੀਤਾ ਗਿਆ ਸੀ 7 ਮੈਂਬਰਾਂ ਦਾ ਆਪਣੇ ਭਾਰਤ ਦੇ ਵਿੱਚ 1919 ਦੇ ਵਿੱਚ ਇੰਡੀਅਨ ਗਵਰਨਮੈਂਟ ਐਕਟ 1919 ਦੇ ਵਿੱਚ ਡਾਇਰੈਕਟਰੀ ਸਿਸਟਮ ਲੈ ਕੇ ਆਏ ਸੀ ਉਹ ਡਾਇਰੈਕਟਰੀ ਸਿਸਟਮ ਨੂੰ ਚੈੱਕ ਕਰਨ ਵਾਸਤੇ ਰੀਕਾਲ ਕਰਨ ਵਾਸਤੇ ਉਹਦੀ ਚੈਕਿੰਗ ਕਰਨ ਵਾਸਤੇ ਇਹ ਗਰੁੱਪ ਬਣਾਇਆ ਗਿਆ ਸੀ ਇਹਦਾ ਨਾਮ ਕੀ ਹੈ ਜੀ ਇਹ ਨਾਮ ਕਿਸੀ ਫਰੇਜ਼ਰ ਕਮਿਸ਼ਨ ਹੰਟਰ ਕਮਿਸ਼ਨ ਸਰਜੈਂਟ ਕਮਿਸ਼ਨ ਜਾਂ ਸਾਈਮਨ ਕਮਿਸ਼ਨ ਕੀ ਆਏਗਾ ਇਸ ਕੁਐਸਚਨ ਦਾ ਉੱਤਰ ਇਹਦਾ ਉੱਤਰ ਆਏਗਾ ਜੀ ਸਾਈਮਨ ਕਮਿਸ਼ਨ ਗੱਲ ਹੈ ਜੀ 1927 ਦੀ ਗੱਲ ਹੈ ਦੋਸਤੋ 1927 ਦੀ ਜਦੋਂ ਸਾਈਮਨ ਕਮਿਸ਼ਨ ਬਣਿਆ 1928 ਦੇ ਵਿੱਚ ਭਾਰਤ ਦੇ ਵਿੱਚ ਆਇਆ ਭਾਰਤ ਚ ਵੀ ਦੋ ਵਾਰੀ ਆਇਆ ਇੱਕ ਵਾਰੀ ਲਾਹੌਰ ਦੇ ਵਿੱਚ ਇੱਕ ਵਾਰੀ ਬੰਬੇ ਦੇ ਵਿੱਚ ਪਹਿਲਾਂ ਬੰਬੇ ਚ ਆਇਆ ਫਿਰ ਲਾਹੌਰ ਦੇ ਵਿੱਚ ਆਇਆ ਇਹ ਦੋਵੇਂ ਚੀਜ਼ਾਂ ਯਾਦ ਰੱਖਿਓ 1927 ਚ ਬਣਿਆ 1928 ਦੇ ਵਿੱਚ ਆਇਆ ਦੋ ਵਾਰੀ ਐਂਟਰੀ ਹੋਈ ਦੋਵੇਂ ਵਾਰੀ ਵਿਰੋਧ ਹੋਇਆ ਅਗਲਾ ਕੁਐਸਚਨ ਗੁਜਰਾਤ ਵਿੱਚ ਸਥਿਤ ਸਟੈਚੂ ਆਫ ਯੂਨਿਟੀ ਦੀ ਉਚਾਈ ਕਿੰਨੀ ਹੈ ਜੀ ਜਿਹੜੀ ਸਭ ਤੋਂ ਵੱਡੀ ਦੁਨੀਆ ਦੀ ਸਭ ਤੋਂ ਵੱਡੀ ਪ੍ਰਤਿਮਾ ਹੈ ਸਭ ਤੋਂ ਉੱਚੀ ਪ੍ਰਤਿਮਾ ਹੈ ਉਹ ਕੀ ਦੀ ਹੈ ਜੀ ਸਰਦਾਰ ਵੱਲਭ ਭਾਈ ਪਟੇਲ ਦੀ ਸਰਦਾਰ ਵੱਲਭ ਭਾਈ ਪਟੇਲ ਦੀ ਜੋ ਮੂਰਤੀ ਹੈ ਦੋਸਤੋ ਗੁਜਰਾਤ ਦੇ ਵਿੱਚ ਸਥਿਤ ਹੈ ਉਹ ਕਿੰਨੇ ਮੀਟਰ ਉੱਚੀ ਹੈ ਜੀ ਉਹ ਕਿੰਨੇ ਮੀਟਰ ਉੱਚੀ ਹੈ ਪਿਆਰੇ ਸਾਥੀ ਦੋ ਜੀ ਇਸ ਕੁਐਸਚਨ ਦਾ ਆਨਸਰ ਕਿੰਨੇ ਮੀਟਰ ਉੱਚੀ ਹੈ ਗੁਜਰਾਤ ਦੇ ਵਿੱਚ ਆ ਜੀ ਗੁਜਰਾਤ ਦੇ ਵਿੱਚ ਗੁਜਰਾਤੀ ਨਰਮਦਾ ਨਦੀ ਦੇ ਕਿਨਾਰੇ ਤੇ ਆ ਗੁਜਰਾਤ ਦੀ ਨਰਮਦਾ ਨਦੀ ਦੇ ਕਿਨਾਰੇ ਤੇ ਆ ਕਿੰਨੇ ਮੀਟਰ ਆ ਜੀ ਸਭ ਤੋਂ ਉੱਚੀ ਮਤਲਬ 182 182 ਇਹ ਲਓ ਜੀ ਤੀਰ ਫੇਰ ਗਲਤ ਲੱਗਿਆ ਪਿਆ ਤੀਰ ਫੇਰ ਗਲਤ ਲੱਗਿਆ ਪਿਆ ਦੋਸਤੋ 182 ਮੀਟਰ ਉੱਤਰ ਆਏਗਾ ਜੀ 182 ਮੀਟਰ ਆਨਸਰ ਆਏਗਾ ਇਸ ਕੁਐਸਚਨ ਦਾ 182 ਮੀਟਰ ਉੱਤਰ ਹੈ ਅਗਲਾ ਕੁਐਸਚਨ ਲਓ ਜੀ ਕਹਿੰਦੇ VOTING ਦੀ ਉਮਰ 21 ਸਾਲਾਂ ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ ਸੀ ਸਵਿਧਾਨਿਕ ਸੋਧਾਂ ਵਿੱਚ ਕਿਹੜੇ ਐਕਟ ਦੇ ਦੌਰਾਨ ਕਿਹੜਾ ਐਕਟ ਸੀਗਾ ਜਦੋਂ VOTING ਦੀ ਉਮਰ 21 ਸਾਲਾਂ ਤੋਂ ਘਟਾ ਕੇ 18 ਸਾਲ ਕਰ ਦਿੱਤੀ ਸੀ ਕਿਹੜਾ ਐਕਟ ਸੀਗਾ ਕਿਹੜੀ ਅਮੈਂਡਮੈਂਟ ਸੀ 61ਵੀਂ 62ਵੀਂ 60ਵੀਂ 98ਵੀਂ 98 60 61ਵਾਂ ਕਿਹੜੀ ਅਮੈਂਡਮੈਂਟ ਸੀ ਦੋਸਤੋ ਕਿਹੜੀ ਅਮੈਂਡਮੈਂਟ ਸੀ ਜਦੋਂ ਵੋਟਾਂ ਪਾਉਣ ਦੀ ਉਮਰ 21 ਸਾਲਾਂ ਤੋਂ ਘਟਾ ਕੇ 18 ਸਾਲ ਕਰ ਦਿੱਤੀ ਗਈ ਸੀ ਆਪਣੇ ਭਾਰਤ ਦੇ ਵਿੱਚ ਉਹ ਕਿਹੜੀ ਅਮੈਂਡਮੈਂਟ ਦੇ ਤਹਿਤ ਕੀਤਾ ਗਿਆ ਹੈ ਇਹਦੀ ਕਮ ਜਲਦੀ ਨਾਲ ਇਸ ਕੁਐਸਚਨ ਦਾ ਉੱਤਰ ਦੇ ਦਿਓ ਕਿਹੜੀ ਅਮੈਂਡਮੈਂਟ ਸੀ ਵੈਰੀ ਗੁੱਡ ਮੈਂ ਇੱਕ ਕਦਮ ਇੰਟਰੀ ਦੇਵਾਂਗਾ ਭਾਈ ਉੱਤਰ ਦੇਣ ਵਾਸਤੇ ਕਿਉਂਕਿ 50 ਕੁਐਸਚਨ ਕਰਨੇ ਆਪਾਂ 50 ਮਿੰਟਾਂ ਦੀ ਕਲਾਸ ਦੇ ਵਿੱਚ ਤੇ ਦੇਖਾਂਗੇ 50 ਚੋਂ 45 ਪਲੱਸ ਵਾਲੇ ਕਿੰਨੇ ਆ ਕਿੰਨੇ ਚੋਬਰਾ ਕਿੰਨੇ ਸ਼ੇਰ ਬੱਗੇ ਆ ਜਿਹੜੇ 45 ਪਲੱਸ ਲੈ ਕੇ ਜਾਂਦੇ ਆ ਜਿਹੜੇ 45 ਪਲੱਸ ਲੈ ਕੇ ਜਾਣਗੇ ਮੈਂ ਗਰੰਟੀ ਨਾਲ ਕਹਿੰਨਾ ਪੇਪਰ 'ਚੋਂ ਨਹੀਂ ਮਾਰ ਖਾਣਗੇ ਜੀਕੇ ਦੇ ਕੁਸ਼ਨਾਂ 'ਚ ਨਹੀਂ ਢੀਠਾ ਦੇਣਗੇ ਉਹ ਗਰੰਟੀ ਨਾਲ ਕਹਿੰਨਾ ਇਹਦਾ ਉੱਤਰ ਆਏਗਾ ਜੀ 61ਵੀਂ ਐਮੈਂਡਮੈਂਟ 1999 ਦੇ ਵਿੱਚ ਹੋਈ ਸੀ 61ਵੀਂ ਐਮੈਂਡਮੈਂਟ 1999 ਦੇ ਵਿੱਚ ਹੋਈ ਸੀ ਦੋਸਤੋ ਆਪਣੇ ਭਾਰਤ ਦਾ ਪ੍ਰਧਾਨ ਮੰਤਰੀ ਕੌਣ ਸੀ ਉਸ ਸਮੇਂ ਰਾਜੀਵ ગાંધી ਉਦੋਂ ਕੌਣ ਸੀਗਾ ਜੀ ਰਾਜੀਵ ગાંધી ਅਗਲਾ ਕੁਸ਼ਨ ਆ ਗਿਆ ਦੋਸਤੋ ਕਹਿੰਦੇ ਕਾਂਗਰਸ ਦੀ ਵੰਡ ਹੇਟ ਲਿਕੇ ਸਸ਼ਨਾ ਵਿੱਚੋਂ ਕਿਹੜੇ ਸੈਸ਼ਨ ਦੇ ਵਿੱਚ ਹੋਈ ਸੀ ਕਾਂਗਰਸ ਦੀ ਵੰਡ ਕਾਂ ਸੈਸ਼ਨ 1934 ਲੋਹਾਰ ਸੈਸ਼ਨ 1927 ਕਾਨਪੁਰ ਸੈਸ਼ਨ 1922 ਸੂਰਤ ਸੈਸ਼ਨ 1907 ਦੱਸੋ ਜੀ ਕਾਂਗਰਸ ਦੀ ਵੰਡ 8 ਲਿਖੇ ਵਿੱਚੋਂ ਕਿਹੜੇ ਸੈਸ਼ਨ ਦੇ ਵਿੱਚ ਹੋਈ ਜੀ ਜਲਦੀ ਨਾਲ ਦੱਸ ਦਿਓ ਜੀ ਕਾਂਗਰਸ ਦੀ ਵੰਡ 8 ਲਿਖੇ ਸੈਸ਼ਨਾਂ ਵਿੱਚੋਂ ਕਦੋਂ ਹੋਈ ਸੀ ਕਿਹੜੇ ਸੈਸ਼ਨ ਦੇ ਵਿੱਚ ਹੋਈ ਸੀ ਕ੍ਰਾਸਚੀ ਸੈਸ਼ਨ ਦੇ ਵਿੱਚ 1934 ਦੇ ਵਿੱਚ ਹੋਇਆ ਸੀ ਲਾਹੌਰ ਸੈਸ਼ਨ ਇਹਦਾ ਉੱਤਰ ਕੀ ਆਏਗਾ ਦੋਸਤੋ ਇਹਦਾ ਆਏਗਾ ਜੀ ਸੂਰਤ ਸਪਲੇਸ਼ਨ ਲਓ ਜੀ ਇਹ ਫੇਰ تیر ਗਲਤ ਹੈ ਇਹ ਭੋਲੇ ਕੇ ਟਿੱਡੇ ਦੇ ਪੜਨ ਦੇ ਲੱਛਣ ਹੈ ਕੋ ਨਹੀਂ ਭਾਈ ਇਹ ਭੋਲੇ ਕਾ ਟਿੱਡਾ ਜਿਹੜਾ ਹੈ ਦੋਸਤੋ ਇਹਦੇ ਪੜਨ ਦੇ ਲੱਛਣ ਹੈ ਨਹੀਂ تیر ਗਲਤ ਤੁਰਿਆ ਫਿਰਦਾ ਉੱਤਰ ਆ ਜੀ ਸੂਰਤ ਸੈਸ਼ਨ 1907 ਦੇ ਵਿੱਚ ਸੂਰਤ ਸੈਸ਼ਨ 1907 ਦੇ ਵਿੱਚ ਰਾਸ ਬਿਹਾਰੀ ਕਾਂਗਰਸ ਦੇ ਪ੍ਰਧਾਨ ਸੀ ਕਾਂਗਰਸ ਦੋ ਭਾਗਾਂ ਦੇ ਚਵੰਡੀ ਗਈ ਸੀ ਗਰਮ ਦਲ ਤੇ ਨਰਮ ਦਲ ਗਰਮ ਦਲ ਤੇ ਨਰਮ ਦਲ ਦੇ ਵਿੱਚ ਦੋ ਭਾਗਾਂ ਦੇ ਚਵੰਡੀ ਗਈ 16 ਸੈਸ਼ਨ ਦੇ ਵਿੱਚ ਐਨੀ ਬੈਸੈਂਟ ਜਦੋਂ ਪ੍ਰਧਾਨ ਸੀ ਕਾਂਗਰਸ ਦੀ ਉਦੋਂ ਪਾਈ ਇਹਨਾਂ ਨੂੰ ਇਕੱਠਾ ਕਰ ਦਿੱਤਾ ਸੀ ਉਹ ਸਮਝੌਤਾ ਕਰਾਤਾ ਸੀ ਗਰਮ ਦਲ ਤੇ ਨਰਮ ਦਲ ਦਾ ਓਕੇ ਡਨ ਨਜ਼ਾਰਾ ਆ ਰਿਹਾ ਤੇ ਇੱਕ ਵਾਰੀ ਯਸਰ ਬੋਲ ਦੋ ਜੇ ਨਜ਼ਾਰਾ ਆ ਰਿਹਾ ਇੱਕ ਵਾਰੀ ਯਸਰ ਲਿਖ ਦੋ ਮੋਨਦਾਸ ਕਰਮਚੰਦ ਗਾਂਧੀ ਜੀ ਨੂੰ ਮਹਾਤਮਾ ਦਾ ਖਿਤਾਬ ਕਿਸ ਨੇ ਦਿੱਤਾ ਸੀ ਮੋਹਨਦਾਸ ਕਰਮਚੰਦ ਗਾਂਧੀ ਨੂੰ ਮਹਾਤਮਾ ਕਿਹਦੇ ਦੁਆਰਾ ਬੁਲਾਇਆ ਗਿਆ ਸੀ ਮਹਾਤਮਾ ਕਿਹਨੇ ਕਿਹਾ ਸੀ ਕਿਸਨੇ ਸੰਬੋਧਿਤ ਕੀਤਾ ਸੀ ਮਹਾਤਮਾ ਕਹਿ ਕੇ 560 ਬੱਚੇ ਲਾਈਕ ਆ ਚੁੱਕਿਆ ਸਿਰਫ 400 ਲਾਈਕ ਹੋਇਆ ਇਟ ਇਜ਼ ਨਾਟ ਗੁੱਡ ਫਾਰ ਯੂ ਮਾਈ ਡੀਅਰ ਫਰੈਂਡਸ ਜੇ ਤੁਹਾਡੇ ਵਾਸਤੇ ਮੈਂ 50 ਦਿਨਾਂ ਦੇ ਵਿੱਚੋਂ 50 ਕੁਐਸਚਨ ਲੈ ਕੇ ਆਇਆ 50 ਮਿੰਟਾਂ ਵਾਸਤੇ ਤਾਂ ਤੁਹਾਡਾ ਹੱਕ ਨਹੀਂ ਮੰਨਦਾ ਤੁਹਾਡਾ ਹੱਕ ਨਹੀਂ ਮੰਨਦਾ ਵੀ ਘੱਟੋ ਘੱਟ ਸਰ ਨੂੰ ਇੱਕ ਵਾਰੀ 500 ਲਾਈਕ ਤਾਂ ਪੂਰੇ ਕਰ ਦਈਏ ਇਟ ਇਜ਼ ਨਾਟ ਗੁੱਡ ਫਾਰ ਯੂ ਮਾਈ ਡੀਅਰ ਫਰੈਂਡਸ ਜਲਦੀ ਨਾਲ ਲਾਈਕ ਵਾਲਾ ਬਟਨ ਦਬਾ ਦਿਓ ਜਲਦੀ ਨਾਲ ਲਾਈਕ ਵਾਲਾ ਬ ਇਸ ਕਲਾਸ ਦੀ ਪੀਡੀਐਫ ਵੀ ਮਿਲੇਗੀ ਡੋਂਟ ਵਰੀ ਇਸ ਕਲਾਸ ਦੀ ਪੀਡੀਐਫ ਵੀ ਮਿਲੇਗੀ ਡੋਂਟ ਵਰੀ ਇਸ ਕਲਾਸ ਦੇ 50 ਦੇ 50 ਕੁਐਸਚਨਾਂ ਦੀ ਪੀਡੀਐਫ ਵੀ ਮਿਲੇਗੀ ਤਾਂ ਕਿ ਤੁਹਾਨੂੰ ਯਾਦ ਰਹਿਣ ਇਸ ਕੁਐਸਚਨ ਦਾ ਉੱਤਰ ਆਏਗਾ ਮਹਾਉਂਦਾਸ ਕਰਮਚੰਦ ਗਾਂਧੀ ਨੂੰ ਕਿਹਨੇ ਕਿਹਾ ਸੀ ਰਵਿੰਦਰਨਾਥ ਟੈਗੋਰ ਨੇ ਗਾਂਧੀ ਜੀ ਨੂੰ ਕੱਲਾ ਮਹਾਤਮਾ ਨਹੀਂ ਗਾਂਧੀ ਜੀ ਨੂੰ ਕੇਸਰੀ ਹਿੰਦ ਦੀ ਉਪਾਧੀ ਵੀ ਮਿਲੀ ਸੀ ਕੇਸਰੀ ਹਿੰਦ ਦੀ ਉਪਾਧੀ ਵੀ ਮਿਲੀ ਸੀ ਜੋ ਕਿ ਇਹਨਾਂ ਨੇ ਜਲਿਆਂ ਵਾਲੇ ਬਾਗ ਹੱਤਿਆ ਕਾਂਡ ਤੇ 1919 ਦੇ ਵਿੱਚ ਵਾਪਸ ਕਰ ਦਿੱਤੀ ਸੀ ਦੋਸਤੋ ਜੋ ਕਿ ਇਹਨਾਂ ਨੇ ਤਿਆਗ ਦਿੱਤੀ ਸੀ ਜਦੋਂ ਜਲਿਆਂ ਵਾਲੇ ਬਾਗ ਦਾ ਹੱਤਿਆ ਕਾਂਡ ਹੋਇਆ ਉਦੋਂ ਇਹਨਾਂ ਦੁਆਰਾ त्याग ਦਿੱਤੀ ਗਈ उपाधि 1906 ਵਿੱਚ ਕਲਕੱਤਾ ਵਿੱਚ ਹੋਏ ਕਾਂਗਰਸ ਸੈਸ਼ਨ ਦਾ ਪ੍ਰਧਾਨ ਕੌਣ ਸੀ 1906 ਦੇ ਵਿੱਚ ਜਿਹੜਾ ਕਲਕੱਤਾ 'ਚ ਕਾਂਗਰਸ ਦਾ ਸੈਸ਼ਨ ਹੋਇਆ ਉਦੋਂ ਪ੍ਰਧਾਨ ਕੌਣ ਸੀ ਗੱਲ ਯਾਦ ਰੱਖਿਓ ਜਿਹੜੇ ਮੇਰੇ ਨਾਲ ਪਿਛਲੇ 50 ਦਿਨਾਂ ਤੋਂ ਜੁੜੇ ਹੋਏ ਸੀ ਉਹਨਾਂ ਨੂੰ ਸਾਰਿਆਂ ਨੂੰ ਯਾਦ ਆ ਵੀ ਮੈਂ ਕਰਾਇਆ ਸੀ ਵੀ ਦਾਦਾ ਭਾਈ ਨਰੋਜੀ ਕਾਂਗਰਸ ਦੇ ਤਿੰਨ ਵਾਰੀ ਪ੍ਰਧਾਨ ਬਣੇ ਆ ਇੱਕ ਬਣੇ ਆ 1886 ਦੇ ਵਿੱਚ ਇੱਕ ਬਣੇ ਸੀ 1893 ਦੇ ਵਿੱਚ ਤੇ ਇਸ ਕੁਐਸਚਨ ਦਾ ਉੱਤਰ ਹੋਏਗਾ ਜੀ ਇਸ ਕੁਐਸਚਨ ਦਾ ਉੱਤਰ ਹੋਏਗਾ 1906 ਦੇ ਵਿੱਚ ਆਹ ਗੱਲ ਆ ਜੀ ਆਹ ਬਾਤ ਆ ਜੀ ਤਿੰਨ ਵਾਰੀ ਦਾਦਾ ਭਾਈ ਨਰੋਜੀ ਪ੍ਰਧਾਨ ਬਣੇ ਦਾਦਾ ਭਾਈ ਨਰੋਜੀ ਇਸ ਕੁਐਸਚਨ ਦਾ ਉੱਤਰ ਆਏਗਾ ਇਹ 1906 ਦੇ ਨੇੜੇ ਤੇੜੇ ਇੱਕ ਸਾਲ ਹੋਰ ਬਹੁਤ ਇੰਪੋਰਟੈਂਟ ਆ ਉਹ ਕਿਹੜਾ ਜੀ ਉਹ 1905 ਆ ਜਦੋਂ ਬੰਗਾਲ ਦੀ ਵੰਡ ਹੋਈ ਸੀ ਦਾ ਪ੍ਰਧਾਨ ਕੌਨ ਸੀ ਗੋਪਾਲ ਕ੍ਰਿਸ਼ਨ ਗੋਖਲੇ ਜੀ ਕੇ ਗੋਖਲੇ ਆਏਗਾ ਉਸ ਕੁਐਸਚਨ ਦਾ ਉੱਤਰ 1905 ਪ੍ਰਧਾਨ ਇਹ ਸਨ ਆਜ਼ਾਦੀ ਤੋਂ ਪਹਿਲਾਂ ਭਾਰਤ ਦਾ ਕਿਹੜਾ ਖੇਤਰ ਕਾਲੇ ਪਾਣੀ ਵਜੋਂ ਜਾਣਿਆ ਜਾਂਦਾ ਸੀ ਮੈਂ ਕਹਿੰਨਾ ਸੌ ਪਾਈਆ ਮੈਂ ਵਿਦਿਆ ਪੜਾਈ ਜਿਹੜਾ ਗੱਪ ਮਾਰੀ 50 ਦੇ 50 ਕੁਐਸਚਨ ਅਟੈਂਪਟ ਕਰਨੇ ਆ ਜਿੰਨੇ ਨੰਬਰ ਬਣੇ ਉਹ ਜਦੋਂ ਕਲਾਸ ਖਤਮ ਹੋ ਗਈ ਉਹ ਦੁਬਾਰਾ ਕਮੈਂਟ ਬਾਕਸ ਚ ਦੱਸ ਕੇ ਜਾਇਓ ਆ 50 ਕਲਾਸਾਂ ਦਾ ਸਫਰ ਕਿੱਦਾਂ ਦਾ ਰਿਹਾ ਤੁਹਾਨੂੰ ਮੋਟੀਵੇਸ਼ਨ ਤੁਹਾਨੂੰ ਕਲਾਸੇ ਤੁਹਾਨੂੰ ਕਿੱਦਾਂ ਦੀਆਂ ਲੱਗੀਆਂ ਇਹ ਸਭ ਕੁਝ ਤੁਸੀਂ ਮੈਨੂੰ ਕਮੈਂਟ ਬਾਕਸ ਚ ਦੱਸ ਕੇ ਜਾਣਾ ਇਕੱਲੇ ਇਕੱਲੇ ਬੱਚੇ ਦਾ ਕਮੈਂਟ ਮੈਂ ਆਪ ਪੜ੍ਹ ਕੇ ਜਵਾਬ ਦੇਵਾਂਗਾ ਇਹ ਗੱਲ ਯਾਦ ਰੱਖਿਓ ਕਹਿੰਦੇ ਆਜ਼ਾਦੀ ਤੋਂ ਪਹਿਲਾਂ ਭਾਰਤ ਦਾ ਕਿਹੜਾ ਖੇ ਕਿਹੜਾ ਖੇਤਰ ਸੀ ਲਕਸ਼ਦੀਪ ਅੰਡੇਮਾਨ ਨਿਕੋਬਾਰ ਦਮਨੈਂਦਿਊ ਅਲੀਬਾਤਾ ਨੇ ਖੈਬਾ ਉੱਤਰ ਗਿਆ ਆਏਗਾ ਦੋਸਤੋ ਉੱਤਰ ਆਏਗਾ ਜੀ ਅੰਡੇਮਾਨ ਨਿਕੋਬਾਰ ਦੀਪ ਸਮੂਹਾ ਭੋਲੇ ਕੇ ਟਿੱਡੇ ਦੇ ਹੈ ਨਹੀਂ ਪੜਨ ਦੇ ਲੱਛਣ ਐਕਚੁਅਲ ਦੇ ਤੇ ਆ ਬੋਰਡ ਦੇ ਵਿੱਚ ਮਿਲਦਾ ਕੋਈ ਦਿੱਕਤ ਤਾਂ ਰੋਜ਼ ਹੀ ਪੀਪੀਟੀ ਆ ਹੀ ਹੁੰਦੀ ਆ ਆਪਣੀ ਆਪਾਂ ਇੱਥੋਂ ਸੈੱਟ ਬਣਾ ਕੇ ਲਿਆਉਂਗੇ ਨੇ ਆਪਦੇ ਲੈਪਟਾਪ ਦੇ ਵਿੱਚੋਂ ਇੱਥੇ ਆ ਕੇ ਸਿਸਟਮ ਸਾਰਾ ਵਿਗੜ ਜਾਂਦਾ ਜੀ ਅੰਡੇਮਾਨ ਨਿਕੋਬਾਰ ਨੂੰ ਕੀ ਕਿਹਾ ਜਾਂਦਾ ਸੀ ਕਾਲੇ ਪਾਣੀ ਦੇ ਨਾਲ ਨਾਲ ਜਾਣਿਆ ਜਾਂਦਾ ਸੀ ਦੋਸਤੋ ਉਹਦੇ ਵਿੱਚ ਕਾਲੇ ਪਾਣੀ ਦੀ ਜੇਲ ਸੀ ਇਧਰੋਂ ਵੀ ਪਾਣੀ ਸੀ ਇਧਰੋਂ ਵੀ ਪਾਣੀ ਸੀ ਕਿਸੇ ਪਾਸੇ ਬੰਦਾ ਨਿਕਲ ਕੇ ਜਾ ਨਹੀਂ ਸਕਦਾ ਇਸ ਕਹਿੰਦੇ ਰਾਜਪਾਲ ਦੀ ਤਨਖਾਹ ਤੇ ਭੱਤੇ ਕਿਹਦੇ ਦੁਆਰਾ ਦਿੱਤੇ ਜਾਂਦੇ ਆ ਰਾਜਪਾਲ ਦੀ ਤਨਖਾਹ ਤੇ ਭੱਤੇ ਕਿਹਦੇ ਦੁਆਰਾ ਦਿੱਤੇ ਜਾਂਦੇ ਆ ਦੋਸਤੋ ਜਲਦੀ ਨਾਲ ਦਿਓ ਜਵਾਬ ਜਲਦੀ ਨਾਲ ਟਿੱਡੇ ਨੇ ਪੜ੍ਹਨਾ ਨਹੀਂ ਮਿਲਦਾ ਹਾਂ ਨਾ ਬਿਲਕੁਲ ਸਹੀ ਗੱਲ ਟਿੱਡੇ ਨੇ ਸਰ ਪੜ੍ਹਨਾ ਨਹੀਂ ਮਿਲਦਾ ਨਹੀਂ ਪੜ੍ਹਨਾ ਟਿੱਡੇ ਨੇ ਐਂ ਲੱਗ ਰਿਹਾ ਮੈਨੂੰ ਵੀ ਇੱਕ ਵਾਰੀ ਲਾਈਕ ਵਾਲਾ ਬਟਨ ਬਹੁਤ ਜਲਦੀ ਨਾਲ 590 ਬੱਚੇ ਆ ਚੁੱਕੇ ਆ ਤੇ ਸਿਰਫ 466 ਨੇ ਲਾਈਕ ਕੀਤਾ ਇਹ ਫਿਰ ਗੱਲ ਤਾਂ ਨਹੀਂ ਬਣੀ ਨਾ ਕੋਈ ਹੈ ਨਾ ਇਹ ਕੋਈ ਮਸਲੇ ਦਾ ਹੱਲ ਨਹੀਂ ਹੈਗਾ ਜੀ ਗੱਲ ਬਣਾਓ ਜਲਦੀ ਨਾਲ ਜਲਦੀ ਨਾਲ 500 ਲਾਈਕ ਪੂਰਾ ਕਰੋ ਇਸ ਕੁਸ਼ਚਨ ਦਾ ਉੱਤਰ ਕੀ ਆਏਗਾ ਜੀ ਕਨਸੋਲੀਡੇਟਡ ਫੰਡ ਆਫ ਸਟੇਟ ਕਨਸੋਲੀਡੇਟਡ ਫੰਡ ਆਫ ਸਟੇਟ ਦੇ ਵਿੱਚੋਂ ਭਾਈ ਉਹਨਾਂ ਦੇ ਤਨਖਾਹਾਂ ਤੇ ਭੱਤੇ ਦਿੱਤੇ ਜਾਂਦੇ ਆ ਦੋਸਤੋ ਤਨਖਾਹਾਂ ਤੇ ਭੱਤੇ ਕਿੱਥੋਂ ਤੈਂਦੇ ਕਨਸੋਲੀਡੇਟਡ ਫੰਡ ਆਫ ਸਟੇਟ ਦੇ ਵਿੱਚੋਂ ਨੈਕਸਟ ਕੁਸ਼ਚਨ ਜੀ ਕਹਿੰਦੇ ਦੁਨੀਆ ਦੀ ਦੁਨੀਆ ਦੇ ਵਿੱਚ ਚੋਟੀ ਦੇ ਪੁਰਸ਼ ਮਤਲਬ ਟ ਜਿਹਦਾ ਨਾਮ ਸੀ ਰਾਫੇਲ ਨਡਾਲ ਉਹ ਕਿਹੜੇ ਮੁਲਕ ਦਾ ਸੀ ਮੈਂ ਕਹਿੰਦਾ ਇਹ ਸਵਾਲ ਦਾ ਜਵਾਬ ਦੇਣ ਵਾਲੇ ਬੱਚੇ ਨੂੰ ਪੂਰੇ 300 ਡਾਲਰ ਕਾਲਪਨਿਕ ਗਰੁੱਪ ਦੇ ਵਿੱਚ ਨਗਦ ਦੇ ਇਨਾਮ ਦਿੱਤਾ ਜਾਏਗਾ ਇਸ ਸਵਾਲ ਦਾ ਜਵਾਬ ਦੇਣ ਵਾਲੇ ਨੂੰ ਕਾਲਪਨਿਕ ਗਰੁੱਪ ਦੇ ਵਿੱਚ 300 ਡਾਲਰ ਨਗਦ ਦੇ ਇਨਾਮ ਮੇਰੇ ਵੱਲੋਂ ਦਿੱਤਾ ਜਾਏਗਾ ਨਗਦ ਦੇ ਇਨਾਮ ਦਿੱਤਾ ਜਾਏਗਾ ਪੂਰੇ 300 ਡਾਲਰ ਜਿਹੜਾ ਇਸ ਸਵਾਲ ਦਾ ਸਹੀ ਜਵਾਬ ਦੇਵੇਗਾ ਜੀ ਪੂਰੇ 300 ਡਾਲਰ ਆਹ ਲੋ ਹੁਣ ਡਾਲਰੇ ਬਣ ਜਾਣਗੇ ਐ ਤਾਂ ਨਹੀਂ ਬਣਦੇ ਵੈਸੇ ਡਾਲਰ ਤਾਂ ਐ ਬਣਦੇ ਹੁੰਦੇ ਆ ਜੇ ਬਣਦੇ ਹੁੰਦੇ ਐਸ ਜੀ ਤੇ ਦੋ ਡੰਡੇ ਲਾਕੇ ਨਾ ਚਲੋ ਜੀ ਇਹਦਾ ਉੱਤਰ ਕੀ ਆਏਗਾ ਦੋਸਤੋ ਇਹਦਾ ਉੱਤਰ ਆਏਗਾ ਜੀ ਸਪੇਨ ਸਪੇਨ ਮੁਲਕ ਦਾ ਪਲੇਅਰ ਸੀ ਕੌਣ ਰਾਫੇਲ ਨਡਾਲ ਸਪੋਰਟਸ ਦੇ ਵਿੱਚੋਂ ਇੱਕ ਕੁਐਸਚਨ ਆਉਣਾ ਹੀ ਆਉਣਾ ਮੀਂਹ ਨੇਰੀ ਤੂਫਾਨ ਝੱਖੜ ਕੋਸ਼ ਆਵੇ ਸਪੋਰਟਸ ਚ ਇੱਕ ਸਵਾਲ ਆਊਗਾ ਅੱਜ ਦੀ ਕਲਾਸ ਦੇ ਵਿੱਚ 50 ਮਿੰਟ ਤੇ 50 ਕੁਐਸਚਨ ਕਰਕੇ ਜਾਵਾਂਗੇ ਨੇਰੀ ਠਾਲ ਕੇ ਰੱਖ ਦਾਂਗੇ ਇੱਕ ਵਾਰੀ ਲਾਈਕ ਵਾਲਾ ਬਟਨ ਦਬਾ ਦਿਓ ਇੱਕ ਵਾਰੀ ਲਾਈਕ ਵਾਲਾ ਬਟਨ ਦਬਾ ਦਿਓ ਜਲਦੀ ਨਾਲ ਸਾਰੇ ਜਣੇ ਜਿਨ੍ਹਾਂ ਨੇ ਨਹੀਂ ਦਬਾਇਆ ਹੈ ਲਾਈਕ ਵਾਲਾ ਬਟਨ ਦਬਾ ਦਿਓ ਅਗਲਾ ਸਵਾਲ ਆ ਗਿਆ ਜੀ ਕਹਿੰਦੇ ਭਾਰਤ ਵਿੱਚ ਨਿਯੁਕਤ ਕਰਦਾ ਹੈ ਦੋਸਤੋ ਗਵਰਨਰ ਆਫ ਦਾ ਸਟੇਟ ਕਿਹਦੇ ਦੁਆਰਾ ਪਾਇੰਟ ਕੀਤਾ ਜਾਂਦਾ ਦਿਓ ਜੀ ਉੱਤਰ ਇੱਕ ਵਾਰੀ ਧਿਆਨ ਨਾਲ ਕਲਾਸ ਨੂੰ ਲਾਓ ਧਿਆਨ ਨਾਲ ਸੁਣੋ ਗੱਲਾਂ ਨੂੰ ਜੇ ਨਹੀਂ ਸੁਣੋਗੇ ਜੇ ਇੱਥੇ ਗਲਤ ਕਰ ਗਏ ਇੱਥੇ ਗਲਤੀ ਦੀ ਮਾਫੀ ਹੈ ਇੱਥੇ ਸੌਰੀ ਸਰ ਬੋਲ ਦੋਗੇ ਮੈਂ ਮaaf ਕਰ ਦੇਣਾ ਕੁਝ ਨਹੀਂ ਵਿਗੜਨ ਵਾਲਾ ਸਿੱਖ ਜਾਓਗੇ ਜੇ ਪੇਪਰ 'ਚ ਗਲਤੀ ਹੋ ਗਈ ਤੇ ਕੋਈ ਗੱਲ ਯਾਦ ਆਉਂਦੀ ਹੁੰਦੀ ਆ ਮੈਨੂੰ ਪਤਾ ਨਹੀਂ ਲੱਗਿਆ ਕਿਵੇਂ ਗਲਤ ਹੋ ਗਿਆ ਮੈਨੂੰ ਪਤਾ ਨਹੀਂ ਲੱਗਿਆ ਕਿਵੇਂ 네ਗੇਟਿਵ ਮਾਰਕਿੰਗ ਨਾਲ ਇੱਕ ਨੰਬਰ ਕੱਟ ਹੋ ਗਿਆ। ਦੋ ਭਾਈ ਇਹਦਾ ਜਵਾਬ ਦਿਓ। ਰਾਜਪਾਲ ਨੂੰ ਕੌਣ ਨਿਯੁਕਤ ਕਰਦਾ? ਦੋਸਤੋ ਬਿਲਕੁਲ ਚੂਨਣ ਸਵਾਲ ਆ। ਪ੍ਰੈਜ਼ੀਡੈਂਟ ਨਿਯੁਕਤ ਕਰਦਾ। ਪ੍ਰੈਜ਼ੀਡੈਂਟ ਕਿਹਨੂੰ ਕਿਹਨੂੰ ਅ ਨਿਯੁਕਤ ਕਰਦਾ ਜੀ? ਆਟਾਰਨੀ ਜਰਨਲ ਨੂੰ ਪ੍ਰੈਜ਼ੀਡੈਂਟ ਨਿਯੁਕਤ ਕਰਦਾ ਜੀ। ਐਡਵੋਕੇਟ ਜਰਨਲ ਨੂੰ ਪ੍ਰੈਜ਼ੀਡੈਂਟ ਨਿਯੁਕਤ ਕਰਦਾ ਜੀ। ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਨੂੰ ਪ੍ਰੈਜ਼ੀਡੈਂਟ ਨਿਯੁਕਤ ਕਰਦਾ ਜੀ। ਇੱਕ ਕੈਗਨੋ ਪ੍ਰੈਜ਼ੀਡੈਂਟ ਨਿਯੁਕਤ ਕਰਦਾ ਜੀ ਫਾਈਨੈਂਸ ਮਿਨਿਸਟਰ ਨੂੰ ਫਾਈਨੈਂਸ ਕਮਿਸ਼ਨਰ ਨੂੰ ਵੀ ਫਾਈਨੈਂਸ ਕਮਿਸ਼ਨਰ ਨੂੰ ਵੀ ਆਪਣਾ ਪ੍ਰੈਜ਼ੀਡੈਂਟ ਨਿਯੁਕਤ ਕਰਦਾ ਆਪਣੇ ਦੇ ਦੇ ਪ੍ਰਧਾਨ ਮੰਤਰੀ ਨੂੰ ਵੀ ਪ੍ਰੈਜ਼ੀਡੈਂਟ ਨਿਯੁਕਤ ਕਰਦਾ ਜੀ ਕੈਬਨਟ ਮਿਨਿਸਟਰਾਂ ਨੂੰ ਸੀਓਐਮ ਕਾਉਂਸਲ ਆਫ ਮਿਨਿਸਟਰ ਨੂੰ ਵੀ ਕਾ ਆਪਣਾ ਰਾਸ਼ਟਰਪਤੀ ਹੈ ਜਿਹੜਾ ਉਹ ਅਪੋਇੰਟ ਕਰਦਾ ਦੋਸਤੋ ਗਵਰਨਰ ਨੂੰ ਵੀ ਇਹੀ ਕਰਦਾ ਤੇ ਪੇਪਰ ਦੇ ਵਿੱਚ ਬਾਰ ਬਾਰ ਸਵਾਲ ਪੁੱਛਿਆ ਦੇ ਪਾਵਰਾਂ ਕਿਹੜੇ ਆਰਟੀਕਲ ਤੇ ਲਿਖੀਆਂ ਹੋਈਆਂ 53 53 ਨੰਬਰ ਆਰਟੀਕਲ ਦੇ ਵਿੱਚ ਪ੍ਰੈਜ਼ੀਡੈਂਟ ਦੀਆਂ ਪਾਵਰਾਂ ਸ਼ਕਤੀਆਂ ਲਿਖੀਆਂ ਹੋਈਆਂ ਸਾਰ ਜੇ ਨਜ਼ਾਰਾ ਆ ਰਿਹਾ ਤੇ ਇੱਕ ਵਾਰੀ ਯਸਰ ਲਿਖ ਦੋ ਜਿਹੜੇ ਬੱਚੇ ਪਹਿਲੀ ਵਾਰੀ ਆਇਆ ਇੱਕ ਵਾਰੀ ਹੱਥ ਖੜਾ ਕਰਿਓ ਕਲਾਸ ਚ ਜਿਹੜੇ ਪਹਿਲੀ ਵਾਰੀ ਆਇਆ ਕਲਾਸ ਵੇਖਣ ਤੋਂ ਪਹਿਲਾਂ ਮੇਰੀ ਲਾਈਵ ਕਲਾਸ ਸੌਰੀ ਮੇਰੀ ਲਾਈਵ ਕੀ ਰਿਕਾਰਡਡ ਵੀ ਨਹੀਂ ਦੇਖੀ ਜਿਹੜੇ ਪਹਿਲੀ ਵਾਰੀ ਮੈਨੂੰ ਵੇਖ ਰਹੇ ਇੱਕ ਵਾਰੀ ਹੈਂਡ ਰੇਜ਼ ਕਰ ਦਿਓ ਕੋਈ ਵੀ ਬੱਚਾ ਗਲਤ ਤੇ ਵੀ ਮਜ਼ਾਕ ਚ ਲੈ ਕੇ ਆਪਦੇ ਹੱਥ ਨਹੀਂ ਖੜੇ ਕਰੇਗਾ ਮੈਂ ਸੱਚੀ ਇਧਰ ਲਈ ਕਹਿੰਦੇ ਨਾ ਇੱਕ ਟੱਕਰ ਮਰਵਣੀ ਹੈ ਇੱਕ ਇਧਰ ਹੀ ਨਾ ਜੇ ਕੋਈ ਪੁਰਾਣੇ ਨਹੀਂ ਹਾਂ ਨਾ ਕਰਤੀ ਇੱਕ ਵਾਰੀ ਦੱਸ ਦੋ ਜਲਦੀ ਨਾਲ ਪਹਿਲੀ ਵਾਰੀ ਜਿਹੜਾ ਬੱਚਾ ਆਇਆ ਪਰ ਲੋਕ ਸਿੰਘ ਝੂਠ ਬੋਲਦੇ ਆ ਕਾਫੀ ਸਾਰੇ ਬੱਚੇ ਜਿਹੜੇ ਪਹਿਲੀ ਵਾਰ ਆਏ ਆ ਠੀਕ ਹੈ ਜੀ ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਹੈ ਜਿਹੜਾ ਸਰਕਾਰੀ ਨੌਕਰੀ ਵਿੱਚ ਨਾਗਰਿਕਾਂ ਲਈ ਬਰਾਬਰ ਦੇ ਮੌਕੇ ਪ੍ਰਦਾਨ ਕਰਦਾ ਹੈ ਕਿਹੜਾ ਆਰਟੀਕਲ ਹੈ ਜਿਹੜਾ ਸਰਕਾਰੀ ਨੌਕਰੀ ਵਾਸਤੇ ਬਰਾਬਰ ਦੇ ਮੌਕੇ ਪ੍ਰਦਾਨ ਕਰਦਾ ਦੋਸਤੋ ਕਿਹੜਾ ਆਰਟੀਕਲ ਹੈ 22 ਨੰਬਰ 16 ਨੰਬਰ 20 ਨੰਬਰ 25 ਨੰਬਰ ਉੱਤਰ ਆਏਗਾ ਜੀ 16 ਨੰਬਰ ਇਕੁਅਲ ਓਪਰਚ्युनिटी ਇਨ ਪਬਲਿਕ এমਪਲੋਇਮੈਂਟ ਉੱਤਰ ਕੀ ਆਏਗਾ ਜੀ ਇਕੁਅਲ ਓਪਰਚ्युनिटी ਇਨ ਪਬਲਿਕ এমਪਲੋਇਮੈਂਟ ਇਸ ਨੂੰ ਅੰਗਰੇਜ਼ੀ ਦੇ ਵਿੱਚ ਕਿਹਾ ਜਾਂਦਾ ਦੋਸਤੋ ਇਕੁਅਲ ਓਪਰਚ्युनिटी ਇਨ ਪਬ ਉੱਤਰ ਕੀ ਆਏਗਾ ਜੀ ਆਰਟੀਕਲ ਨੰਬਰ 16 ਆਰਟੀਕਲ ਨੰਬਰ 16 ਦੇ ਵਿੱਚ ਇਹ ਲਿਖਿਆ ਹੋਇਆ ਹੈ ਦੋਸਤੋ ਅਗਲਾ ਕੁਐਸਚਨ ਆ ਗਿਆ ਜੀ ਡੋਲਫਿਨ ਕਿੱਕ ਕਿਹੜੀ ਖੇਡ ਨਾਲ ਸੰਬੰਧਿਤ ਹੈ ਕਿਹੜੀ ਸੰਬੰਧਿਤ ਕਿਹੜੀ ਖੇਡ ਨਾਲ ਜੁੜਿਆ ਹੋਇਆ ਸ਼ਬਦ ਹੈ ਜਿਹੜਾ ਮੈਂ ਕਹਿੰਦਾ ਇਹ ਸਵਾਲ ਐਮ ਆਈ ਕੁਐਸਚਨ ਹੈ ਇਹ ਐਮ ਆਈ ਸਵਾਲ ਆ ਜੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਮੋਸਟ ਇੰਪੋਰਟੈਂਟ ਕੁਐਸਚਨ ਆਫ ਦਾ ਕਲਾਸ ਡੋਲਫਿਨ ਕਿੱਕ ਇਹਦੇ ਚੋਂ ਅੱਧੇ ਤੋਂ ਵੱਧ ਜਨਤਾ ਦਾ ਡੱਡੇ ਨੂੰ ਹੋੜਾ ਲੱਲੇ ਨੂੰ ਦਲੈਂਕੜ ਮਾਂਜਿਆ ਜਾਏਗਾ ਡੋਲੂ ਮਾਂਜਿਆ ਜਾਏਗਾ ਅਧਿਆਂ ਤੋਂ ਵੱਧ ਦਾ ਦੋਸਤੋ ਅਧਿਆਂ ਤੋਂ ਵੱਧ ਦਾ ਡੋਲੂ ਮਾਂਜਿਆ ਜਾਏਗਾ ਇਸ ਕੁਐਸਚਨ ਦੇ ਵਿੱਚ ਕਹਿੰਦੇ ਜੀ ਡੋਲਫਿਨ ਕਿੱਕ ਕਿਹੜੇ ਸ਼ਬਦ ਨਾਲ ਜੁੜਿਆ ਹੋਇਆ ਹੈ ਡੋਲਫਿਨ ਕਿੱਕ ਫੁੱਟਬਾਲ ਰਗਬੀ সুইমিং ক্রিকেট ਦੇਖੋ ਬਹੁਤ ਸਾਰੀ ਜਨਤਾ ਹੋਗੀ ਸ਼ੁਰੂ ਮੈਂ ਕਹਿ ਰਿਹਾ एवरीडे इज नॉट ਸੰਡੇ ਮਾਈ ਡੀਅਰ ਫਰੈਂਡਸ एवरीडे इज नॉट ਸੰਡੇ ਮਾਈ ਡੀਅਰ ਫਰੈਂਡਸ ਅਗਰ ਕਿੱਕ ਲਿਖੀ ਹੈ ਅਗਰ ਲੱਤ ਲਿਖੀ ਹੈ ਤੇ ਜ਼ਰੂਰੀ ਨਹੀਂ ਉਹ ਫੁੱਟਬਾਲ ਦੇ ਵਿੱਚ ਹੋਏਗੀ ਉਹ ਸੁਲਮਾਨ ਖਾਨ ਦੀ ਫਿਲਮ ਦਾ ਨਾਮ ਵੀ ਕਿੱਕ ਹੋ ਸਕਦਾ ਜੀ ਜ਼ਰੂਰੀ ਨਹੀਂ ਉਹ ਫੁੱਟਬਾਲ ਦੇ ਵਿੱਚ ਹੋਏਗੀ ਉਹ সুইমিং ਦੇ ਵਿੱਚ ਵੀ ਕਿੱਕ ਵਰਤੀ ਜਾ ਸਕਦੀ ਹੈ ਇਹ ਕਿਵੇਂ ਸਰ ਐਦਾਂ ਕਿਦਾਂ ਸਰ ਦੱਸ ਦਿਨਾ ਜੀ ਆ ਜਿਹੜੀ ਹੈ ਇਹ ਪੋਜੀਸ਼ਨ ਨੂੰ ਇਹ ਜੋ ਮਤਲਬ ਇਹ ਕੁੜੀ ਇੱਕ ਤਰ੍ਹਾਂ ਉੱਪਰ ਜਾ ਰਹੀ ਉਹਨੂੰ ਡੋਲਫਿਨ ਕਿੱਕ ਕਿਹਾ ਜਾਂਦਾ ਇਹਨੂੰ ਡੋਲਫਿਨ ਕਿੱਕ ਕਿਹਾ ਜਾਂਦਾ ਡੋਲਫਿਨ ਮੱਛੀ ਦੇ ਵਾਂਗ ਆਪਣੇ ਆਪ ਨੂੰ ਪਾਣੀ ਦੇ ਉੱਤੇ ਲੈ ਕੇ ਜਾਣ ਵਾਲੀ ਪਰ ਕਿਰਿਆ ਨੂੰ ਡੋਲਫਿਨ ਕਿੱਕ ਦੇ ਨਾਲ ਜਾਣਿਆ ਜਾਂਦਾ ਹੁਣ ਜਿਨ੍ਹਾਂ ਦਾ ਗਲਤ ਹੋ ਇਹਨੇ ਫੁੱਟਬਾਲ ਲਿਖਿਆ ਸੀ ਸੌਰੀ ਸਰ ਬੋਲ ਦਿਓ ਜਿਨ੍ਹਾਂ ਨੇ ਫੁੱਟਬਾਲ ਲਿਖਿਆ ਸੀ ਸੌਰੀ ਸਰ ਬੋਲ ਦਿਓ ਇੱਕ ਵਾਰੀ ਕਹਿੰਦੇ ਆਹ ਸੈਂਚਰੀ ਇਜ਼ ਨਾਟ ਇਨਫ ਆਹ ਸੈਂਚਰੀ ਇਜ਼ ਨਾਟ ਇਨਫ ਇਹ ਕੀ ਦੀ ਆਟੋ ਬਾਇਓਗ੍ਰਾਫੀ ਹੈ ਇਹ ਕੀ ਦੀ ਆਟੋ ਬਾਇਓਗ੍ਰਾਫੀ ਹੈ ਆਈਟਮ ਆਫ ਚਨਾਉ ਕੀਆ ਬਣਾ ਕੇ ਲੈ ਕੇ ਆਏ ਆ ਪਰ ਬਹੁਤ ਸਾਰੇ ਪੇਪਰਾਂ ਦੇ ਵਿੱਚ ਆਪਸ਼ਨ ਸੌਖੀ ਆ ਸਕਦੀ ਹੈ ਕਈ ਵਾਰੀ ਇੱਥੇ ਫੁੱਟਬਾਲ ਦੇ ਪਲੇਅਰ ਦਾ ਨਾਮ ਪਾ ਸਕਦਾ ਟੈਨਿਸ ਦੇ ਪਲੇਅਰ ਦਾ ਨਾਮ ਪਾ ਸਕਦਾ ਬੈਡਮਿੰਟਨ ਦੇ ਪਲੇਅਰ ਦਾ ਨਾਮ ਪਾ ਸਕਦਾ ਬਸ ਸੈਂਚਰੀ ਦੇ ਵਿੱਚੋਂ ਅਧਿਕ ਬੱਚੇ ਤਾਂ ਛਾਂਟ ਲੈਣੇ ਵੀ ਕ੍ਰਿਕਟ ਵਾਲਾ ਹੋਊਗਾ ਕੋਈ ਪਰ ਇੱਥੇ ਚਾਰੇ ਚਾਰੇ ਦੇ ਚਾਰੇ ਹੀ ਕ੍ਰਿਕਟ ਵਾਲੇ ਆ ਚਾਰੇ ਦੇ ਚਾਰੇ ਹੁਣ ਕਈ ਬੰਦੇ ਹੈਗੇ ਆ ਜਿਹੜੇ ਸੋਚ ਸਕਦੇ ਇੱਥੇ ਵੀ ਜਿਹਨਾਂ ਨੂੰ ਨਹੀਂ ਪਤਾ ਉਹ ਇੱਕ ਵਾਰੀ ਸੌਰੀ ਸਰ ਲਿਖ ਦਿਓ ਜਿਹਨਾਂ ਨੂੰ ਨਹੀਂ ਹੁੰਦਾ ਉਹ ਸੌਰੀ ਸਰ ਬੋਲ ਦਿਓ ਹੁਣ ਉੱਤਰ ਮੈਂ ਦੱਸ ਦੇਣਾ ਇਹ ਉੱਤਰ ਆਏਗਾ ਜੀ ਕੀ ਸੌਰਵ ਗਾਂਗੂਲੀ ਸੌਰਵ ਗਾਂਗੂਲੀ ਇਸ ਕੁਐਸਚਨ ਦਾ ਉੱਤਰ ਆਏਗਾ ਦੋਸਤੋ ਸੌਰਵ ਗਾਂਗੂਲੀ ਦੀ ਆਟੋ ਬਾਇਓਗ੍ਰਾਫੀ ਆਤਮ ਕਥਾ ਹੈ ਸੈਂਚਰੀਜ਼ ਨਾਟ ਇਨਫ ਮਾਈ ਰੋਲਰ ਕੋਸਟਲਾਈਨ ਰਾਈਡ ਟੂ ਸਕਸੈਸਸ ਸਕੌਣ ਕਹਿ ਰਿਹਾ ਸੌਰਵ ਗਾਂਗੂਲੀ ਕਹ ਰਿਹਾ ਭਾਰਤ ਦੇ ਸਫਲ ਕਪਤਾਨਾਂ ਦੇ ਵਿੱਚੋਂ ਇੱਕ ਜਿਹਨੂੰ ਮਹਾਨ ਮੰਨਿਆ ਜਾਂਦਾ ਜਿਹਨੇ ਕਹਿੰਦੇ ਟੀਮ ਖੜੀ ਕੀਤੀ ਜਿਹਨੇ ਵੱਡੇ ਵੱਡੇ ਸਟਾਰ ਪੈਦਾ ਕਰਕੇ ਦਿੱਤੇ ਜੀ ਆਪਣੇ ਇੰਡੀਅਨ ਕ੍ਰਿਕਟ ਟੀਮ ਦੇ ਵਿੱਚ ਸੌਰਵ ਗਾਂਗੂਲੀ ਇਸ ਕੁਐਸਚਨ ਦਾ ਉੱਤਰ ਆਏਗਾ ਸੌਰਵ ਗਾਂਗੂਲੀ ਨੂੰ ਦਾਦਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਪੇਪਰ 'ਚ ਇਹ ਵੀ ਬਣ ਜਾਂਦਾ ਦਾਦਾ ਦੇ ਨਾਮ ਨਾਲ ਵੀ ਇਸੇ ਪਲੇਅਰ ਨੂੰ ਹੀ ਜਾਣਿਆ ਜਾਂਦਾ ਹੈ ਅਗਲਾ ਕੁਐਸਚਨ ਆ ਗਿਆ ਜੀ ਕਹਿੰਦੇ ਭਾਈ 1882 ਵਿੱਚ ਕਿਹੜੇ ਵਾਇਸ ਰాయ ਨੇ ਹੰਟਰ ਕਮਿਸ਼ਨ ਨਿਯੁਕਤ ਕੀਤਾ ਸੀ ਕਿਹੜੇ ਵਾਇਸ ਰాయ ਨੇ ਹੰਟਰ ਕਮਿਸ਼ਨ ਦੋਸਤੋ ਨਿਯੁਕਤ ਕੀਤਾ ਸੀ 1882 ਦੇ ਵਿੱਚ ਕਿਹੜਾ ਵਾਇਸ ਰ ਕਿਹੜਾ ਵੌਇਸ ਰਾਇਸੀ ਦੋਸਤੋ ਜਲਦੀ ਨਾਲ ਦੱਸ ਦੋ 50 ਮਿੰਟ 50 ਕੁਐਸਚਨ ਤੇ ਪੇਜ ਲੈ ਕੇ ਬਹਿ ਜਾਓ ਭਾਈ ਉੱਤੇ ਲਿਖੀ ਜਾਏ ਕਿੰਨੇ ਗਲਤ ਹੋ ਰਿਹਾ ਕਿੰਨੇ ਸਹੀ 50 ਤੱਕ ਗਿਣਤੀ ਲੈ ਕੇ ਜੇ ਗਲਤ ਹੋ ਜੇ ਕਾਟਾ ਮਾਰ ਦਿਆ ਕਰੋ ਜੇ ਸਹੀ ਹੋ ਜੇ ਟਿੱਕ ਲਾ ਦਿਆ ਕਰੋ ਬਾਅਦ ਚ ਕਾਟੇ ਗਿਣ ਲਿਓ ਮੈਨੂੰ ਉਮੀਦ ਆ ਚਾਰ ਪੰਜ ਕਾਟੇ ਹੀ ਹੋਣਗੇ 45 ਪਲੱਸ ਕੱਲੇ ਕੱਲੇ ਬੱਚੇ ਦੇ ਹੋਣੇ ਚਾਹੀਦੇ ਆ ਜਿਹਦੇ ਨਾਂ ਇਸ ਹਿਸਾਬ ਨਾਲ ਲਿਓ ਘੜੀਸੇ ਪਾਪਾ ਕੁੱਟੂ ਜਿਹੜੇ 50 ਦਿਨ ਤੋਂ ਮੇਰਨਾ ਪੜ ਰਹਾ ਇਹਦੇ 45% ਨੰਬਰ 45 ਪਲੱਸ ਨੰਬਰ ਨਹੀਂ ਲੈਣਗੇ 1882 ਚ ਕਿਹੜਾ ਵਾਇਸਰਏ ਸੀਗਾ ਅੰਟਰ ਕਮਿਸ਼ਨ ਜੀ ਨੇ ਨਿਯੁਕਤ ਕੀਤਾ ਸੀ ਉਹ ਕੌਣ ਸੀ ਲਾਰਡ ਰਿਪਨ ਸੀਗਾ ਦੋਸਤੋ ਉਹ ਰਿਪਨ ਸੀਗਾ ਜੀ ਇਹ ਉਹੀ ਰਿਪਨ ਆ ਜੀ ਇਹ ਉਹੀ ਰਿਪਨ ਆ ਦੋਸਤੋ ਜਿਨੇ 1882 ਦੇ ਵਿੱਚ ਨੋਨ ਸਿੰਕਰੋਾਈ ਸੌਰੀ ਸਿੰਕਰੋਰਾਈਜ਼ ਸੰਗਠਿਤ ਜਨਗਣਨਾ ਕਰਾਈ ਸੀ ਜਿਨੇ ਸੈਂਸਸ ਕਰਾਇਆ ਸੀ ਇਹ ਉਹੀ ਆ ਜਿਨੇ ਮਰਦਮ ਸ਼ੁਮਾਰੀ 1882 ਚ ਪਹਿਲੀ ਵਾਰੀ ਸੰਪੂਰਨ ਰੂਪ ਦੇ ਵਿੱਚ ਕਰਾਈ ਸੀ ਲਾਰਡ ਰਿਪਨ ਇਸ ਕੁਐਸਚਨ ਦਾ ਆਨਸਰ ਆਏਗਾ ਅਗਲਾ ਕੁ ਆ자ਦ ਭਾਰਤ ਵਿੱਚ ਅੰਗਰੇਜ਼ਾਂ ਨੇ ਡੈਸ਼ ਵਿੱਚ ਭਾਰਤ ਦੀ ਰਾਜਧਾਨੀ ਕਲਕੱਤਾ ਤੋਂ ਦਿੱਲੀ ਸ਼ਿਫਟ ਕਰ ਦਿੱਤੀ ਅੰਗਰੇਜ਼ਾਂ ਨੇ ਆਪਣੀ ਭਾਰਤ ਦੀ ਰਾਜਧਾਨੀ ਨੂੰ ਕਲਕੱਤਾ ਤੋਂ ਦਿੱਲੀ ਵੱਲ ਸ਼ਿਫਟ ਕਰ ਦਿੱਤਾ ਜੀ ਕਦੋਂ ਕੀਤਾ ਕਿਹੜੇ ਸਾਲ ਦੇ ਵਿੱਚ ਕੀਤਾ ਦੋਸਤੋ ਕਿਹੜੇ ਸਾਲ ਦੇ ਵਿੱਚ ਕੀਤਾ ਦੱਸੋ ਜੀ ਇਸ ਕੁਐਸਚਨ ਦਾ ਉੱਤਰ ਕੀ ਆਏਗਾ ਕਿਹੜੇ ਸਾਲ ਦੇ ਵਿੱਚ ਕੀਤਾ 1911 24 21 13 1911 24 21 13 ਦੱਸੋ ਜੀ ਕੀ ਉੱਤਰ ਆਏਗਾ ਦੋਸਤੋ ਇੱਕ ਵਾਰੀ ਲਾਈਕ ਵਾਲਾ ਬਟਨ ਦਬਾਓ 535 ਲਾਈਕ ਤੇ 635 ਬੱਚੇ ਲਾਈਵ ਇੱਕ 100 ਬੱਚਾ ਇਹੋ ਜਿਹਾ ਜਿਹਨੇ ਲਾਈਕ ਨਹੀਂ ਕੀਤਾ ਇਟ ਇਜ਼ ਨਾਟ ਗੁੱਡ ਫॉर ਯੂ ਮਾਈ ਡੀਅਰ ਫਰੈਂਡਸ 50 ਮਿੰਟਾਂ 50 ਕੁਐਸਚਨ ਨੇ 50 ਨੰਬਰ ਪੱਕੇ ਕਰ ਰਹੇ ਆ ਤੇ ਫਿਰ ਲਾਈਕ ਦੇ ਵਿੱਚ ਕਾਦੀ ਮਤਲਬ ਗੰਜੂਸੀ ਕੋਈ ਹੈ ਲਾਈਕ ਦੇ ਵਿੱਚ ਕੋਈ ਟੈਕਸ ਕੋਈ ਜੀਐਸਟੀ ਕੁਝ ਲੱਗਦਾ ਹੋਵੇ ਤਾਂ ਮੈਂ ਨਾ ਤੁਹਾਨੂੰ ਕਹਾਂ ਬਿਜਵਾਕ ਅਲੇ ਬੇਰਜਗਾਰ ਨੇ ਨੌਕਰੀ ਲੱਗ ਕੇ ਲਾਈਕ ਕਰ ਦੇਵੋਗੇ ਨਹੀਂ ਲਾਈਕ ਵਾਲਾ ਬਟਨ ਹੁਣੀ ਦਬਾਓ ਸਾਰੇ ਜਣੇ ਹੁਣੀ ਜਲਦੀ ਨਾਲ 1911 ਦੇ ਵਿੱਚ ਆਪਣਾ ਦਿੱਲੀ ਦਰਬਾਰ ਹੋਇਆ ਸੀ 1911 ਦੇ ਵਿੱਚ ਦਿੱਲੀ ਦਰਬਾਰ ਹੋਇਆ ਸੀ ਵੈਸੇ ਕਲਕੱਤਾ ਸੈਸ਼ਨ ਵੀ ਹੋਇਆ ਸੀ ਉਹਨੂੰ ਛੱਡੋ 1911 ਦੇ ਵਿੱਚ ਦਿੱਲੀ ਦਰਬਾਰ ਹੋਇਆ ਦਿੱਲੀ ਦਰਬਾਰ ਦੇ ਵਿੱਚ ਯੂਕੇ ਦਾ ਪ੍ਰੈਜ਼ੀਡੈਂਟ ਪ੍ਰਧਾਨ ਮੰਤਰੀ ਆਇਆ ਜੀ ਜਿਹਦਾ ਨਾਮ ਸੀ ਜਾਰਜ ਪੰਜਮ ਜਾਰਜ 5th ਬੋਲਦੇ ਆ ਜੀ ਉਹਨੂੰ ਜਾਰਜ 5th ਆਇਆ ਸੀ ਆਪਣੇ ਭਾਰਤ ਦੇ ਦਿੱਲੀ ਦੇ ਵਿੱਚ ਆ ਕੇ ਬੈਠਿਆ ਦਿੱਲੀ ਦਰਬਾਰ ਦਰਬਾਰ ਦੇ ਦੌਰਾਨ 1911 ਦੇ ਵਿੱਚ ਪਹਿਲੀ ਵਾਰੀ ਜਨ ਗਨ ਮਨ ਵੀ ਗਾਇਆ ਗਿਆ ਪਹਿਲੀ ਵਾਰੀ ਜਨਗਨ ਮੰਨ ਵੀ ਗਾਇਆ ਗਿਆ ਆਪਣਾ ਜਿਹੜਾ ਸੁਪਰੀਮ ਕੋਰਟ ਸੀ ਉਹ ਕਲਕੱਤੇ ਤੋਂ ਦਿੱਲੀ ਵਾਲ ਵੀ ਆ ਗਿਆ ਜੀ ਸੁਪਰੀਮ ਕੋਰਟ ਵੀ ਕਲਕੱਤੇ ਤੋਂ ਦਿੱਲੀ ਵਾਲ ਆ ਗਿਆ ਰਾਜਧਾਨੀ ਵੀ ਕਲਕੱਤੇ ਤੋਂ ਦਿੱਲੀ ਵਾਲ ਆ ਗਈ 1911 ਦੇ ਵਿੱਚ ਦਿੱਲੀ ਦਰਬਾਰ ਦੇ ਦੁਆਨ ਦੌਰਾਨ 30 ਲਾਇਕਾਟਾ 600 ਲਾਇਕ ਪੂਰੇ ਕਰੋ ਜਲਦੀ ਨਾਲ 30 ਲਾਇਕਾਟਾ ਬੱਚੋ ਜਲਦੀ ਨਾਲ 600 ਲਾਇ ਪੂਰੇ ਕਰ ਦੋ ਜਲਦੀ ਨਾਲ ਕਹਿੰਦੇ ਰਾਜ ਘਾਟ ਦੀ ਯਾਦਗਾਰ ਹੈ ਜਿਹਦੀ ਭਾਈ ਰਾਜ ਘਾਟ ਨਾਮ ਹੈ ਉਹ ਮੈਮੋਰੀਅਲ ਕਾਦੀ ਯਾਦਦਾਸ਼ ਹੈ ਉਹ ਕਹਿੰਦੇ ਠੋਕੋ ਲਾਇਕ ਅੱਠ ਠੋਕ ਦਿਓ ਫਿਰ ਲਾਈਕ ਠੋਕ ਦਿਓ ਜੀ ਹਾਂ ਬੰਗਾਲ ਦੀ ਵੰਡ ਵੀ ਰਾਦੋ 1911 ਦੇ ਵਿੱਚ ਕਰ ਦਿਓ ਯਾਰ ਲਾਈਕ ਕਿਆ ਬਾਤ ਕਰਦੇ ਹੋ ਕਿਆ ਗੱਲਾਂ ਕਰਦਾ ਯਾਰ ਮੈਂ ਲਾਈਕ ਵੀ ਕਰਦਾ ਰਿਹਾ ਜਲਦੀ ਨਾਲ ਦਬਾਓ ਬਟਨ ਨਰਾਜ ਕਾਟ ਕਹਿੰਦੇ ਕਿਹਦਾ ਮੈਮੋਰੀਅਲ ਹੈ ਇੰਦਰਾ ਗਾਂਧੀ ਦਾ ਰਾਜੀਵ ਗਾਂਧੀ ਦਾ ਮਹਾਤਮਾ ਗਾਂਧੀ ਜਵਾਹਰ ਲਾਲ ਨਹਿਰੂ ਦਾ ਕਿਹਦਾ ਹੋਏਗਾ ਜੀ ਉੱਤਰ ਆਏਗਾ ਭਾਈ ਆਪਣੇ ਮਹਾਤਮਾ ગાંધી ਸਾਹਿਬ ਮਹਾਤਮਾ ગાંધી ਸਾਹਿਬ ਉੱਤਰ ਆਏਗਾ ਜੀ ਭਾਈ ਰਾਜਗਾਟ ਕੀ ਦਾ ਮੈਮੋਰੀਅਲ ਹੈ ਮਹਾਤਮਾ ગાંધી ਬਿਲਕੁਲ ਸਹੀ ਆਨਸਰ ਹੈ ਇਸ ਕੁਐਸਚਨ ਦਾ ਮਹਾਤਮਾ ગાંધી ਬਿਲਕੁਲ ਸਹੀ ਉੱਤਰ ਹੈ ਕਹਿੰਦੇ ਕਿਹਦੇ ਰਾਜ ਵਿੱਚ 1973 ਵਿੱਚ ਸਾਇਲੈਂਟ ਵੈਲੀ ਅੰਦੋਲਨ ਸ਼ੁਰੂ ਕੀਤਾ ਗਿਆ ਸੀ ਕਿਹਦੇ ਰਾਜ ਦੇ ਦੌਰਾਨ 1973 ਦੇ ਵਿੱਚ ਸਾਇਲੈਂਟ ਵੈਲੀ ਅੰਦੋਲਨ ਸ਼ੁਰੂ ਕੀਤਾ ਗਿਆ ਕੌਣ ਸੀ ਉਹ ਤੋਂ ਬੰਦਾ ਔਰ ਸੌਰੀ ਕਹੋਂ ਨਹੀਂ ਸੀ ਕਿਹੜੇ ਰਾਜ ਦੇ ਵਿੱਚ ਕਿਹੜੀ ਸਟੇਟ ਦੇ ਵਿੱਚ ਕਿਹੜੀ ਸਟੇਟ ਦੇ ਵਿੱਚ ਸਾਇਲੈਂਟ ਵੈਲੀ ਅੰਦੋਲਨ ਸ਼ੁਰੂ ਕੀਤਾ ਗਿਆ ਪਹਿਲਾਂ ਦੇਖੋ ਬਹੁਤ ਸਾਰੇ ਬੱਚਿਆਂ ਨੂੰ ਜਿਨ੍ਹਾਂ ਨੂੰ ਪਤਾ ਵੀ ਸਾਇਲੈਂਟ ਵੈਲੀ ਨੈਸ਼ਨਲ ਪਾਰਕ ਕਿੱਥੇ ਹੈ ਸਾਇਲੈਂਟ ਵੈਲੀ ਨੈਸ਼ਨਲ ਪਾਰਕ ਕਿੱਥੇ ਹੈ ਬਹੁਤ ਸਾਰਿਆਂ ਨੂੰ ਪਤਾ ਹੋਣਾ ਜਿਹਨੂੰ ਪਤਾ ਉਹ ਗਲਤ ਨਹੀਂ ਕਰ ਸਕਦਾ ਜਿਹਨੂੰ ਪਤਾ ਉਹ ਗਲਤ ਨਹੀਂ ਕਰ ਸਕਦਾ ਮੈਂ ਪਹਿਲਾਂ ਕਹਿ ਰਿਹਾ ਇਹ ਸਵਾਲ ਦਾ ਜਵਾਬ ਦੇਣਾ ਕਰ ਦੋ ਸ਼ੁਰੂ ਮੈਂ ਚੱਲਦਾ ਜੀ ਅੱਗੇ ਕੁਸ਼ਚਨ ਉਮੀਦ ਹੈ ਸਭ ਨੇ ਦੇਖ ਲਿਆ ਹੋਣਾ ਸਾਇਲੈਂਟ ਵੈਲੀ 1973 ਜੇ ਕੰਦੋਲਨ ਹੋਇਆ ਸੀ ਉਹ ਕਿੱਥੇ ਕੀਤਾ ਗਿਆ ਜੀ ਕੇਰਲ ਦੇ ਵਿੱਚ ਕੇਰਲ ਦੇ ਵਿੱਚ ਕੀਤਾ ਗਿਆ ਦੋਸਤੋ ਕਿੱਥੇ ਕੀਤਾ ਗਿਆ ਦੋਸਤੋ ਕੇਰਲ ਦੇ ਵਿੱਚ ਜਿਹੜੇ ਸੀ ਕਹਿ ਰਹੇ ਹਨ ਉਹਨਾਂ ਸਾਰਿਆਂ ਨੂੰ ਦੋ ਤਿੰਨ ਵਾਰੀ ਇਧਰਲੇ ਪਾਸੇ ਕੰੱਚ ਟੱਕਰਾ ਮਾਰਨ ਨੂੰ ਜੀ ਕਰਦਾ ਇੱਕ ਵਾਰੀ ਇਧਰਲੇ ਪਾਸੇ ਦਿਮਾਗ ਪਤਾ ਨਹੀਂ ਕਿੱਧਰ ਨੂੰ ਜਾ ਰਿਆ ਇਹਨਾਂ ਦਾ ਐਵੇਂ ਤੱਤੇ ਔਂਕੜ ਉੱਤੇ ਅੱਧਾ ਘੱਕੇ 600 ਲਾਈਕ ਪੂਰੇ ਕਰੋ 3 ਲਾਈਕ ਘਾਟਾ ਹਲੇ ਵੀ ਜਲਦੀ ਨਾਲ ਲਾਈਕ ਵਾਲਾ ਬਟਨ ਦੇ ਬਹੁਤ ਸਾਰੇ ਜਣੇ ਕਾਜੀ ਰੰਗਾ نیشنل ਪਾਰਕ ਕਿੱਥੇ ਸਥਿਤ ਹੈ ਮੈਂ ਕਹਿੰਦਾ ਪੰਜਾਬ ਵਾਲੇ ਪੇਪਰ ਦਾ ਮੋਸਟ ਇੰਪੋਰਟੈਂਟ ਮੋਸਟ ਫੇਵਰਿਟ ਸਵਾਲ ਹੈ ਪੇਪਰ ਛਾਪਣ ਵਾਲੇ ਦਾ ਕਾਜੀ ਰੰਗਾ نیشنل ਪਾਰਕ ਕਿਹੜੀ ਸਟੇਟ ਦੇ ਵਿੱਚ ਹੈ ਜੀ ਕਾਜੀ ਰੰਗਾ نیشنل ਪਾਰਕ ਜਲਦੀ ਨਾਲ ਜਲਦੀ ਨਾਲ ਉਡੀਸਾ ਗੁਜਰਾਤ ਰਾਜਸਥਾਨ ਅਸਾਮ 오ਡੀਸਾ ਗੁਜਰਾਤ ਰਾਜਸਥਾਨ ਅਸਾਮ 오ਡੀਸਾ ਗੁਜਰਾਤ ਰਾਜਸਥਾਨ ਅਸਾਮ ਸਿੱਧੀ ਜਾਊਗੀ ਰਸਤੇ 'ਚ ਨਹੀਂ ਰੁਕੂਗੀ ਨੌਨ ਸਟਾਪ ਬੱਸਾ 오ਡੀਸਾ ਗੁਜਰਾਤ ਰਾਜਸਥਾਨ ਅਸਾਮ ਦਿਓ ਜੀ ਜਵਾਬ ਨਹੀਂ ਪਰ ਪੱਲੇ ਕੀ ਰਹਿ ਜੂ ਮੈਨੂੰ ਪਤਾ ਨਹੀਂ ਲੱਗਿਆ ਕਿਵੇਂ ਗਲਤ ਹੋ ਗਿਆ ਮੈਨੂੰ ਪਤਾ ਨਹੀਂ ਲੱਗਿਆ ਕਿਵੇਂ ਗਲਤ ਹੋ ਗਿਆ 1900 73 ਦੇ ਵਿੱਚ ਆਪਾਂ ਪਹਿਲਾਂ ਵੇਖਿਆ ਜੀ ਕਿੱਥੇ ਭਾਈ ਸਾਇਲੈਂਟ ਵੈਲੀ ਦੇ ਵਿੱਚ ਸਾਇਲੈਂਟ ਵੈਲੀ ਦੇ ਵਿੱਚ ਜੋ ਹੋਇਆ ਆਪਾਂ ਕੇਰਲ ਦੇ ਵਿੱਚ ਦੇਖ ਕੇ ਆਏ ਆ ਤੇ ਹੁਣ ਇਹ ਅਸਾਮ ਦੇ ਵਿੱਚ ਕਿਹੜੇ-ਕਿਹੜੇ ਪਾਰਕ ਆ ਕਾਜੀ ਰੰਗਾ ਨੈਸ਼ਨਲ ਪਾਰਕ ਮਾਸਨ ਨੈਸ਼ਨਲ ਪਾਰਕ ਮਾਨਸ ਨੈਸ਼ਨਲ ਪਾਰਕ ਦਿਬਰੂ ਸ਼ਿਕੋਵਾ ਨੈਸ਼ਨਲ ਪਾਰਕ ਦਿਬਰੂ ਯਾਦ ਹੈ ਕਿ ਨਹੀਂ ਕਿਸੇ ਨੂੰ ਦਿਬਰੂ ਯਾਦ ਹੈ ਕਿ ਨਹੀਂ ਕਿਸੇ ਨੂੰ ਜੇ ਦਿਬਰੂ ਭੁੱਲ ਗਏ ਤੇ ਮੈਂ ਕਹੂੰਗਾ ਦਿਮਾਗ ਆਪਣਾ ਬਿਲਕੁਲ ਖੋਪੇ ਦੀ ਠੂਟੀ ਆ ਵਿਚਾਲੋਂ ਖਾਲੀ ਆ ਉਹ ਦਿਬਰੂ ਭੁੱਲ ਗਏ ਜਿੱਥੇ ਹੁਣ ਆਪਣੇ ਪੰਜਾਬ ਦੇ ਵਿੱਚ ਇੱਕ ਮਤਲਬ ਬਹੁਤ ਇੱਕ ਤਰੀਕੇ ਦਾ ਅਸ਼ਾਂਤੀ ਦੀ ਪਹਿਲੀ ਸੀ ਅਸ਼ਾਂਤੀ ਦੀ ਪਹਿਲੀ ਸੀ ਕਹਿੰਦੇ ਨੇ ਸ਼ਾਮ ਦੇ ਵਿੱਚ ਲੈ ਗਏ ਚਾਕੇ ਦੀ ਮੁੰਡਿਆਂ ਨੂੰ ਨੌਜਵਾਨਾਂ ਨੂੰ ਚਾਕੇ ਸ਼ਾਮ ਦੀ ਜੇਲ੍ਹ ਦੇ ਵਿੱਚ ਪਾ ਦਿੱਤਾ ਤੇ ਉਹ ਭਾਈ ਦਿਬਰੂ ਦੇ ਵਿੱਚ ਹੈ ਨਾ ਮੇਰੀ ਨੈਸ਼ਨਲ ਪਾਰਕ ਔਰੰਗ ਨੈਸ਼ਨਲ ਪਾਰਕ ਐਂਡ ਟਾਈਗਰ ਰਿਜ਼ਰਵ ਉਸ ਤੋਂ ਬਾਅਦ ਕਹਿੰਦੇ ਡੇਹਿੰਗ ਪਟਕਾਈ ਨੈਸ਼ਨਲ ਪਾਰਕ ਰਾਇਮੋਨਾ ਨੈਸ਼ਨਲ ਪਾਰਕ ਇੱਕ ਵਾਰੀ ਜਿਨ੍ਹਾਂ ਨੂੰ ਨਜ਼ਾਰਾ ਆ ਰਿਹਾ ਇੱਕ ਵਾਰੀ ਜਨਾਜ਼ਾ ਨਜ਼ਾਰਾ ਆ ਰਿਹਾ ਇੱਕ ਵਾਰੀ ਲਿਖ ਦੋ 1 2 3 4 ਮਨੋਜ ਸਰ ਕੀ ਜੱਜ ਕਰ ਲਿਖ ਦੋ ਇੱਕ ਵਾਰੀ ਜੈ ਜੈਕਾਰ ਕਰ ਦੋ ਯਾਰ ਜੈ ਜੈਕਾਰ ਦੇ ਸਾਰੇ ਭੁੱਖੇ ਹੁੰਦੇ ਮੈਂ ਭੁੱਖਾਂ ਬਹੁਤ ਭੁੱਖਾਂ ਮੈਂ ਦੋ ਚੀਜ਼ਾਂ ਦਾ ਭੁੱਖਾਂ ਤਾਰੀਫ ਐਂਡ ਫੇਅ ਇੰਸਟਾਗ੍ਰam ਤੇ ਫੋਲੋਅਰ ਦੋ ਹੀ ਚੀਜ਼ਾਂ ਚਾਹੀਦੀਆਂ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਦੁਨੀਆ ਤੇ ਮੇਰੇ ਵਾਸਤੇ ਬਾਕੀ ਸਭ ਮੋਹ ਮਾਇਆ ਹੈ ਪੈਸਾ ਤਾਂ ਜਿਹੜੀ ਬੋਰੀ ਭਰ ਕੇ ਮਿਲਦੇ ਉਹ ਲੱਗ ਜਾਂਦਾ ਜੀ ਹਨਾ ਪੈਸਾ ਚਲ ਜਾਂਦਾ ਇੱਕ ਇੰਸਟਾਗ੍ਰam ਤੇ ਫੋਲੋਅਰ ਦਾ ਭੁੱਖਾ ਮੈਂ ਤੇ ਇੱਕ ਭਾਈ ਆ ਮਤਲਬ ਥੋੜੀ ਤਾਰੀਫ ਜੋ ਕਮੈਂਟਾਂ ਦੇ ਵਿੱਚ ਕਰਦੇ ਹੋ ਨਾ ਇਹ ਹੋਰ ਜਿਆਦਾ ਐਨਰਜੀ ਚਲੋ ਮਜ਼ਾਕ ਕਰ ਰਹੇ ਹਾਂ ਜੀ ਇਹਨਾਂ ਦਾ ਤੁਹਾਡੀ ਸਿਲੈਕਸ਼ਨ ਚਾਹੀਦੀ ਔਰ ਆਪਾਂ ਨੂੰ ਕੁਝ ਨਹੀਂ ਚਾਹੀਦਾ ਸਿਲੈਕਸ਼ਨ ਹੋ ਗਈ ਇੱਕ ਅੱਧਾ ਜਣਾ ਤਾਂ ਮੈਂ ਕਹਿੰਦਾ ਮੋਰ ਤੇ ਖੜਾ ਕਹਿ ਦੂਗਾ ਸਸੀ ਕਾਲ ਸਾਰੀ ਤੁਹਾਡੇ ਤੋਂ ਪੜੇ ਹੋਏ ਆ ਇੰਨਾ ਹੀ ਬਹੁਤ ਆ ਕਹਿੰਦੇ ਇਹਨਾਂ ਵਿੱਚੋਂ ਕਿਹੜੇ ਮੁਗਲ ਬਾਦਸ਼ਾਹ ਨੂੰ ਦੋ ਵਾਰੀ ਤਾਜ ਪਹਿਨਾਇਆ ਗਿਆ ਸੀ ਕਿਹੜਾ ਮੁਗਲ ਬਾਦਸ਼ਾਹੀ ਦੋਸਤੋ ਜਿਹਨੂੰ ਦੋ ਵਾਰੀ ਤਾਜ ਪਾਇਆ ਗਿਆ ਸੀ ਜਿਹਨੂੰ ਦੋ ਵਾਰੀ ਕਰੋਨੇਟ ਕੀਤਾ ਗਿਆ ਸੀ ਦੋ ਵਾਰੀ ਕਰੋਨੇਸ਼ਨ ਹੋਈ ਸੀ ਪਹਿਲਾਂ ਤਾਂ ਮੁਗਲ ਬਾਦਸ਼ਾਹ ਦਾ ਮੈਂ ਤੁਹਾਨੂੰ ਦੱਸਿਆ ਸੀ ਮੁਗਲਾਂ ਨੂੰ ਯਾਦ ਕਰਨ ਦਾ ਤਰੀਕਾ ਕੀ ਹੈ ਜੀ ਬਾਬਰ ਆਜੀ ਹਮਾਇਉ ਆਜੀ ਅਕਬਰ ਆਜੀ ਜਹਾਂਗੀਰ ਆਜੀ ਸ਼ਾਹਜਹਾਂ ਤੇ ਔਰੰਗਜ਼ੇਬ ਜਦੋਂ ਮੈਂ ਇਹਨਾਂ ਨੂੰ ਸੀਕੁਐਂਸ ਵਿੱਚ ਪੜ੍ਹਿਆ ਬਣ ਗਿਆ ਬਾਜਸਾ ਬਾਦਸ਼ਾਹ ਦੇ ਵਿੱਚੋਂ ਜਿਹੜਾ ਆਖਰੀ ਹੈ ਔਰੰਗਜ਼ੇਬ ਇਹ ਦੋ ਵਾਰੀ ਕਰੋਨੇਸ਼ਨ ਹੋਈ ਸੀ ਉਹਦੀ ਇਹਨੂੰ ਦੋ ਵਾਰੀ ਗੱਦੀ ਤੇ ਬਿਠਾਇਆ ਗਿਆ ਤੇ ਦੋ ਵਾਰੀ ਭਾਈ ਤਾਜ ਪੋਸ਼ੀ ਹੋਈ ਪਹਿਲਾਂ ਇਹਨੇ ਆਪਦੇ ਭਾਪੇ ਸ਼ਾਹਜਹਾਂ ਨੂੰ ਪ

ਭਾਈ ਆਗਰੇ ਦੇ ਕਿਲੇ ਦੇ ਵਿੱਚ ਬੰਦ ਕਰਤਾ ਆਪਦੇ ਪਾਪੇ ਨੂੰ ਆਜ ਪਾਪੇ ਨੂੰ ਬੰਦ ਕਰਕੇ ਗੱਦੀ ਤੇ ਆ ਬਹਿ ਗਿਆ ਉਦੋਂ ਦੀ ਕੋਰੋਨੇਸ਼ਨ ਹੋ ਗਈ ਉਦੋਂ ਬਾਅਦ ਇਹ ਭਰਾਣੇ ਦਾ ਵਿਦਰੋਹ ਸ਼ੁਰੂ ਕਰਤਾ ਦਾਰਾ ਸ਼ਿਕੋਹ ਨੇ ਦਾਰਾ ਸ਼ਿਕੋਹ ਨੇ ਵਿਦਰੋਹ ਸ਼ੁਰੂ ਕਰਤਾ ਦਾਰਾ ਸ਼ਿਕੋਹ ਨਾਲ ਦੀ ਸਮੂਹ ਘੜ ਦੀ ਬੈਟਲ ਹੋਈ ਉਹਦੇ ਵਿੱਚ ਕਹਿੰਦੇ ਉਦੋਂ ਬਾਅਦ ਦੇਵ ਰਾਜ ਦੀ ਲੜਾਈ ਦੇ ਵਿੱਚ ਇਹਨੇ ਹਰਾ ਕੇ ਕਿਹਨੂੰ ਭਾਈ ਆਪਦੇ ਭਰਾ ਦਾਰਾ ਸ਼ਿਕੋਹ ਨੂੰ ਤੇ ਗੱਦੀ ਤੇ ਆ ਪੱਕੇ ਤੌਰ ਤੇ ਬੈਠ ਗਿਆ ਸੀ ਹੋਰੰਗਜ਼ੇਬ ਦੀ ਦੋ ਵਾਰੀ ਕੋਰੋਨੇਸ਼ਨ ਹੋਈ ਹੈ ਯਾ ਸਰ ਬੋਲਦੋ ਨਜ਼ਰ ਆ ਰਿਹਾ ਲਾਈਕ ਵਾਲਾ ਬਟਨ ਦੇ ਬਾਅਦੋਂ 680 ਬੱਚੇ ਆ ਗਏ 612 ਨੇ ਲਾਈਕ ਕੀਤਾ ਮੈਨ ਦੋਸਤੋ ਜਲਦੀ ਨਾਲ ਕਹਿੰਦੇ ਜੀ ਪੁਚਾਲ ਦੌਰਾਨ ਪੁਚਾਲ ਦੇ ਦੌਰਾਨ ਸਤਾ ਤੇ ਪਹੁੰਚਣ ਵਾਲੀਆਂ ਤਰੰਗਾਂ ਨੂੰ ਕਿਹੜਾ ਯੰਤਰ ਰਿਕਾਰਡ ਕਰਦਾ ਜੀ ਪੁਚਾਲ ਨੂੰ ਰਿਕਾਰਡ ਕਰਨ ਵਾਲਾ ਪੁਚਾਲ ਦੀਆਂ ਤਰੰਗਾਂ ਨੂੰ ਰਿਕਾਰਡ ਕਰਨ ਵਾਲਾ ਯੰਤਰ ਕਿਹੜਾ ਹੈ ਦੋਸਤੋ ਬਾਰੋਗ੍ਰਾਫ ਸੀਸਮੋਗ੍ਰਾਫ ਮੈਨੋਮੀਟਰ ਜਾਂ ਕੋਰੋਮੀਟਰ ਕੀ ਹੋਏਗਾ ਇਸ ਕੁਐਸਚਨ ਦਾ ਉੱਤਰ ਬਿਲਕੁਲ ਚੂਰਨ ਸਵਾਲ ਆ ਯਾਰ ਦੇਖਦੇ ਸਾਰ ਤੁਹਾਡੇ ਦਿਮਾਗ ਦੇ ਵਿੱਚ ਆਉਣਾ ਚਾਹੀਦਾ ਦਿਸ ਇ ਚੂਰਨ ਸਵਾਲ ਫੋਰ ਮੀ ਦਿਸ ਇ ਚੂਰਨ ਸਵਾਲ ਫੋਰ ਮੀ ਕਿਉਂਕਿ ਪੁਚਾਲ ਨੂੰ ਜਦੋਂ ਮਾਪਦੇ ਆ ਤੇ ਜਦੋਂ ਖਬਰਾਂ ਸੁਣਦੇ ਹੋਂ ਖਬਰਾਂ ਵਾਲੇ ਕਿੰਨ ਦਿੰਦੇ ਸ਼ਾਮ ਕੇ 7:00 ਬੱਜ ਚੁੱਕੇ ਹਨ मैं मनोज कुमार तुम आप सभी का स्वागत करता हूँ आज के स्पेशल बुलेटिन में खबर आ रही है जी अफगानिस्तान से लेकर पाकिस्तान से लेकर दिल्ली तक के सारे इलाके कांप उठे आज भूकंप के कारण ਕਾਫੀ ਸਾਰੀ ਜਾਨੇ ਗਈ ਭੁਕੰਮ ਕੇ ਕਾਰਨ ਬਹੁਤ ਸਾਰੀ ਬਿਲਡਿੰਗਸ ਗਿਰੀ ਸਿਸਮੋਗ੍ਰਾਫ ਕੇ ਅਗਰ ਰਿਕਾਰਡ ਕੋ ਮਾਣੇ ਤੋ ਭੋਚਾਲ ਕਾ ਜੋ ਸਕੇਲ ਤਾ 5.2 ਕੈ ਸਿਸਮੋਗ੍ਰਾਫ ਦੀ ਗੱਲ ਕਰਦੇ ਏ ਜੀ ਕਾਦੀ ਗੱਲ ਕਰਦੇ ਆ ਦੋਸਤੋ ਸਿਸਮੋਗ੍ਰਾਫ ਦੀ ਹਲੋ ਤੁਹਾਨੂੰ ਨਿਊਜ਼ ਰਿਪੋਰਟਰ ਬਣ ਕੇ ਵੀ ਦੱਸ ਦਿੱਤਾ ਇਸ ਕੁਐਸਚਨ ਦਾ ਆਨਸਰ ਕੀ ਆਏਗਾ ਜੀ ਸਿਸਮੋਗ੍ਰਾਫ ਬਿਲਕੁਲ ਸਹੀ ਉੱਤਰ ਹੈ ਦੋਸਤੋ ਭੋਲੇ ਕੇ ਟਿੱਡੇ ਤੇ ਨਾ ਜਾਇਓ ਇਹਨੇ ਪੜਨਾ ਨਹੀਂ ਹੈ ਇਹਦਾ ਭਾਈ ਪੜਾਈ ਨਾਲ ਨਾਤਾ ਟੁੱਟ ਚੁੱਕਿਆ ਉੱਤਰ ਕੀ ਆਏਗਾ ਜੀ ਸਿਸਮੋਗ੍ਰਾਫ ਨੈਕਸਟ ਕੁਐਸਚਨ ਕੀ ਆ ਕਹਿਣਾ ਚਾਹੁੰਦਾ ਕਹਿੰਦੇ ਲੋਕ ਸਭਾ ਦੇ ਵਿੱਚ 552 ਮੈਂਬਰਾਂ ਦੇ ਵਿੱਚੋਂ ਰਾਜਾਂ ਦੀ ਪ੍ਰਤੀਨਿਧਤਾ ਸਟੇਟਸ ਸਟੇਟਸ ਤੇ ਯੂਟੀ ਸਟੇਟ ਤੇ ਯੂਟੀ ਕੇਂਦਰ ਸ਼ਾਸਿਤ ਪ੍ਰਦੇਸ਼ ਤੇ ਰਾਜ ਭਾਰਤ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਭਾਰਤ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਜੀ ਇੱਕ ਪਾਸੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਇੱਕ ਪਾਸੇ ਸਟੇਟਾਂ ਨੇ ਤੇ ਜਿਹੜੀ ਕਹਿੰਦੇ ਸਟੇਟਾਂ ਦੇ ਵਿੱਚੋਂ 552 ਮੈਂਬਰਾਂ ਦੇ ਵਿੱਚੋਂ ਕਿੰਨੇ ਆਉਂਦੇ ਆ ਦੋਸਤੋ 552 ਮੈਂਬਰਾਂ ਦੇ ਵਿੱਚੋਂ ਕਿੰਨੇ ਆਉਂਦੇ ਆ ਇਸ ਕੁਐਸਚਨ ਦਾ ਜਲਦੀ ਨਾਲ ਉੱਤਰ ਦੇ ਦਿਓ ਜੀ ਸਾਰੇ ਜਣੇ ਸਭ ਤੁਸੀਂ ਨਿਊਜ਼ ਰਿਪੋਰਟਰ ਵਧੀਆ ਬਣੋਗੇ ਮੈਂ ਨਹੀਂ ਬਣਨਾ ਜੀ ਰਵੀਸ਼ ਕੁਮਾਰ ਤੁਸੀਂ ਇੱਕ ਵਾਰੀ ਉੱਤਰ ਦੇ ਦਿਓ ਬਹੁਤ ਆ ਉੱਤਰ ਕੀ ਆ ਗਿਆ ਜੀ 530 ਬਿਲਕੁਲ ਸਹੀ ਉੱਤਰ ਆ ਰਿਹਾ ਬਹੁਤ سارے ਬੱਚਿਆਂ ਦਾ ਉੱਤਰ ਆ ਰਿਹਾ ਮੈਂ ਕਹਿੰਦਾ ਨਜ਼ਾਰਾ ਹੀ ਆ ਗਿਆ ਮੈਨੂੰ ਉਮੀਦ ਆ 99% ਬੱਚੇ ਵੀਡੀਓ ਤੋਂ ਬਾਅਦ ਕਮੈਂਟ ਕਰਕੇ ਜਾਣਗੇ ਸਰ ਜੀ ਮੇਰੇ 48 ਸੀ ਮੇਰੇ 49 ਸੀ ਮੇਰੇ 47 ਸੀ ਮੈਨੂੰ 45 ਪਲੱਸ ਨੰਬਰ ਚਾਹੀਦੇ ਆ 50 ਮਿੰਟ 50 ਕੁਐਸਚਨ ਚਾਹੀਦੇ ਆ ਤੇ ਸਾਰੀ ਕਲਾਸ ਲੱਗੇ ਜਾਏ ਛੱਡ ਕੇ ਨਾ ਜਾਏ ਅਗਲਾ ਕੁਐਸਚਨ ਆ ਗਿਆ ਜੀ ਇਹ ਭਾਈ ਭੋਲੇ ਕੇ ਡੇਡੇ ਦਾ ਹੈ ਨਾ ਹਿਸਾਬ ਕਿਤਾਬ ਜਾਂ ਲੋ ਜੀ ਅਗਲਾ ਕੁਐਸਚਨ ਕਹਿੰਦੇ ਭਾਰਤੀ ਸੰਵਿਧਾਨ ਦੀ ਹੇਠ ਲਿਖਿਆ ਧਰਾਵਾਂ ਵਿੱਚੋਂ ਕਿਹੜੀ ਵਿੱਤ ਕਮਿਸ਼ਨ ਦੀ ਨਿਯੁਕਤੀ ਦੀ ਵਿਵਸਥਾ ਕਰਦੀ ਹੈ ਵਿੱਤ ਕਮਿਸ਼ਨ ਬੋਲੇ ਤੋਂ ਫਾਈਨੈਂਸ ਕਮਿਸ਼ਨ ਦੋਸਤੋ ਵਿੱਤ ਕਮਿਸ਼ਨ ਬੋਲੇ ਤੋਂ ਫਾਈਨੈਂਸ ਕਮਿਸ਼ਨ ਮੇਰੇ ਦੋਸਤੋ ਕੌਣ ਕਰਦਾ ਹੈ ਕਿਹੜਾ ਆਰਟੀਕਲ ਹੈ ਜਿਹਦੇ ਅੰਡਰ ਵਿੱਤ ਕਮਿਸ਼ਨ ਦੀ ਨਿਯੁਕਤੀ ਕੀਤੀ ਜਾਂਦੀ ਹੈ ਪਹਿਲਾਂ ਕਰਦਾ ਕੌਣ ਹੈ ਪਹਿਲਾਂ ਕਰਦਾ ਕੌਣ ਹੈ ਜੀ ਪ੍ਰੈਸੀਡੈਂਟ ਪ੍ਰੈਸੀਡੈਂਟ ਇਸ ਕੁਐਸਚਨ ਦਾ ਉੱਤਰ ਕੀ ਆਏਗਾ ਜਿਹਨੂੰ ਪਤਾ ਉਹ ਸਾਰੇ ਜਣੇ ਉੱਤਰ ਦੇ ਦਿਓ ਸਰ ਮੇਰੇ ਕਿੰਨੇ ਕੁਐਸਚਨ ਰੇਜ ਹੋ ਗਏ ਰੇਜ ਹੋ ਗਏ ਗਲਤ ਹੋ ਗਏ ਮੈਨੂੰ ਪਤਾ ਲੱਗਿਆ ਉਰੇ ਆਓ ਹੁਣ ਇਸ ਕੁਐਸਚਨ ਦਾ ਉੱਤਰ ਦੱਸਦਾ ਹਾਂ ਰਿਓ ਸਾਰੇ ਜਨੇ ਆਜੋ ਇਸ ਕੁਐਸਚਨ ਦਾ ਆਨਸਰ ਕੀ ਹੋਏਗਾ ਜੀ ਇਸ ਕੁਐਸਚਨ ਦਾ ਉੱਤਰ ਆਏਗਾ ਆਰਟੀਕਲ ਨੰਬਰ 280 280 ਦੇ ਵਿੱਚ ਕੀ ਆ ਜੀ ਵਿੱਤ ਕਮਿਸ਼ਨ ਕੁਝ ਕਨਸਟੀਟਿਊਸ਼ਨਲ ਬਾਡੀਜ਼ ਨੇ ਜੋ बार-बार ਪੇਪਰ 'ਚ ਪੁੱਛੀਆਂ ਜਾਂਦੀਆਂ ਹੁੰਦੀਆਂ ਨੇ ਆਡੀਟਰ ਜਰਨਲ ਪੁੱਛਦਾ ਹੁੰਦਾ ਤੁਹਾਡੇ ਤੋਂ ਆਡੀਟਰ ਜਰਨਲ ਪੁੱਛਦਾ ਹੁੰਦਾ ਤੁਹਾਡੇ ਤੋਂ ਵੀ ਉਹ ਕਿਹੜੀ ਮਤਲਬ ਆਪਣੇ ਆਰਟੀਕਲ ਦੇ ਵਿੱਚ ਆ ਉਹ ਵੀ ਜ਼ਰੂਰ ਯਾਦ ਰੱਖਿਓ ਅਮੀਰਤਾ ਮੈਂ ਅਟਾਰਨੀ ਜਰਨਲ ਵਾਸਤੇ ਦੱਸਣ ਜਾ ਰਿਹਾ ਅਟਾਰਨੀ ਜਰਨਲ 76 ਨੰਬਰ ਆਰਟੀਕਲ ਦੇ ਵਿੱਚ ਹੈ ਪ੍ਰੈਜ਼ੀਡੈਂਟ 52 ਨੰਬਰ ਆਰਟੀਕਲ ਦੇ ਵਿੱਚ ਹੈ ਜੀ ਵਾਈਸ ਪ੍ਰੈਜ਼ੀਡੈਂਟ 36 ਨੰਬਰ ਆਰਟੀਕਲ ਦੇ ਵਿੱਚ ਆ ਦੋਸਤੋ ਇਲੈਕਸ਼ਨ ਕਮਿਸ਼ਨ 324 ਨੰਬਰ ਆਰਟੀਕਲ ਦੇ ਵਿੱਚ ਆ ਜੀ ਇਹ ਸਾਰੇ ਆਰਟੀਕਲ ਯਾਦ ਰੱਖਿਓ 1 2 3 4 ਮਨੋਸਰ ਕੀ ਜਜ ਕਰ ਕਰ ਦੋ ਫਿਰ ਜਲਦੀ ਨਾਲ ਲਓ ਅਗਲਾ ਕੁਐਸਚਨ ਆ ਗਿਆ ਪੁਰਤਗਾਲੀ ਦਾ ਪਹਿਲਾ ਗਵਰਨਰ ਕੌਣ ਸੀ ਪੁਰਤਗਾਲੀ ਜਿਹੜੇ ਭਾਰਤ ਦੇ ਵਿੱਚ ਆਏ ਸੀ ਉਹਨਾਂ ਦਾ ਪਹਿਲਾ ਗਵਰਨਰ ਕੌਣ ਸੀ ਜਿਸ ਨੇ ਨੀਲੇ ਪਾਣੀ ਦੀ ਨੀਤੀ ਨੂੰ ਪੇਸ਼ ਕੀਤਾ ਸੀ ਇਸ ਵਾਰ ਜਿਨੇ ਪੰਜਾਬ ਪੁਲਿਸ ਦਾ ਪੇਪਰ ਦਿੱਤਾ ਸੀ ਉਹ ਬਹੁਤ ਅੱਛੇ ਤਰੀਕੇ ਨਾਲ ਜਾਣਦਾ ਵੀ ਸਾਰੇ ਸਵਾਲ ਅਸੀਂ ਪੇਪਰ 'ਚ ਦੇਖਿਆ ਸੀ ਇਹ ਕੁਐਸਚਨ ਦੀ ਨਿਗਾਹ ਅਸੀਂ ਮਾਰੀ ਸੀ ਪੇਪਰ ਦੇ ਵਿੱਚ ਇਹ ਕੁਐਸਚਨ ਸਾਨੂੰ ਮਿਲਿਆ ਸੀ ਵੇਖਣ ਨੂੰ ਜਲਦੀ ਨਾਲ ਇਸ ਕੁਐਸਚਨ ਦਾ ਦੇ ਦਿਓ ਜੀ ਉੱਤਰ ਪੁਰਤਗਾਲੀ ਪਹਿਲਾ ਕਿਹੜਾ ਸੀ ਪੇੜਾ ਪੇੜਾ ਸੌਰੀ ਕਿਹੜਾ ਗਵਰਨਰ ਜਨ ਪੇੜਾ ਹੀ ਹੋ ਗਿਆ ਕਿਹੜੀ ਤਾਂ ਤੇ ਪੇੜਾ ਹੀ ਹੋ ਗਿਆ ਨਾ ਉਹ ਪਹਿਲਾਂ ਨਹੀਂ ਕਿਹ ਕਿ ਜਵਾਬ ਬੋਲਦੇ ਨੇ ਚੰਦੂ ਕੇ ਚਾਚਾ ਨੇ ਚੰਦੂ ਕੀ ਚਾਚੀ ਕੋ ਚਾਂਦੀ ਕੇ ਚਮਚ ਸੇ ਚਟਪਟੀ ਚਟਨੀ ਚਟਾਈ ਹਨਾ ਉਹ ਚ ਵੀ ਜਵਾਨ ਜੀ ਫੈਸਿਲਿਤੀ ਸੀ ਉਹ ਤਾਂ ਹੁਣ ਆਤ ਪੈ ਗਈ ਹੁਣਾ ਪੇੜਾ ਪੇੜਾ ਹੋ ਗਿਆ ਲੋ ਕਿਹੜੇ ਨੂੰ ਪੇੜਾ ਹੀ ਕੀ ਕਰਨੇ ਆਪਾਂ ਲੋ ਜੀ 650 ਲਾਈਕ ਪੂਰੇ ਕਰੋ 12 ਲਾਈਕ ਘਟਦੇ 650 ਲਾਈਕ ਪੂਰਾ ਕਰ ਦੋ ਉੱਤਰ ਕੀ ਆਏਗਾ ਜੀ ਅਲਮੀਡਾ ਆਏਗਾ ਉੱਤਰ ਦੋਸਤੋ ਅਲਮੀਡਾ ਆਏਗਾ ਹੁਣ ਕਈ ਜਣ ਜਿਹੜੇ ਉੱਤਰ ਦੇ ਰਿਆ ਨਾ ਵਾਸਕੋਡੀ ਗਾਮਾ ਕਹਿ ਰਿਆ ਉਹ ਸੌਰੀ ਲਿਖ ਦੋ ਉਹ ਸੌਰੀ ਲਿਖ ਦੋ ਕਿਉਂਕਿ ਵਾਸਕੋ ਡੀ ਗਾਮਾ ਪਹਿਲਾ ਪੁਰਤਗਾਲੀ ਯਾਤਰੀ ਸੀ 1498 ਈਸਵੀ ਦੇ ਵਿੱਚ ਭਾਰਤ ਦੇ ਵਿੱਚ ਆਇਆ ਸੀ 1498 ਈਸਵੀ ਦੇ ਵਿੱਚ ਭਾਰਤ ਦੇ ਵਿੱਚ ਆਇਆ ਸੀ ਵਾਸਕੋ ਡੀ ਗਾਮਾ ਪਹਿਲਾ ਪੁਰਤਗਾਲੀ ਯਾਤਰੀ ਸੀ ਗਵਰਨਰ ਪਹਿਲਾ ਕੌਣ ਸੀ ਹਲਮੀਡਾ ਸੀ 1510 ਦੇ ਵਿੱਚ ਕਲਕੱਤਾ ਆਪਣੇ ਗੋਆ ਦੇ ਉੱਤੇ ਕਬਜ਼ਾ ਕਰ ਲਿਆ ਜੀ ਕਿ ਇਹਨਾਂ ਨੇ ਪੁਰਤਗਾਲੀ ਹਨੇ ਮੇਰੇ ਪਿਆਰੇ ਸਾਥੀਓ ਪੁਰਤਗਾਲੀਆਂ ਨੇ ਕਬਜ਼ਾ ਕਰ ਲਿਆ ਜੀ ਠੀਕ ਹੈ ਜੀ ਚਲੋ ਅਗਲੇ ਕੁਐਸਚਨ ਤੇ ਚੱਲਦੇ ਹਾਂ ਲਓ ਜੀ ਕਹਿੰਦੇ ਸੂਰਜ ਧਰਤੀ ਨੂੰ ਕਿਹਦੇ ਰਾਹੀਂ ਗਰਮ ਕਰਦਾ ਹੈ ਸੂਰਜ ਧਰਤੀ ਨੂੰ ਕਿਹਦੇ ਰਾਹੀਂ ਗਰ ਸੂਰਜ ਧਰਤੀ ਨੂੰ ਕਿਹਦੇ ਰਾਹੀਂ ਗਰਮ ਕਰਦਾ ਹੈ ਪੁਰਜਨਾ ਟੁਕੜਾ ਨਾ ਡੇ ਗਦਾਤੇ ਇੱਥੇ ਧਰਤੀ ਨਾ ਹੁੰਦੀ ਸਾਡੇ ਬੰਧਰ ਬਜ਼ੁਰਗਾਂ ਨੇ ਅਕਲ ਦੇ ਜ਼ਿੰਦਗੀ ਕੈਸੀ ਹੋਣੀ ਸੀ ਪਸ਼ਵਾਂ ਦੇ ਜੈਸੀ ਹੋਣੀ ਸੀ ਉੱਤਰ ਕੀ ਹੈਗਾ ਜੀ ਰੇਡੀਏਸ਼ਨ ਰੇਡੀਏਸ਼ਨ ਦੇ ਨਾਲ ਧਰਤੀ ਨੂੰ ਗਰਮ ਕਰਦਾ ਕੌਣ ਜੀ ਸੂਰਜ ਦੀ ਗੱਲ ਕਰ ਰਿਹਾ ਲੋ ਜੀ ਅਗਲਾ ਕੁਐਸਚਨ ਆ ਗਿਆ ਕਿਹੜੇ ਰਾਜ ਵਿੱਚ ਪੰਚਾਇਤਾਂ ਦੀਆਂ ਚੋਣਾਂ ਸੌਰੀ ਕਿਸੇ ਵੀ ਸਟੇਟ ਦੇ ਪੰਚਾਇਤਾਂ ਦੀਆਂ ਚੋਣਾਂ ਕਿਹਦੇ ਦੁਆਰਾ ਕਰਾਈਆਂ ਜਾਂਦੀਆਂ ਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਦੁਆਰਾ ਜੁਆਇੰਟ ਪਬਲਿਕ ਸਰਵਿਸ ਦੇ ਦੁਆਰਾ ਸਟੇਟ ਇਲੈਕਸ਼ਨ ਕਮਿਸ਼ਨ ਦੁਆਰਾ ਜਾਂ ಗ್ರಾಮ ਸਭਾ ਦੇ ਦੁਆਰਾ ਪੰਚਾਇਤ ਦੀਆਂ ਪੰਚਾਇਤ ਦੀਆਂ ਚੋਣਾਂ ਪੰਚਾਇਤ ਮਤਲਬ ਕਹਾਂ ਮਾਵਾੜੀ ਕਰੇ ਨਹੀਂ ਪੰਚਾਇਤ ਚੁਣੀ ਦੀ ਵੇਚ ਕੇ ਜ਼ਮੀਰਾਂ ਕੌਣ ਕਰਾਉਂਦਾ ਹੈ ਵੋਟਾਂ ਕੌਣ ਪਰਮਵਾਉਂਦਾ ਹੈ ਦੋ ਕੁਐਸਚਨ ਇੱਕ ਕੁਐਸਚਨ ਹੋਰ ਸੁਣ ਲਓ ਇਹ ਕੌਣ ਫੈਸਲਾ ਕਰਦਾ ਹੈ ਇਹ ਕੌਣ ਫੈਸਲਾ ਕਰਦਾ ਹੈ ਕਿ ਕਦੋਂ ਪੰਚਾਇਤ ਦੀਆਂ ਚੋਣਾਂ ਹੋਣਗੀਆਂ ਕਦੋਂ ਪੰਚਾਇਤ ਦੀਆਂ ਚੋਣਾਂ ਹੋਣਗੀਆਂ ਇਹ ਫੈਸਲਾ ਵੀ ਕੌਣ ਕਰਦਾ ਦੱਸ ਦਿਓ ਜੀ ਮੈਨੂੰ ਜਲਦੀ ਨਾਲ ਇਸ ਸਵਾਲ ਦਾ ਜਵਾਬ ਫੈਸਲਾ ਕੌਣ ਕਰੇਗਾ ਕਿ ਪੰਚਾਇਤ ਦੀਆਂ ਚੋਣਾਂ ਕਦੋਂ ਹੋਣਗੀਆਂ ਦੱਸ ਦਿਓ ਜੀ ਜਲਦੀ ਨਾਲ 50 ਮਿੰਟ ਤੇ 50 ਕੁਐਸਚਨ ਕਰਨ ਜਾ ਰਹੇ ਆ ਆਪਾਂ 50 ਮਿੰਟ ਤੇ 50 ਕੁਐਸਚਨ ਕਰਨ ਜਾ ਰਹੇ ਆ ਦੋਸਤੋ ਨਜ਼ਾਰਾ ਆਊਗਾ ਕਲਾਸ ਪੂਰੀ ਵੇਖਿਓ ਜੀ ਇਸ ਕੁਐਸਚਨ ਦਾ ਉੱਤਰ ਆ ਰਿਹਾ ਜੀ ਸਟੇਟ ਇਲੈਕਸ਼ਨ ਕਮਿਸ਼ਨ ਸਟੇਟ ਇਲੈਕਸ਼ਨ ਕਮਿਸ਼ਨ ਜਿਵੇਂ ਮੈਂ ਗੱਲ ਕਰਾਂ ਬਿੱ ਕਦੋਂ ਹੋਣਗੀਆਂ ਇਹ ਸਟੇਟ ਗਵਰਨਮੈਂਟ ਫੈਸਲਾ ਕਰਦੀ ਆ ਜੀ ਇਹ ਸਟੇਟ ਗਵਰਨਮੈਂਟ ਫੈਸਲਾ ਕਰਦੀ ਭਗਵੰਤ ਮਾਨ ਦੱਸੂਗਾ ਸਰਪੰਚੀ ਦੀਆਂ ਵੋਟਾਂ ਕਦੋਂ ਪੈਣੀਆਂ ਮੈਨੂੰ ਲੱਗਦਾ ਸਾਲ ਡੇਢ ਸਾਲ ਹੀ ਰਹਿ ਗਿਆ ਨਾ ਇਤਕੀ ਸਾਲ ਡੇਢ ਸਾਲ ਹੀ ਰਹਿ ਗਿਆ ਲੋ ਜੀ ਅਗਲਾ ਕੁਐਸਚਨ ਭਾਰਤੀ ਫੌਜ ਦੀਆਂ ਕਿੰਨੀਆਂ ਕਮਾਂਡਾਂ ਵਿੱਚ ਸੰਗਠਿਤ ਹੋਈ ਭਾਰਤੀ ਫੌਜ ਜਿਹੜੀ ਹੈ ਉਹ ਕਿੰਨੀਆਂ ਕਮਾਂਡਾਂ ਦੇ ਵਿੱਚ ਸੰਗਠਿਤ ਹੋਈ ਹੈ ਆਰਮੀ ਹੈਜ਼ ਬੀਨ ਆਰਗੇਨਾਈਜ਼ਡ ਕਹਿੰਦੇ ਕਿੰਨੀਆਂ ਕਮਾਂਡਾਂ ਦੇ ਵਿੱਚ ਭਾਰਤ ਦੀ ਫੌਜ ਜਿਹੜੀ ਹੈ ਉਹ ਸੰਗਠਿਤ ਹੋਈ ਆ ਦੋਸਤੋ ਜਲਦੀ ਨਾਲ ਇਸ ਕੁਐਸਚਨ ਦਾ ਉੱਤਰ ਦੇ ਤੋ ਜੀ ਜਲਦੀ ਨਾਲ ਜਾ 3 5 7 ਕਿੰਨੀਆਂ ਕਮਾਂਡਾਂ ਦੇ ਵਿੱਚ ਆਰਮੀ ਜਿਹੜੀ ਹੈ ਆਪਣੀ ਉਹ ਵੰਡੀ ਗਈ ਹੈ ਪੂਰੇ ਭਾਰਤ ਦੇ ਵਿੱਚ 4 3 5 ਤੇ 7 ਜਲਦੀ ਨਾਲ ਦੇ ਦਿਓ ਜੀ ਉੱਤਰ ਇਸ ਕੁਐਸਚਨ ਦਾ ਖੜ ਜੋ ਕਹੀ ਕੀ ਹਿੰਦਾ ਇੱਕ ਬੱਚੇ ਦਾ ਕੰਫਿਊਜ਼ਨ ਵਾਹ ਵੱਡਾ ਵਾਹ ਰਿਕਮੈਂਡ ਕਰਦਾ ਸਰ ਪਹਿਲਾ ਕੁਐਸਚਨ ਵਿੱਚ ਅਕਬਰ ਨੂੰ ਦੋ ਵਾਰੀ ਤਾਜ ਬੋਸ਼ੀ ਦਾ ਦੱਸਿਆ ਸੀ ਨਹੀਂ ਭਾਈ ਮੈਂ ਕਦੇ ਨਹੀਂ ਦੱਸਿਆ ਗਲਤੀ ਕਦੇ ਹੋ ਨਹੀਂ ਸਕਦੀ ਇਹ ਗਲਤੀ ਕਦੇ ਨਹੀਂ ਹੋਸੀ ਦੇ ਅਕਬਰ ਦਾ 13 ਸਾਲਾਂ ਦੀ ਉਮਰ 'ਚ ਇੱਕ ਵਾਰੀ ਤਾਜ ਪੋਛੀ ਹੋਈ ਕਾਮੀ ਨੇ ਬੜ ਗਿਆ ਉਹਦਾ ਹਾਂ ਕਈ ਬੱਚੇ ਹਮਾਇਉਂ ਦੇ ਵਿੱਚ ਜ਼ਰੂਰ ਕਨਫਿਊਜ਼ ਹੁੰਦੇ ਸਰ ਹਮਾਇਉਂ ਇੱਕ ਵਾਰੀ ਗੱਦੀ ਤੋਂ ਉਤਰ ਗਿਆ ਅਸੀਂ ਫੇਰ ਆ ਗਿਆ ਸੀ ਉਹ ਤਾਜ ਪੋਛੀ ਥੋੜੀ ਹੋਈ ਸੀ ਉਹ ਤਾਂ ਦਿੱਲੀ ਜਿੱਤ ਲਈ ਪਹਿਲਾਂ ਵੀ ਦਿੱਲੀ ਦਾ ਰਾਜਾ ਸੀ ਉਹ ਕਹਿੰਦਾ ਦਿੱਲੀ ਤੋਂ ਰਾਤਾ ਸੀ ਰਾਜਾ ਉਹ ਤਾਂ ਭੱਜ ਗਿਆ ਸੀ ਵਿਚਾਰਾ ਜਾਨ ਬਚਾ ਕੇ ਤੁਸੀਂ ਗਲਤ ਕਨਫਿਊਜ਼ ਹੋ ਭਾਈ ਮੈਂ ਕਦੇ ਨਹੀਂ ਦੱਸਿਆ ਚਲੋ ਜੀ ਭਾਰਤੀ ਫੌਜ ਦੀਆਂ ਕਿੰਨੀਆਂ ਕਮਾਂਡਾਂ ਨੇ ਦੋਸਤੋ ਜਿਹੜਾ ਨੇ ਜਵਾਬ ਦੇ ਰਿਹਾ ਮਤਲਬ ਉਹਨਾਂ ਨੇ ਪਹਿਲਾਂ ਕਲਾਸ ਵੇਖੀ ਹੋਈ ਆ ਜਿਨ੍ਹਾਂ ਨੇ ਨਹੀਂ ਜਵਾਬ ਤੱਕ ਕਮਾਂਡਾਂ ਦੇ ਵਿੱਚ ਵੰਡੀ ਗਈ ਹੈ ਉਹ ਸੱਤੇ ਕਮਾਂਡਾਂ ਕਿਹੜੀਆਂ ਕਿਹੜੀਆਂ ਨੇ ਸਕਰੀਨਸ਼ਾਟ ਮਾਰ ਲਓ ਸੱਤੇ ਕਮਾਂਡਾਂ ਦੋਸਤੋ ਕਿਹੜੀਆਂ ਕਿਹੜੀਆਂ ਨੇ ਸਕਰੀਨਸ਼ਾਟ ਮਾਰ ਲਓ ਦੋਸਤੋ ਨਾਰਦਰਨ ਕਮਾਂਡ ਕਿੱਥੇ ਆ ਜੀ ਉਦੋਂਪੁਰ ਦੇ ਵਿੱਚ ਆ ਜੀ ਵੈਸਟਰਨ ਕਮਾਂਡ ਕਿੱਥੇ ਆ ਜੀ ਇਹ ਚੰਡੀਮੰਦਰ ਦੇ ਵਿੱਚ ਪੰਜਾਬ ਦੇ ਵਿੱਚ ਆ ਜੀ ਉਦੋਂ ਬਾਅਦ ਕਹਿੰਦੇ ਜੀ ਸਾਊਥ ਵੈਸਟਰਨ ਕਮਾਂਡ ਕਿੱਥੇ ਆ ਜੈਪੁਰ ਦੇ ਵਿੱਚ ਆ ਦੋਸਤੋ ਸਾਊਥਰਨ ਕਮਾਂਡ ਸਦਰਨ ਕਮਾਂਡ ਪੂਨੇ ਦੇ ਵਿੱਚ ਹੈ ਤੇ ਉਦੋਂ ਬਾਅਦ ਭਾਈ ਸੈਂਟਰਲ ਕਮਾਂਡ ਲਖਨਊ ਦੇ ਵਿੱਚ ਹੈ ਸ਼ਿਮਲਾ ਦੇ ਵਿੱਚ ਆਰਮੀ ਟ੍ਰੇਨਿੰਗ ਕਮਾਂਡ ਹੈ ਇਹ ਆਰਮੀ ਟ੍ਰੇਨਿੰਗ ਕਮਾਂਡ ਪੁੱਛਦਾ ਹੁੰਦਾ ਕਿੱਥੇ ਆ ਭਾਈ ਇਹ Shimla ਦੇ ਵਿੱਚ ਹੈ ਇੱਕ ਭਾਈ West Bengal ਦੇ ਵਿੱਚ Kolkata ਦੇ ਵਿੱਚ ਕਿਹੜੀ ਹੈ ਜੀ Eastern Command ਹੈ ਬਸ ਇਹ ਸੱਤ ਕਮਾਂਡਾਂ ਦੇ ਨਾਮ ਦੋਸਤੋ ਯਾਦ ਰੱਖਿਓ ਵੈਰੀ ਗੁੱਡ ਅਗਲਾ ਕੁਐਸਚਨ ਦੇਖਦੇ ਆਪਾਂ 50 ਮਿੰਟ ਤੇ 50 ਸਵਾਲ 50 ਮਿੰਟ 50 ਕੁਐਸਚਨ ਮੈਨੂੰ ਦੱਸ ਦਿਓ 45 ਪਲੱਸ ਕਿੰਨਾ ਦੇ ਨੰਬਰ ਆਏ ਸੀ ਉਹ ਕਮੈਂਟ ਬਾਕਸ 'ਚ ਦੱਸ ਕੇ ਜਾਇਓ ਨਾਲੇ ਜਿਹੜੀਆਂ 50 ਕਲਾਸਾਂ ਲੱਗੀਆਂ ਜਿਹੜੀਆਂ 50 ਕਲਾਸਾਂ ਹੁਣ ਤੱਕ ਆਪਾਂ ਲਾਈਆਂ ਨੇ ਇਹਨਾਂ ਦੇ ਵਿੱਚ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਉਹ ਜ਼ਰੂਰ ਦੱਸ ਕੇ ਜਾਇਓ ਤੇ ਜਿਹੜੀ ਕੱਲ ਤੋਂ ਸ਼ਾਮ ਨੂੰ 5 ਵਜੇ ਕਲਾਸ ਹੋਏਗੀ ਨਾ ਜਿਹੜੀ ਕੱਲ ਤੋਂ ਸ਼ਾਮ ਨੂੰ 5 ਵਜੇ ਕਲਾਸ ਹੋਏਗੀ ਭਾਵੇਂ ਪਟਵਾਰੀ ਵਾਲਿਓ ਭਾਵੇਂ ਪਟਵਾਰੀ ਵਾਲਿਓ ਭਾਵੇਂ ਕਲਰਕ ਵਾਲਿਓ ਵੀਡੀਓ ਵਾਲਿਓ ਪੰਜਾਬ ਪੁਲਿਸ ਸਬ ਇੰਸਪੈਕਟਰ ਕਾਂਸਟੇਬਲ ਸਾਰਿਆਂ ਦੇ ਕੁਐਸਚਨ ਮਿਕਸ ਕਰਕੇ ਲੈ ਕੇ ਆਇਆ ਕਰੂੰਗਾ ਕੱਲ ਨੂੰ ਨਵੀਂ ਸ਼ੁਰੂਆਤ ਕਰਾਂਗੇ ਸ਼ਾਮ ਨੂੰ 5 ਵਜੇ ਨਵੀਂ ਕਲਾਸ ਦੇ ਵਿੱਚ ਮਿਲਾਂਗੇ ਇੱਕ ਵਾਰੀ ਇਹ ਸਵਾਲ ਦਾ ਜਵਾਬ ਦਿਓ ਰਾਜ ਸਭਾ ਦੇ ਮੈਂਬਰਾਂ ਦੁਆਰਾ ਕਿਸ ਨੂੰ ਚੁਣਿਆ ਜਾਂਦਾ ਹੈ ਰਾਜ ਸਭਾ ਦੇ ਮੈਂਬਰ ਦੋਸਤੋ ਕਿਸ ਨੂੰ ਚੁਣਦੇ ਆ ਪ੍ਰੈਜ਼ੀਡੈਂਟ ਨੂੰ ਵਾਈਸ ਪ੍ਰੈਜ਼ੀਡੈਂਟ ਨੂੰ ਚੇਅਰਪਰਸਨ ਨੂੰ ਡਿਪਟੀ ਚੇਅਰਮੈਨ ਨੂੰ ਆਹ ਲੋ ਜੀ ਇੱਕ ਨੰਬਰ ਹੋ ਗਿਆ ਖਰਾਬ ਇੱਕ ਨੰਬਰ ਹੋ ਗਿਆ ਖਰਾਬ ਜਿਨ੍ਹਾਂ ਨੇ ਕਿਹਾ ਪ੍ਰੈਜ਼ੀਡੈਂਟ ਉਹਨਾਂ ਸਭ ਦਾ ਡੋਲੂ ਮਾਂਜਾ ਜਾ ਚ ऐसे <Buckledış> <goda> कैसे हुआ हमें भी बताओ पेपरच यही ਹੋਊਗਾ ਬਾਅਦਚ ਇਹੀ ਦਿਮਾਗ ਦੇ ਵਿੱਚ ਗੱਲ ਆਉਂਦੀ ਹੁੰਦੀ ਆ ਵੀ ਨਾ ਜਾ ਫੌਜੀ ਆ ਬਾਅਦ ਫੌਜਨ ਰੋਂਦੀ ਨਹੀਂ ਹੁੰਦੀ ਤੁਸੀਂ ਰੋਂਗੇ ਜੇ ਕੁਐਸਚਨ ਦਾ ਆਨਸਰ ਗਲਤ ਹੋ ਗਿਆ ਪ੍ਰੈਜ਼ੀਡੈਂਟ ਦੋਸਤੋ ਰਾਜ ਸਭਾ ਵਾਲੇ ਕੱਲੇ ਕਿੱਥੋਂ ਚੁੰਦੇ ਆ ਪ੍ਰੈਜ਼ੀਡੈਂਟ ਨੂੰ ਕੌਣ ਚੁੰਦਾ ਪ੍ਰਾਈਡੈਂਟ ਨੂੰ ਰਾਜ ਸਭਾ ਚੁਣਦੀ ਆ ਲੋਕ ਸਭਾ ਚੁਣਦੀ ਆ ਵਿਧਾਨ ਸਭਾ ਚੁਣਦੀ ਆ ਵਿਧਾਨ ਪ੍ਰੀਸ਼ਦ ਚੁਣਦੀ ਆ ਸਾਰੇ ਸਲੇਗ ਇਲੈਕਟਡ ਮੈਂਬਰ ਚੁਣਦੇ ਆ ਇਹ ਕਹਿ ਰਿਹਾ ਰਾਜ ਸਭਾ ਦੇ ਮੈਂਬਰ ਕਿਹਨੂੰ ਚੁਣਦੇ ਆ ਇਹ ਡਿਪਟੀ ਚੇਅਰਮੈਨ ਨੂੰ ਚੁਣਦੇ ਆ ਦੋਸਤੋ ਡੀ ਬਿਲਬੀ ਦਾ ਰਾਈਟ ਆਨਸਰ ਅੱਧੇ ਕਹਿੰਦੇ ਵਾਈਸ ਪ੍ਰੈਜ਼ੀਡੈਂਟ ਡੋਲੂ ਥੋੜਾ ਵੀ ਮੰਝ ਆ ਗਿਆ ਕਿਉਂਕਿ ਵਾਈਸ ਪ੍ਰੈਜ਼ੀਡੈਂਟ ਤੇ ਰਾਸ਼ਟਰਪਤੀ ਨੂੰ ਇਕੱਠੇ ਹੀ ਚੁਣਦੇ ਆ ਭਾਈ ਸਾਰੇ ਜਣੇ ਇਕੱਠੀਆਂ ਹੀ ਵੋਟਾਂ ਪਾ ਦਿੰਦੇ ਆ ਇਹ ਉੱਤਰ ਭਾਈ ਉੱਤਰ ਕੀ ਹੋਗਾ ਡਿਪਟੀ ਚੇਅਰਮੈਨ ਆਵ ਰਾਜ ਸਭਾ ਆਊਗਾ ਉੱਤਰ ਡਿਪਟੀ ਥੀਨ ਡੈਮ ਜਿਹਨੂੰ ਕਹਿੰਦੇ ਆ ਇੱਕ ਵਿਸ਼ਾਲ ਬਹੁਮੰਤਵੀ ਹੈ ਰਿਵਰ ਵੈਲੀ ਪ੍ਰੋਜੈਕਟ ਹੈ ਕਿਹੜੀ ਨਦੀ ਦੇ ਉੱਤੇ ਕਿਨਾਰੇ ਤੇ ਆ ਜੀ ਥੀਨ ਡੈਮ ਰਣਜੀਤ ਸਾਗਰ ਡੈਮ ਨੂੰ ਥੀਨ ਡੈਮ ਵੀ ਕਿਹਾ ਜਾਂਦਾ ਕਿਹੜੀ ਨਦੀ ਦੇ ਕਿਨਾਰੇ ਦੇ ਉੱਤੇ ਹੈ ਇਸ ਕੁਐਸਚਨ ਦਾ ਜਵਾਬ ਦੇਣ ਵਾਲੇ ਵਿਅਕਤੀ ਨੂੰ ਇਸ ਕੁਐਸਚਨ ਦਾ ਆਨਸਰ ਦੇਣ ਵਾਲੇ ਬੱਚੇ ਨੂੰ ਪੂਰੇ 300 ਡਾਲਰ ਨਗਦ ਇਨਾਮ ਕਾਲਪਨਿਕ ਗਰੁੱਪ ਦੇ ਵਿੱਚ ਦਿੱਤੇ ਜਾਣਗੇ ਪੂਰੇ 300 ਡਾਲਰ ਨਗਦ ਇਨਾਮ ਕਾਲਪਨਿਕ ਰੂਪ ਦੇ ਵਿੱਚ ਦੋਸਤੋ ਦਿੱਤੇ ਜਾਣਗੇ ਕਹਿੰਦੇ ਜੀ ਰਣਜੀਤ ਸਾਗਰ ਡੈਮ ਜਿਹੜਾ ਹੈ ਉਹ ਭਾਈ ਕਿਹੜੀ ਨਦੀ ਦੇ ਕਿਨਾਰੇ ਤੇ ਆ ਦੋਸਤੋ ਉਹ ਆ ਜੀ ਰਾਵੀ ਨਦੀ ਦੇ ਕਿਨਾਰੇ ਤੇ ਸਤਲੁਜ ਰਾਵੀ ਬਿਆਸ ਚਨਾਬ ਜੇਲਮ ਪੰਜਾਬ ਦੀਆਂ ਨਦੀਆਂ ਤੇ ਕਿਹੜੇ ਕਿਹੜੇ ਡੈਮ ਕਿਹੜੀ ਕਿਹੜੀ ਦੇ ਕਿਨਾਰੇ ਤੇ ਆ ਇਹ ਆਪਣੀ ਕਲਾਸ ਦੇ ਵਿੱਚ ਹੀ ਮਿਲ ਸਕਦਾ ਮਾਰ ਲਓ ਸਕਰੀਨ ਸ਼ਾਟ ਮੌਕਾ ਹੈ ਹੁਣ ਤੁਹਾਡੇ ਕੋਲੇ ਮੌਕਾ ਮਾਰ ਲਓ ਸਕਰੀਨ ਸ਼ਾਟ ਟੈਰੀ ਡੈਮ ਉਤਰਾਖੰਡ ਦੇ ਵਿੱਚ ਆ ਭਗੀਰਤੀ ਨਦੀ ਦੇ ਕਿਨਾਰੇ ਤੇ ਲਖਵਾਰ ਡੈਮ ਉਤਰਾਖੰਡ ਦੇ ਵਿੱਚ ਯਮੁਨਾ ਦੇ ਕਿਨਾਰੇ ਤੇ ਈਡੁਕੀ ਆਰਚ ਡੈਮ ਕੇਰਲ ਦੇ ਵਿੱਚ ਪ੍ਰਿਆਰ ਨਦੀ ਦੇ ਕਿਨਾਰੇ ਤੇ ਭਾਗੜਾ ਨੰਗਲ ਡੈਮ ਹਿਮਾਚਲ ਦੇ ਵਿੱਚ ਸਤਲੋਜ ਦੇ ਕਿਨਾਰੇ ਤੇ ਸਰਦਾਰ ਸਰੋਵਰ ਗੁਜਰਾਤ ਡੈਮ ਗੁਜਰਾਤ ਡੈਮ ਦੇ ਵਿੱਚ ਗੁਜਰਾਤ ਦੇ ਵਿੱਚ ਆ ਨਰਮਦਾ ਨਦੀ ਦੇ ਕਿਨਾਰੇ ਤੇ ਭਾਈ ਸਾਰਿਆਂ ਦਾ ਸਕਰੀਨ ਸ਼ਾਟ ਮਾਰ ਲਓ ਆਲੋ ਪਾਸੇ ਹੋ ਗਏ ਆਪਾਂ ਸਕਰੀਨਸ਼ਾਟ ਮਾਰ ਲਓ ਅਗਲਾ ਕੁਐਸਚਨ ਆ ਰਿਹਾ ਦੋਸਤੋ 1 2 3 ਨਮਸਕਾਰ ਸਾਥੀਓ ਕੇਬੀਸੀ ਮੇ ਸਵਾਗਤ ਨੀਤੀ ਆਯੋਗ ਨੇ ਯੋਜਨਾ ਕਮਿਸ਼ਨ ਦੀ ਥਾਂ ਕਿਹੜੀ ਤਰੀਕ ਨੂੰ ਲਈ ਸੀ ਕਿੰਨੇ ਕੁਐਸਚਨ ਰਹਿ ਗਏ ਜੀ ਮੈਂ ਚਾਰ ਰੈਡੀ ਚਾਰ ਆਲਰੇਡੀ ਗਲਤ ਹੋ ਗਏ ਹੁਣ ਸੰਭਲ ਕੇ ਚੱਲਿਓ ਜੇ ਚਾਰ ਗਲਤ ਹੋ ਗਏ 45 ਤੋਂ ਥੱਲੇ ਮੈਂ ਸੱਚੀ ਫੜ ਫੜ ਕੇ ਕੁੱਟਣਾ ਇੱਕ ਟੱਕਰ ਇੱਧਰ ਲਈ ਕੰਧ ਨਾਲ ਤੇ ਇੱਕ ਇੱਧਰ ਲਈ ਨਾਲ 50 ਦਿਨਾਂ ਦੀ ਮਿਹਨਤ 50 ਕਲਾਸਾਂ ਚੋਂ ਇੱਕ ਕੁਐਸਚਨ ਲੈ ਕੇ ਆਏ ਆ ਤੇ ਇੱਥੇ ਵੀ ਗਲਤ ਕਰੀ ਜਾਂਦੇ ਪਰ ਸ਼ਾਬਾਸ਼ ਆ ਤੁਹਾਡੇ ਸਿਰਫ 5 ਦੀ ਛੂਟ ਆ 50 ਦੇ ਵਿੱਚੋਂ ਮੰਨ ਸਕਦਾ ਮੈਂ 5 ਗੱਲ ਤੋਂ ਸਕੇ ਕਨਫਿਊਜ਼ਨ ਤੇ 45 ਪਲੱਸ ਤੋਂ ਡੇ ਹੋਣੇ ਚਾਹੀਦੇ ਆ 45 ਜਾਂ 45 ਪਲੱਸ ਵਾਲੇ ਨੂੰ ਮਾਫੀ ਆ ਤੇ ਬਾਕੀ ਹਿਸਾਬ ਲਾ ਲਿਓ ਆਪੋ ਆਪਣਾ ਉੱਤਰ ਦੱਸੋ ਜੀ ਨੀਤੀ ਯੋਗ ਨੇ ਯੋਜਨਾ ਕਮਿਸ਼ਨ ਦੀ ਥਾਂ ਕਦੋਂ ਲਈ ਸੀ ਕਹਿੰਦਾ ਨੀਤੀਯੋਗ ਕਦੋਂ ਲਾਗੂ ਕੀਤਾ ਗਿਆ ਸੀ ਝੂਠ ਨਹੀਂ ਬੋਲਣਾ ਵਿਦਿਆਪੜਾਈ ਦੀ ਸੌਂਗ ਜਿਹੜਾ ਗੱਪ ਬਾਰੇ ਉੱਤਰ ਆਊਗਾ ਜੀ 1 ਜਨਵਰੀ 2015 ਭੋਲੇ ਕਰ ਟਿੱਡਾ ਗਲਤ ਆ ਦੋਸਤੋ 1 ਜਨਵਰੀ 2015 ਡੀ ਬਿਲਕੁਲ ਸਹੀ ਉੱਤਰ ਹੈ ਜੀ 1 ਜਨਵਰੀ 2015 1 ਜਨਵਰੀ 2015 ਬਿਲਕੁਲ ਸਹੀ ਉੱਤਰ ਹੈ ਦੋਸਤੋ ਆ ਬੜਾ ਲਿਖਤਾ 2015 ਬਿਲਕੁਲ ਸਹੀ ਉੱਤਰ ਹੈ 1 ਜਨਵਰੀ ਨੂੰ ਹੋਈ ਸੀ ਭਾਈ ਨੀਤੀਯੋਗ ਦੀ ਸਥਾਪਨਾ ਕਿਹਦੀ ਥਾਂ ਤੇ ਯੋਜਨਾ ਕਮਿਸ਼ਨ ਦੀ ਥਾਂ ਤੇ ਕਹਿੰਦੇ ਜੀ ਹੇਟ ਲਿਗਿਆਂ ਵਿੱਚੋਂ ਕਿਹੜੀ ਸੰਵਿਧਾਨਿਕ ਸੰਸਥਾ ਨਹੀਂ ਹੈ ਕਿਹੜੀ ਇਹਨਾਂ ਵਿੱਚੋਂ ਸੰਵਿਧਾਨਿਕ ਸੰਸਥਾ ਨਹੀਂ ਹੈ ਜੀ ਕੈਗ ਯੂਪੀਐਸਸੀ ਸੀਬੀਆਈ ਸੁਪਰੀਮ ਕੋਰਟ ਕਿਹੜੀ ਨਹੀਂ ਹੈ ਸੰਵਿਧਾਨਿਕ ਸੰਸਥਾ ਪਿਆਰੇ ਸਾਥੀਓ ਜਲਦੀ ਨਾਲ ਇਸ ਸਵਾਲ ਦਾ ਜਵਾਬ ਦੇ ਦਿਓ ਸਰ ਦੋ ਗਲਤ ਹੋਏ ਆ ਜੀ ਹੁਣ ਤੱਕ ਕੋਈ ਗੱਲ ਨਹੀਂ ਦੋ ਤਿੰਨ ਚਾਰ ਜਿਹਨੇ ਵੀ ਹੋਈ ਆ 45 ਤੱਕ ਮਾਫੀ ਹੈ 45 ਤੱਕ ਮਾਫੀ ਹੈ ਦੋਸਤੋ ਕਿਹੜੀ ਸੰਵਧਾਨਿਕ ਸੰਸਥਾ ਨਹੀਂ ਹੈ ਦੇਖੋ ਕੈਗ ਆਰਟੀਕਲ ਨੰਬਰ 148 ਆਰਟੀਕਲ ਨੰਬਰ 148 ਹੈਗੀ ਹੈ ਜੀ ਯੂਪੀਐਸਸੀ 325 ਦੇ ਵਿੱਚ ਹੈਗੀ ਹੈ ਸਰ ਸੀਬੀਆਈ ਅਰੇ ਸਰ ਯਹੀ ਤਾਂ ਗੜਬੜ ਹੈ ਇਹੀ ਤਾਂ ਗੜਬੜਾ ਸਾਰੀ ਸੀਬੀਆਈ ਨਹੀਂ ਹੈ ਸੀਬੀਆਈ ਹੀ ਇਸ ਕੁਐਸਚਨ ਦਾ ਉੱਤਰ ਹੈ ਕਨਸਟੀਟਿਊਸ਼ਨਲ ਬਾਡੀ ਨਹੀਂ ਹੈ ਇਹ ਅਪਾਇੰਟ ਕੀਤੀ ਜਾਂਦੀ ਹੈ ਬਣਾਈ ਜਾਂਦੀ ਹੈ ਬਾਅਦ ਦੇ ਵਿੱਚ ਉੱਤਰ ਕੀ ਆਏਗਾ ਸੀਬੀਆਈ ਵੈਰੀ ਗੁੱਡ ਬਹੁਤ ਅੱਛੇ ਅਧਿ ਕਹਿ ਕੇ ਹੀ ਜਾਂਦੇ ਆ ਜੀ ਅਧਿ ਕਹਿ ਕੇ ਹੀ ਜਾਂਦੇ ਆ ਮੈਂ ਕਹਿੰਦਾ ਹੁਣ ਪੜ੍ਹ ਲਓ ਬਾਚ ਪੇਪਰ ਦੇ ਵਿੱਚ ਜੇ ਮੇਕੋ ਹੁਣ ਮਾਫੀ ਹੈ ਜੇ ਹੁਣ ਗਲਤ ਹੋ ਗਿਆ ਨਾ ਹੁਣ ਮਾਫੀ ਹੈ ਤੇ ਪੇਪਰ ਦੇ ਵਿੱਚ ਤਾਂ ਇੱਕੋ ਹੀ ਗੱਲ ਯਾਦ ਆਉ ਮੈਨੂੰ ਪਤਾ ਨਹੀਂ ਲੱਗਿਆ ਕਿਵੇਂ ਗਲਤ ਹੋ ਗਿਆ ਮੈਨੂੰ ਪਤਾ ਨਹੀਂ ਲੱਗਿਆ ਇੱਕ ਵਾਰੀ ਲਾਈਕ ਵਾਲਾ ਬਟਨ ਦਬਾਓ 700 ਲਾਈਕ ਪੂਰੇ ਕਰੋ ਜਲਦੀ ਨਾਲ ਸਿਰਫ 14 ਲਾਈਕ ਘਟਦੇ ਆ 700 ਲਾਈਕ ਪੂਰੇ ਕਰ ਦਿਓ ਜਲਦੀ ਨਾਲ ਸਪੀਡ ਨਾਲ ਥੋੜਾ ਜਿਹਾ 700 ਲਾਈਕ ਪੂਰੇ ਕਰ ਦਿਓ ਲਾਈਵ ਕਲਾਸ ਦੇ ਦੌਰਾਨ ਹੀ ਸਾਡਾ ਰਾਸ਼ਟਰੀ ਗੀਤ ਜਨ ਗਨ ਮਨ ਕਿਹੜੀ ਭਾਸ਼ਾ ਤੋਂ ਅਪਣਾਇਆ ਗਿਆ ਕਹਿਣ ਦਾ ਮਤਲਬ ਇਨਡਾਇਰੈਕਟ ਵੇਚ ਪੁੱਛ ਰਿਹਾ ਸਾਡਾ ਰਾਸ਼ਟਰੀ ਗੀਤ ਜੋ ਹੈ ਜਨ ਗਨ ਮਨ ਇਹ ਪਹਿਲਾਂ ਕਿਹੜੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀ ਜਲਦੀ ਨਾਲ ਜਲਦੀ ਨਾਲ ਹਾਂ ਆਰਟੀਕਲ 326 ਦੇ ਸੀ ਯੂਪੀ ਸੀ ਸੌਰੀ ਬੱਚੋ ਵੈਰੀ ਗੁੱਡ ਸੇਫ ਹਾਂਜੀ ਕਹਿੰਦੇ ਸਾਰਾ ਅਸੀਂ ਸੇਫ ਹਾਂਜੀ ਦੱਸੋ ਜੀ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ 700 ਲਾਈਕ ਪੂਰੇ ਕਰ ਦੋ ਸਿਰਫ 10 ਲਾਈਕ ਘਟ ਨੇ ਰਾਸ਼ਟਰੀ ਗੀਤ ਕਿਹੜੀ ਭਾਸ਼ਾ ਤੋਂ ਅਪਣਾਇਆ ਗਿਆ ਹਿੰਦੀ ਮਰਾਠੀ ਅਸਾਮੀ ਜਾਂ ਬੰਗਲਾ ਉੱਤਰ ਕੀ ਆਏਗਾ ਜੀ ਮਾਰੋ ਸੋਨਾ ਬੰਗਲਾ ਬੰਗਲਾ ਉੱਤਰ ਆਏਗਾ ਦੋਸਤੋ ਇਹ ਬੰਗਲਾ ਬੰਗਲਾ ਬੰਗਾਲ ਦੀ ਭਾਸ਼ਾ ਤੋਂ ਕਿਉਂਕਿ ਲਿਖਣ ਵਾਲਾ ਕੌਣ ਸੀ ਆਰ ਟੈਗੋਰ ਤੇ ਆਰ ਟੈਗੋਰ ਹੈ ਕਿੱਥੋਂ ਦੇ ਸਿਰਵਿੰਦਰ ਟੈਗੋਰ ਰਵਿੰਦਰਨਾਥ ਟੈਗੋਰ ਕਿੱਥੋਂ ਦੇ ਸੀ ਜੀ ਬੰਗਾਲ ਦੇ ਬੰਗਾਲ ਦਾ ਬੰਦਾ ਬੰਗਾਲੀ ਲਿਖੂਗਾ ਜਿਨੇ ਜਿਨੇ ਮੇਰੀ ਇੰਸਟਾਗ੍ਰam ਤੇ ਰੀਲ ਵੇਖ ਲਈ ਸੀ ਯਸ ਸਰ ਕਹਿ ਦਿਓ ਮੈਂ ਉੱਥੇ ਵੀ ਪਾਈ ਸੀ ਇੱਕ ਵੀ ਬੰਗਾਲ ਦਾ ਬੰਗਾਲੀ ਲਿਖੂਗਾ ਪੰਜਾਬੀ ਬੰਦਾ ਪੰਜਾਬੀ ਵਧੀਆ ਲਿਖੂਗਾ ਇੱਥੋਂ ਯਾਦ ਰੱਖ ਸਕਦੇ ਹੋ ਵੀ ਸਿੱਧੂ ਮੂਸੇ ਦਾ ਗਾਣਾ ਵੀ ਸੁਣਾਇਆ ਸੀ ਮੈਂ ਰੀਲ ਦੇਖ ਲਈ ਹੁਣ ਇੰਸਟਾਗ੍ਰam ਤੇ ਬਹੁਤ ਸਾਰਿਆਂ ਨੇ ਨਹੀਂ ਵੇਖੀ ਤਾਂ ਜਾ ਕੇ ਵੇਖਿਆ ਹੋਇਆ ਜੀ ਵੈਰੀ ਗੁੱਡ ਇਸ ਕੁਐਸਚਨ ਦਾ ਉੱਤਰ ਕੀ ਆ ਰਿਹਾ ਜੀ ਬੰਗਾਲੀ ਆਏਗਾ ਅਗਲਾ ਕੁਐਸਚਨ ਦੇਖਦੇ ਹਾਂ ਜੀ ਕਹਿੰਦੇ ਹੇਟਾਂ ਦਿੱਤੇ ਵਿੱਚੋਂ ਕੌਣ ਬੰਗਲਾਦੇਸ਼ ਦਾ ਸਭ ਤੋਂ ਲੰਬਾ ਸਮਾਂ ਸੇਵਾ ਕਰਨ ਵਾਲਾ ਪ੍ਰਧਾਨ ਮੰਤਰੀ ਹੈ ਜਾਸੀ ਕੌਣ ਹੈ ਬੰਗਲਾਦੇਸ਼ ਦਾ ਸਭ ਤੋਂ ਲੰਬਾ ਸਮਾਂ ਸੇਵਾ ਕਰਨ ਵਾਲਾ ਪ੍ਰਧਾਨ ਮੰਤਰੀ ਕੌਣ ਹੈ ਜੀ ਖਲੀਦ ਅਜ਼ੀਆ ਸ਼ੇਖ ਮੁਜ਼ੇਬਿਰ ਰਹੀਮ ਰਹਿਮਾਨ ਸ਼ਾ ਜੁਦੀਰ ਰਹਿਮਾਨ ਜਾਂ ਸ਼ੇਖ ਹਸਿਨਾ ਕੌਣ ਹੈ ਸਭ ਤੋਂ ਸਭ ਤੋਂ ਲੰਬਾ ਟਾਈਮ ਪ੍ਰਧਾਨ ਮੰਤਰੀ ਕਿਹਦਾ ਭਾਈ ਬੰਗਲਾਦੇਸ਼ ਦਾ ਪਹਿਲੀ ਗੱਲ ਤਾਂ ਯਾਦ ਰੱਖਿਓ 1947 ਤੋਂ ਲੈ ਕੇ 1971 ਤੱਕ ਬੰਗਲਾਦੇਸ਼ ਪਾਕਿਸਤਾਨ ਦਾ ਹਿੱਸਾ ਰਿਆ ਸੀ ਜਦੋਂ 1971 ਦੇ ਚ ਪਾਕਿਸਤਾਨ ਨਾ ਭਾਰਤ ਦੀ ਜੰਗ ਹੋਈ ਭਾਰਤ ਜਿੱਤਿਆ ਤੇ ਭਾਰਤ ਨੇ ਬੰਗਲਾਦੇਸ਼ ਦੀ ਮਦਦ ਕੀਤੀ ਬੰਗਲਾਦੇਸ਼ ਨੂੰ ਆਜ਼ਾਦ ਕਰਾ ਦਿੱਤਾ ਸ਼ੇਖ ਹਸਿਨਾ ਸ਼ੇਖ ਹਸਿਨਾ ਇਸ ਕੁਸ਼ਚਨ ਦਾ ਉੱਤਰ ਆਏਗਾ ਦੋਸਤੋ ਸ਼ੇਖ ਹਸਿਨਾ ਰਹਿ ਜੀ ਸਭ ਤੋਂ ਵੱਧ ਸਭ ਤੋਂ ਲੰਬੇ ਟਾਈਮ ਵਾਸਤੇ ਪ੍ਰਧਾਨ ਮੰਤਰੀ ਬੰਗਲਾਦੇਸ਼ ਦੀ ਬੰਗਲਾਦੇਸ਼ ਦਾ ਰਾਸ਼ਟਰੀ ਗਾਨ ਕੀ ਹੈ ਜੀ ਅਮਰ ਸੋਨਾਰ ਬਾਂਗਲਾ ਅਮਰ ਸੋਨਾਰ ਬਾਂਗਲਾ ਇਹ ਲਿਖਿਆ ਕਿਨੇ ਅਮਰ ਸੋਨਾਰ ਬਾਂਗਲਾ ਲਿਖਿਆ ਜੀ ਆ ਟੈਗੋਰ ਨੇ ਰਵਿੰਦਰਨਾਥ ਟੈਗੋਰ ਨੇ ਕਿਹੜੇ ਸਾਲ ਦੇ ਵਿੱਚ ਲਿਖਿਆ 1905 ਦੇ ਵਿੱਚ 1905 ਦੇ ਵਿੱਚ ਲਿਖਿਆ ਪਿਆਰੇ ਸਾਥੀਓ ਅਮਰ ਸੋਨਾਰ ਬਾਂਗਲਾ ਵੈਰੀ ਗੁੱਡ ਜਿਨੇ ਲਾਈਕ ਦਾ ਬਟਨ ਨਹੀਂ ਦਬਾਇਆ ਜਲਦੀ ਨਾਲ ਦਬਾ ਦਿਓ ਯਾਰ ਜਲਦੀ ਨਾਲ ਲੋ ਜੀ ਕਹਿੰਦੇ ਗਰਬਾ ਕਿਹੜੀ ਸਟੇਟ ਦਾ ਲੋਕ ਨਾਚ ਹੈ ਗਰਬਾ ગરબા ਕਿਹੜੀ ਸਟੇਟ ਦਾ ਲੋਕ ਨਾਚ ਹੈ ਇੱਕ ਵਾਰੀ ਵਿਆਹ ਜਾਣ ਦਾ ਮੌਕਾ ਮਿਲਿਆ ਰਾਜਸਥਾਨ ਦੇ ਵਿੱਚ ਉੱਤਨਾ ਗਰਬਾ ਕਾਫੀ ਲੋਕਾਂ ਨੂੰ ਮਤਲਬ ਆਉਂਦਾ ਹੈ ਨਹੀਂ ਉਹਨਾਂ ਦੀ ਸਟੇਟ ਦਾ ਪਰ ਕਾਫੀ ਲੋਕਾਂ ਨੂੰ ਆਉਂਦਾ ਤੇ ਗਰਬਾ ਪਤਾ ਕਿਹੜੇ ਗਾਣੇ ਤੇ ਕਰ ਰਹੇ ਸੀ ਉਹ ਗਾਣਾ ਚਲਾ ਰੱਖਿਆ ਸੀ ਪੰਮੀ ਬਾਈ ਦਾ ਵੇ ਮੈਂ ਪਾਣੀ ਭਰੇ ਨੀਆਂ ਖੂਤੋਂ ਉਹ ਗਾਣੇ ਤੇ ਚੱਲ ਰਿਹਾ ਸੀ ਗਰਬਾ ਮਤਲਬ ਨਜ਼ਾਰਾ ਜ ਆਇਆ ਮੈਂ ਕਿਹਾ ਵਾਕਈ ਬੱਲੇ ਬੱਲੇ ਕਰਾਈ ਪੀਆ ਭਾਈ ਜਖੇਪੜ ਵਾਲੇ ਨੇ ਜਖੇਪੜ ਪਿੰਡਾ ਪਤਾ ਪੰਮੀ ਬਾਈ ਦਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਪਤਾ ਕਿਸੇ ਨੂੰ ਨਾ ਮਾ ਬੜਾ ਮਸ਼ਹੂਰ ਗਾਣਾ ਹੋਇਆ ਯਾਰ ਇੱਥੇ ਤੱਕ ਚੱਲੀ ਜਾਂਦਾ ਰਾਜਸਥਾਨ ਦੇ ਵਿੱਚ ਹਨ ਜਮਾ ਪਹਾੜੀ ਏਰੀਆ ਦੇ ਵਿੱਚ ਗਿਆ ਸੀ ਨਾਲੇ ਮੈਂ ਇਸ ਕੁਐਸਚਨ ਦਾ ਉੱਤਰ ਕੀ ਆ ਰਿਹਾ ਜੀ ਗਰਬਾ ਕਿਹੜੀ ਸਟੇਟ ਦਾ ਗੁਜਰਾਤ ਦਾ ਗੁਜਰਾਤ ਦਾ ਨੰਬਰ ਕਾਊਂਟ ਕਰਨੇ ਸ਼ੁਰੂ ਕਰ ਦਿਓ ਸਿਰਫ ਆਪਣੇ ਕੋਲੇ ਦੋ ਤਿੰਨ ਕੁਐਸਚਨ ਬਾਕੀ ਨੇ ਭਾਰਤੀ ਸੰਵਿਧਾਨ ਅਨੁਸਾਰ ਦੇਸ਼ ਦਾ ਪਹਿਲਾ ਨਾਗਰਿਕ ਕੌਣ ਹੈ ਇਹ ਕੀ ਹੈ ਜੀ ਇਹ ਚੂਰਨ ਸਵਾਲ ਹੈ ਮੇਰੇ ਪਿਆਰੇ ਸਾਥਿਓ ਬਿਲਕੁਲ ਚੂਰਨ ਸਵਾਲ ਥਿਸ ਇ ਚੂਰਨ ਕੁਐਸਚਨ ਫੋਰ ਮੀ ਥਿਸ ਇ ਚੂਰਨ ਕੁਐਸਚਨ ਫੋਰ ਮੀ ਭਾਰਤੀ ਸੰਵਿਧਾਨ ਅਨੁਸਾਰ ਦੇਸ਼ ਦਾ ਪਹਿਲਾ ਨਾਗਰ ਕੌਣ ਹੈ ਪ੍ਰੈਜ਼ੀਡੈਂਟ ਲੋਕ ਸਭਾ ਸਪੀਕਰ ਵਾਈਸ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਬਿਲਕੁਲ ਸੌਕਾ ਜੀ ਜਿਹੜਾ ਕੰਮ ਕਰਾਂਗੇ ਸਭ ਤੋਂ ਉੱਤੇ ਰਾਸ਼ਟਰਪਤੀ ਨੂੰ ਰੱਖਾਂਗੇ ਸਭ ਤੋਂ ਉੱਤੇ ਕੌਣ ਹੁੰਦਾ ਜੀ ਸਭ ਤੋਂ ਉੱਤੇ ਹੁੰਦਾ ਪਤੀ ਵੈਸੇ ਤਾਂ ਪਤੀ ਉੱਤੇ ਨਹੀਂ ਹੁੰਦਾ ਵੈਸੇ ਤਾਂ ਪਤਨੀ ਉੱਤੇ ਹੁੰਦੀ ਆ ਕਿਉਂਕਿ ਪਤਨੀ ਨੂੰ ਅੰਗਰੇਜ਼ੀ 'ਚ ਕਹਿੰਦੇ ਆ ਵਾਈਫ ਤੇ ਵਾਈਫ ਦਾ ਮਤਲਬ ਹੁੰਦਾ ਜੀ ਵਿਦਆਊਟ ਇਨਫਰਮੇਸ਼ਨ ਫਾਈਟਿੰਗ ਐਵਰੀ ਟਾਈਮ ਇਹ ਵਾਈਫ ਦਾ ਮਤਲਬ ਹੁੰਦਾ ਪਰ ਇੱਥੇ ਭਾਈ ਪ੍ਰੈਜ਼ੀਡੈਂਟ ਯਾਨੀ ਕਿ ਰਾਸ਼ਟਰਪਤੀ ਹੀ ਅੱਗੇ ਹੈ ਪਤੀ ਅੱਗੇ ਹੈ ਜੀ ਅਗਲਾ ਕੁਐਸਚਨ ਦੇਖੋ ਜੀ ਕਹਿੰਦੇ 올 ਇੰਡੀਆ ਮੁਸਲਿਮ ਲੀਗ ਦਾ ਪਹਿਲਾ ਪ੍ਰਧਾਨ ਕੌਣ ਸੀ 올 ਇੰਡੀਆ ਮੁਸਲਿਮ ਲੀਗ ਕਿਹੜੇ ਸਾਲ ਦੇ ਵਿੱਚ ਬਣੀ ਮੁਸਲਿਮ ਲੀਗ 1906 ਦੇ ਵਿੱਚ ਦੋਸਤੋ ਮੁਸਲਿਮ ਲੀਗ ਦੀ ਸਥਾਪਨਾ ਕਦੋਂ ਹੋਈ 1906 ਦੇ ਵਿੱਚ ਕਿੱਥੇ ਹੋਈ ਢਾਕਾ ਦੇ ਵਿੱਚ ਢਾਕਾ ਕਿੱਥੇ ਪੈਂਦਾ ਦੋਸਤੋ ਇਹ ਪੈਂਦਾ ਜੀ ਬੰਗਲਾਦੇਸ਼ ਦੇ ਵਿੱਚ ਅੱਜਕੱਲ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਵਿੱਚ ਹੋਈ ਸੀ ਕਿਹਦੀ ਸ਼ੁਰੂਆਤ ਜੀ 올 ਇੰਡੀਆ ਮੁਸਲਿਮ ਲੀਗ ਦੀ ਸ਼ੁਰੂਆਤ ਹੋਈ ਸੀ ਢਾਕਾ ਦੇ ਵਿੱਚ ਵੈਰੀ ਗੁੱਡ ਵੈਲ ਡਨ ਸ਼ਾਬਾਸ਼ 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 ਬਹੁਤ ਅੱਛੇ ਸਾਰਿਆਂ ਦੇ ਉੱਤਰ ਆਉਣਾ ਚਾਹੀਦਾ ਅਗਾ ਖਾਨੇ ਦੇ ਪਹਿਲੇ ਪ੍ਰੈਜ਼ੀਡੈਂਸੀ ਦੋਸਤੋ ਕੌਣ ਸਨ ਅਗਾ ਖਾਨ ਪਹਿਲੇ ਪ੍ਰੈਜ਼ੀਡੈਂਸੀ ਜੀ ਕੀ ਦੇ 올 ਇੰਡੀਆ ਮੁਸਲਿਮ ਲੀਗ ਦੇ ਇਹ ਬਣਾਈ ਕਿਨੇ ਸੀ ਸੈਮ ਨੇ ਬਣਾਈ ਸੀ ਸੈਮ ਬੋਲੇ ਤੋਂ ਸਲੀਮੁਲਾ ਖਾਨ ਅਗਾ ਖਾਨ ਮੂਸਿਨ ਉਦਮੁਲਕ ਆ ਤਿੰਨ ਬੰਦੇ ਸੀਗੇ ਜੀ ਬਣਾਉਣ ਵਾਲੇ ਮੁਸਲਿਮ ਲੀਗ ਨੂੰ ਵੈਰੀ ਗੁੱਡ ਅਗਲਾ ਕੁਐਸਚਨ ਆ ਗਿਆ ਜੀ ਕਹਿੰਦੇ ਹੇਟ ਲਿਗਾਂ ਵਿੱਚੋਂ ਕਿਹੜੇ ਦੇਸ਼ ਨੇ ਸਭ ਤੋਂ ਪਹਿਲਾਂ ਔਰਤਾਂ ਦਾ ਵੋਟ ਪਾਉਣ ਦਾ ਅਧਿਕਾਰ ਦਿੱਤਾ ਸੀ ਔਰਤਾਂ ਨੂੰ ਸਭ ਤੋਂ ਪਹਿਲਾਂ ਵੋਟ ਪਾਉਣ ਦਾ ਅਧਿਕਾਰ ਕਿਹਨੇ ਦਿੱਤਾ ਸੀ ਕਿਹੜੇ ਦੇਸ਼ ਨੇ ਆਸਟ੍ਰੇਲੀਆ ਫਰਾਂਸ ਯੂਕੇ ਯੂਐਸਏ ਆਸਟ੍ਰੇਲੀਆ ਫਰਾਂਸ ਯੂਕੇ ਯੂਐਸਏ ਇਹਨਾਂ ਦੇ ਵਿੱਚੋਂ ਹੀ ਦੱਸਣਾ ਇਹਨਾਂ ਦੇ ਵਿੱਚੋਂ ਹੀ ਦੱਸਣਾ ਹੈ ਦੋਸਤੋ ਕਹਿੰਦੇ ਸਰ 50 ਕੁਐਸਚਨਾਂ ਚ ਪੇਪਰ ਚ ਕਿੰਨੇ ਆਉਣਗੇ ਦੁਨੀਆ ਦੇ ਵਿੱਚ ਮਤਲਬ ਮਹਾਨ ਵਿਅਕਤੀਆਂ ਦੀ ਕਮੀ ਨਹੀਂ ਹੈ ਕੋਈ 50 ਦੇ ਵਿੱਚੋਂ ਕਿੰਨੇ ਆਉਣਗੇ ਨਹੀਂ ਭਾਈ ਮੈਨੂੰ ਨਹੀਂ ਪਤਾ ਠੀਕ ਹੈ ਜੇ ਤੁਹਾਨੂੰ ਪਤਾ ਲੱਗੇ ਦੱਸ ਦਿਓ ਜਰੂਰ ਕਮਾਲ ਦੀਆਂ ਗੱਲਾਂ ਕਰਦੇ ਹੋ ਯਾਰ ਹਨ 50 ਦੇ ਵਿੱਚੋਂ ਕਿੰਨੇ ਆਉਣਗੇ ਹੁਣ ਮੈਂ ਕੋਈ ਰਾਬਾਂ ਵੀ ਮੈਂ ਦੱਸਦਾ ਐਨੀਆਂ ਪਤਾ 50 ਚੋਂ 5 ਆਏ ਐਨੀਆਂ ਪਤਾ 50 ਚੋਂ 1 ਵੀ ਨਾ ਆਵੇ ਮੈਂ ਰੱਬ ਤੋੜੀਆਂ ਆਪਾਂ ਤਾਂ ਐਕਸਪੈਕਟਿਡ ਕੁਐਸਚਨ ਕਰ ਰਹੇ ਆ ਮੋਸਟ ਇੰਪੋਰਟੈਂਟ ਕੁਐਸਚਨ ਕਰ ਰਹੇ ਆ ਇਹਦਾ ਉੱਤਰ ਕੀ ਹੋਏਗਾ ਇਹਨਾਂ ਦੇ ਵਿੱਚੋਂ ਤਾਂ ਆਸਟ੍ਰੇਲੀਆ ਹੈਗਾ ਇਹਨਾਂ ਦੇ ਵਿੱਚੋਂ ਤਾਂ ਦੋਸਤੋ ਆਸਟ੍ਰੇਲੀਆ ਜੇ ਐਗਜ਼ੈਕਟ ਜੇ ਸਹੀ ਉੱਤਰ ਜਾਨਣਾ ਚਾਹੁੰਦੇ ਹੋ ਪਹਿਲੀ ਕੰਟਰੀ ਹੈ ਕਿਹੜੀ ਸੀ ਉਹ ਸੀ ਨਿਊਜ਼ੀਲੈਂਡ ਉਹ ਸੀ ਨਿਊਜ਼ੀਲੈਂਡ ਜਿਨ੍ਹਾਂ ਨੇ ਪਹਿਲੀ ਵਾਰੀ ਔਰਤਾਂ ਨੂੰ ਵੋਟ ਪਾਉਣ ਦਾ voting ਕਰਨ ਦਾ ਅਧਿਕਾਰ ਦਿੱਤਾ ਸੀ ਉਹ ਪਹਿਲੀ ਕੰਟਰੀ ਕਿਹੜੀ ਸੀ ਦੋਸਤੋ ਨਿਊਜ਼ੀਲੈਂਡ ਨੈਕਸਟ ਕੁਐਸਚਨ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਸਥਾਪਨਾ ਕਿਹਦੇ ਰਾਜ ਦੇ ਅਧੀਨ ਕੀਤੀ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੇ ਕਿਹੜਾ ਰਾਜਾ ਸੀ ਇਹਨਾਂ ਦੇ ਵਿੱਚੋਂ ਦਾਦੋ ਜੀ ਜਲਦੀ ਨਾਲ ਇਸ ਕੁਐਸਚਨ ਦਾ ਉੱਤਰ ਦੇ ਦਿਓ ਕਹਿੰਦੇ ਭਾਈ ਫਿਰੋਜ਼ ਸ਼ਾ ਤੁਗਲਕ ਸਿਕੰਦਰ ਲੋਧੀ ਹਮਾਇਉਨ ਅਕਬਰ ਕੌਣ ਸੀਗਾ ਜੀ ਜਲਦੀ ਨਾਲ ਜਲਦੀ ਨਾਲ ਇਸ ਕੁਐਸਚਨ ਦਾ ਉੱਤਰ ਦੇ ਦਿਓ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਇਸ ਕੁਐਸਚਨ ਦਾ ਉੱਤਰ ਕੀ ਆ ਰਿਹਾ ਜੀ ਇਸ ਕੁਐਸਚਨ ਦਾ ਉੱਤਰ ਆਏਗਾ ਦੋਸਤੋ ਸਿਕੰਦਰ ਲੋਧੀ ਇਸ ਕੁਐਸਚਨ ਦਾ ਉੱਤਰ ਕੀ ਆਏਗਾ ਜੀ ਸਿਕੰਦਰ ਲੋਧੀ ਉੱਤਰ ਆਏਗਾ ਸਿਕੰਦਰ ਲੋਧੀ ਬਿਲਕੁਲ ਸਹੀ ਉੱਤਰ ਹੈ ਮੇਰੇ ਪਿਆਰੇ ਸਾਥੀਓ 750 ਲਾਈਕ ਪੂਰੇ ਕਰੋ 16 ਲਾਈਕ ਘਟਦੇ ਆ ਸਿਰਫ 750 ਲਾਈਕ ਪੂਰੇ ਕਰ ਦਿਓ ਜਲਦੀ ਨਾਲ 750 ਮਤਲਬ 750 750 ਜਲਦੀ ਨਾਲ ਮੈਨੂੰ ਸੱਚ ਸੱਚ ਦੱਸੋ ਨਜ਼ਾਰਾ ਆਇਆ ਕਿ ਨਹੀਂ ਨਜ਼ਾਰਾ ਆਇਆ ਕਿ ਨਹੀਂ ਸਵਾਦ ਆਇਆ ਕਲਾਸ ਦੇ ਵਿੱਚ ਕੱਲ ਨੂੰ ਸ਼ਾਮ ਨੂੰ 6 ਵਜੇ ਕੱਲ ਨੂੰ ਸੌਰੀ 5 ਵਜੇ ਸੌਰੀ 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 5 ਵਜੇ ਸੇਮ ਟਾਈਮ ਸੇਮ ਜਗਾ ਅਗਲੇ ਦਿਨ ਨਵੀਂ ਕਲਾਸ ਲੈ ਕੇ ਆਵਾਂਗੇ ਨਵੀਂ ਸੀਰੀਜ਼ ਨਵੇਂ ਕੁਐਸਚਨ ਲੈ ਕੇ ਆਵਾਂਗੇ ਸਾਰੇ ਜਣੇ ਰੈਡੀ ਰਹੋ ਦੋਸਤੋ ਨੌ ਲਾਈਕ ਕਰ ਦਿਆ 750 ਲਾਈਕ ਪੂਰੇ ਕਰ ਦਿਓ ਜੇ ਪੰਜਾਬ ਦੇ ਪੇਪਰਾਂ ਦੀ ਤਿਆਰੀ ਕਰ ਰਹੇ ਹੋ ਤੇ ਤੁਸੀਂ ਬੈਚ ਲੈਣਾ ਚਾਹੁੰਦੇ ਹੋ @247 ਦੀ ਐਪਲੀਕੇਸ਼ਨ ਦੇ ਵਿੱਚੋਂ ਐਪਲੀਕੇਸ਼ਨ ਨੂੰ ਇੱਥੋਂ ਡਾਊਨਲੋਡ ਕਰਿਓ ਜੋ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਲੱਗਿਆ ਹੋਇਆ ਡਾਊਨਲੋਡ ਕਰ ਲਿਓ ਕਿਸ ਤਰੀਕੇ ਨਾਲ ਬੈਚ ਲੈਣਾ ਕਿਹੜਾ ਕੋਡ ਯੂਜ਼ ਕਰਨਾ ਕੋਈ ਵੀ ਬੈਚ ਨੂੰ ਲੈਣ ਵਾਸਤੇ ਕੋਡ ਕਿਹੜਾ ਲਾਉਣਾ ਜੀ Y679 Y679 ਜਿਹੜਾ ਭਾਈ ਇਹ ਕੋਡ ਤੁਸੀਂ ਲਾ ਦਿਓ ਬੈਚ ਤੁਹਾਨੂੰ ਮਿਲ ਜੇਗਾ ਤੇ 22679 ਆਰਮੀ ਦਾ ਮਤਲਬ ਹੈ ਜਿਹੜੇ ਬੱਚੇ ਮੇਰੇ ਅੰਡਰ ਮੇਰੀ ਗਾਈਡੈਂਸ ਦੇ ਨਰਾ ਕੇ ਪੜ ਰਹੇ ਆ ਉਹ 22679 ਲਾ ਕੇ ਪੜ ਰਹੇ ਆ ਤਾਂ ਹੀ ਉਹਨਾਂ ਦਾ ਡਾਟਾ ਰਿਕਾਰਡ ਮੇਰੇ ਕੋਲੇ ਆਇਆ ਕਿਹੜੇ ਕਿਹੜੇ ਬੈਚ ਆ ਜੀ ਕਿਹੜੇ ਕਿਹੜੇ ਬੈਚ ਆ ਦੋਸਤੋ ਪੰਜਾਬ ਪੁਲਿਸ ਦਾ ਬੈਚ ਕੌਨਸਟੇਬਲ ਦਾ ਇਹ ਵੀ ਤੁਹਾਨੂੰ ਮਿਲ ਰਿਹਾ ਪੰਜਾਬ ਪੁਲਿਸ ਸਬ ਇੰਸਪੈਕਟਰ ਦਾ ਬੈਚ ਵੀ ਮਿਲ ਰਿਹਾ ਜੇ ਨਾਲ ਪਟਵਾਰੀ ਵੀ ਦੇਣਾ ਪਟਵਾਰੀ ਦਾ ਰਿਵੀਜ਼ਨ ਬੈਚ ਵੀ ਕੱਲ ਤੋਂ ਸ਼ੁਰੂ ਹੋਇਆ ਸੀ ਅੱਜ ਮੇਰੀ ਦੂਜੀ ਕਲਾਸ ਸੀ ਅੱਜ ਸਿਰਫ ਦੂਜੀ ਕਲਾਸ ਸੀ 11 ਤਰੀਕ ਤੋਂ ਸ਼ੁਰੂ ਹੋਇਆ ਜਿਹਦਾ ਮਨ ਹੈ ਨਾ ਪਟਵ ਉਸਰ ਦਾ ਤਰੀਕਾ ਵਧੀਆ ਫਤਿਹ ਸਰ ਪੰਜਾਬ ਜੀਕੇ ਕਰਾਉਣਗੇ ਮੈਨੂੰ ਇੱਥੇ ਨਾ ਦੱਸੋ ਕਿੰਨੇ ਆਏ ਆ ਜਦੋਂ ਵੀਡੀਓ ਖਤਮ ਹੋ ਗਈ ਬਾਅਦ ਚ 1 ਮਿੰਟ ਦਾ ਟਾਈਮ ਕੱਢ ਲਿਓ ਉਦੋਂ ਕਮੈਂਟ ਦੇ ਜਾ ਕੇ ਕਰਕੇ ਆਇਓ ਹੁਣ ਨਹੀਂ ਮੈਨੂੰ ਕੁਝ ਦਿਸ ਰਿਹਾ ਹੁਣ ਤਾਂ ਨੇਰੀ ਠਾਈ ਪੀਆ ਕਮੈਂਟਾਂ ਦੀ ਜੇ ਸਾਰੇ ਪੇਪਰਾਂ ਦੀ ਤਿਆਰੀ ਕਰਨੀ ਆ ਫਿਰ ਪੰਜਾਬ ਦਾ ਮਹਾ ਪੈਕ ਯੂਜ਼ ਕਰ ਲਿਓ Y679 ਹੀ ਇਹਦੇ ਤੇ ਕੋਡ ਲਾਉਣਾ ਹੈ Y679 ਕੋ ਉੱਪਰ ਕੋਡ ਹੀ ਲਾਉਣਾ ਕਿਸ ਤਰੀਕੇ ਨਾਲ ਬੈਚ ਜੁਆਇਨ ਹੋਏਗਾ ਕੀ ਤਰੀਕਾ ਹੋਏਗਾ ਕੀ ਪ੍ਰੋਸੈਸ ਹੋਏਗਾ ਉਹ ਤੁਹਾਨੂੰ ਮੈਂ ਦੱਸ ਦੇਣਾ ਜੀ ਆਪੋ ਆਪਣੇ ਫੋਨ ਦੇ ਵਿੱਚ ਕਰਨਾ ਕੀ ਆ ਸਾਰਿਆਂ ਨੇ ਆਪੋ ਆਪਣੇ ਫੋਨ ਦੇ ਵਿੱਚ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਲਿਓ ਐਪਲੀਕੇਸ਼ਨ ਦਾ ਲਿੰਕ ਤੁਹਾਡੇ ਡਿਸਕ੍ਰਿਪਸ਼ਨ ਦੇ ਵਿੱਚ ਲੱਗਿਆ ਹੋਇਆ ਜੀ ਜਿਨੇ ਹਲੇ ਤੱਕ ਐਪਲੀਕੇਸ਼ਨ ਨੂੰ ਬਾਈ ਡਾਊਨਲੋਡ ਨਹੀਂ ਕੀਤਾ ਉਹ ਇੱਕ ਵਾਰੀ ਐਪਲੀਕੇਸ਼ਨ ਨੂੰ ਜ਼ਰੂਰ ਡਾਊਨਲੋਡ ਕਰ ਲਿਓ ਤਾਂ ਕਿ ਤੁਹਾਨੂੰ ਦੱਸ ਸਕਾਂ ਮੈਂ ਕਿਸ ਤਰੀਕੇ ਨਾਲ ਐਪਲੀਕੇਸ਼ਨ ਡਾਊਨਲੋਡ ਕਰੰਦੋਂ ਬੈਚ ਨੂੰ ਜੁਆਇਨ ਕਰਨਾ ਹੈ ਮੈਨੂੰ ਕਮੈਂਟ ਬਾਕਸ 'ਚ ਦੱਸ ਕੇ ਜਾਈਓ ਕਿਵੇਂ ਨੰਬਰ ਬਣਿਆ ਹਲੇ ਨਹੀਂ ਮੈਨੂੰ ਕੁਝ ਦਿਖ ਰਿਹਾ ਜੀ ਆਹ ਲਓ ਜੀ ਇਸ ਤਰੀਕੇ ਨਾਲ ਬੈਚ ਨੂੰ ਜੁਆਇਨ ਕਰਨਾ ਕਿਹੜਾ ਮਰਜੀ ਬੈਚ ਲੈਣਾ ਹੋਵੇ ਇਸ ਤਰੀਕੇ ਨਾਲ ਬੈਚ ਨੂੰ ਜੁਆਇਨ ਕਰਨਾ ਹੈ ਦੋਸਤੋ ਅਡਾ 247 ਦੀ ਐਪਲੀਕੇਸ਼ਨ ਨੂੰ ਡ ਐਪਲੀਕੇਸ਼ਨ ਨੂੰ ਡਾਊਨਲੋਡ ਕਰਨ ਤੋਂ ਬਾਅਦ ਐਪਲੀਕੇਸ਼ਨ ਨੂੰ ਡਾਊਨਲੋਡ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਹੋ ਜਿਹਾ ਇੰਟਰਫੇਸ ਤੇ ਨਜ਼ਰ ਆਊਗਾ ਜੀ ਇਹਦੇ ਉੱਤੇ ਉੱਪਰ 올 ਕੋਰਸੇ ਤੇ ਕਲਿੱਕ ਕਰਕੇ ਆਪਦੇ ਸਟੇਟ ਐਗਜ਼ਾਮ ਐਗਜ਼ਾਮ ਕੈਟਾਗਰੀ ਤੇ ਜਾ ਕੇ SSC ਬੈਂਕਿੰਗ ਹੋਏਗਾ ਤੁਸੀਂ ਸਟੇਟ ਐਗਜ਼ਾਮ ਕਲਿੱਕ ਕਰ ਦਿਓ ਉਸ ਤੋਂ ਬਾਅਦ ਆਪ ਦੀ ਸਟੇਟ ਚੁਣ ਲਿਓ ਜੀ ਪੰਜਾਬ ਪੰਜਾਬ ਚੁਣਨ ਤੋਂ ਬਾਅਦ ਪੰਜਾਬ ਪੁਲਿਸ ਦਾ ਬੈਚ ਇਹਦੇ ਤੇ ਮਿਲੂਗਾ ਪੰਜਾਬ ਪੁਲਿਸ ਤੇ ਕਲਿੱਕ ਕਰਨਾ ਤੇ ਤੁਹਾਨੂੰ ਜੇ ਕਹਿੰਦੇ ਹੋ ਪਟਵਾਰੀ ਦੀ ਤਿਆਰੀ ਕਰ ਰਹੇ ਹੋ ਫਿਰ ਪੰਜਾਬ ਪਟਵਾਰੀ ਦਾ ਬੈਚ ਇਹਦੇ ਵਿੱਚ ਮਿਲੂਗਾ ਜੀ ਕੋਡ ਸਾਰਿਆਂ ਤੇ ਇੱਕੋ ਹੀ ਲੱਗੂਗਾ ਜੇ ਸਾਰੇ ਪੇਪਰ ਹੀ ਦੇਣੇ ਆ ਪਟਵਾਰੀ ਵੀ ਦੇਣਾ ਨਹਿਰ ਤਹਿਸੀਲਦਾਰ ਵੀ ਦੇਣਾ ਸਬ ਇੰਸਪੈਕਟਰ ਕਨਸਟੇਬਲ ਸਾਰਾ ਕੁਝ ਦੇਣਾ ਹੈ ਅਗੇ ਜੇਲ ਬਾਰਡਰ ਆ ਰਿਹਾ ਉਹ ਵੀ ਦੇਣਾ ਹੈ ਸਾਰੇ ਪੇਪਰਾਂ ਦੀ ਤਿਆਰੀ ਵਾਸਤੇ ਰਾਮ ਬਾਣ ਇਲਾਜ ਆ ਜੀ ਪੰਜਾਬ ਦਾ ਮਹਾ ਪੈਕ ਲੈ ਲਿਓ ਪ੍ਰੋਸੈਸ ਉਹਦਾ ਵੀ ਸੇਵਾ ਕਿਵੇਂ ਜੁਆਇਨ ਹੋਏਗਾ ਇੱਕ ਬੈਚ ਜੁਆਇਨ ਕਰਕੇ ਦੱਸ ਦੇਣਾ ਤੁਹਾਡੀ ਇੱਛਾ ਜੋ ਤੁਹਾਨੂੰ ਸਹੀ ਲੱਗਿਓ ਲੈ ਸਕਦੇ ਹੋ ਜੁਆਇਨ ਕਰਨ ਦਾ ਤਰੀਕਾ ਸੁਣ ਲਓ ਪੰਜਾਬ ਦੇ ਮਹਾ ਪੈਕ ਤੇ ਕਲਿੱਕ ਜਦੋਂ ਕਲਿੱਕ ਕਰ ਦਿੱਤਾ ਇਹਦੀ ਤੁਹਾਨੂੰ ਫੀਸ ਸ਼ੋ ਹੋਏਗੀ ਜੀ ਕਿੰਨੀ 13993 ਰੁਪਏ 13993 ਰੁਪਏ ਦੀ ਤੁਹਾਨੂੰ ਫੀਸ ਸ਼ੋ ਹੋਏਗੀ ਵਿਊ ਆਫਰਸ ਦੇ ਉੱਤੇ ਚਲੇ ਜਾਣਾ ਜੀ view offers ਦੇ ਉੱਤੇ ਜਾਣ ਤੋਂ ਬਾਅਦ ਇੱਥੇ ਪੁੱਛੂਗਾ ਇੰਟਰਾ ਕੂਪਨ ਕੋਡ ਇੰਟਰਾ ਕੂਪਨ ਕੋਡ ਦੇ ਵਿੱਚ ਜਾ ਕੇ Y679 ਭਰ ਦਿਓ Y679 Y679 ਜਦੋਂ ਭਰ ਦੋਗੇ 3219 ਰੁਪਏ ਦਾ ਬਚ ਰਹਿ ਜਾਏਗਾ ਹਲੇ ਰੁਕੋ ਸਬਰ ਕਰੋ ਮੇਰੇ ਕੋਲੇ ਆਇਓ ਤਾਂ ਕੁਝ ਲੈ ਕੇ ਜਾਓਗੇ ਜਦੋਂ Y679 ਲਾ ਦਿੱਤਾ ਐਪਲੀਕੇਸ਼ਨ 'ਚ ਚਲੇ ਜਾਓਗੇ ਨਾ ਇਹ ਤੁਹਾਨੂੰ 3080 ਦਾ ਹੀ ਮਿਲ ਜੂਗਾ ਸਿਰਫ 3080 ਦਾ ਪਰ ਕੋਡ ਯਾਦ ਰੱਖਿਓ ਮੀਂਹ ਨੇਰੀ ਤੂਫਾਨ ਚੱਕਰ ਜੋ ਵੀ ਆਵੇ ਕੋਡ ਆਪਾ ਹੀ ਲਉਣਾ ਕਿਉਂਕਿ ਇਹਦੇ ਨਾਲ ਤੁਸੀਂ ਮੇਰੀ ਮੈਂਟਰਸ਼ਿਪ ਦੇ ਹੰਡਰ ਆ ਰਹੇ ਹੋ ਮੇਰੀ ਗਾਈਡੈਂਸ ਦੇ ਹੰਡਰ ਆ ਰਹੇ ਹੋ ਇਸ ਬੈਚ ਕੀ ਕੁਝ ਮਿਲ ਰਿਹਾ 12 ਮਹੀਨਿਆਂ ਵਾਸਤੇ ਬੈਚ ਮਿਲ ਰਿਹਾ 1 ਸਾਲ ਵਾਸਤੇ ਪੰਜਾਬ ਦੇ ਜਿੰਨੇ ਵੀ ਪੇਪਰ ਹੋਣਗੇ ਜਿੰਨੇ ਵੀ ਬੈਚ ਅਸੀਂ ਲਾਂਚ ਕਰਾਂਗੇ ਹੋ ਸਕਦਾ ਪੰਜਾਬ ਪੁਲਿਸ ਤੋਂ ਪਹਿਲਾਂ 4 ਬੈਚ ਲਾਂਚ ਕਰ ਦਈਏ ਸਬ ਇੰਸਪੈਕਟਰ ਦੇ ਪਟਵਾਰੀ ਤੋਂ ਜਿੰਨੇ ਵੀ ਬੈਚ ਲਾਂਚ ਕਰਾਂਗੇ ਸਾਰੇ ਬੈਚ ਤੁਹਾਨੂੰ ਇਹਦੇ ਵਿੱਚ ਫ੍ਰੀ ਮਿਲਣਗੇ ਹਰੇਕ ਟੈਸਟ ਸੀਰੀਜ਼ ਹਰੇਕ ਈ-ਬੁੱਕ ਸਭ ਕੁਝ ਤੁਹਾਨੂੰ ਇਹਦੇ ਵਿੱਚ ਮਿਲਦਾ ਹੈ ਰਿਵੀਜ਼ਨ ਬੈਚ ਵੀ ਹੋਣਗੇ ਉਹ ਵੀ ਉਹਦੇ ਵਿੱਚ ਮਿਲਣਗੇ ਜੀ ਕਾਦੇ ਵਿੱਚ ਪੰਜਾਬ ਦੇ ਮ 3000 3080 ਰੁਪਏ ਦੇ ਨੇੜੇ ਜਿਹੜੇ ਆ ਨਹੀਂ ਅਫੋਰਡ ਕਰ ਸਕਦੇ ਕੋਈ ਗੱਲ ਨਹੀਂ 3000 ਆਪਣੇ ਕੋਲੇ ਨਹੀਂ ਹੈ ਮੈਂ ਮੰਨਦਾ ਜੀ ਸਭ ਦੀ ਘਰ ਦੀ ਕੰਡੀਸ਼ਨ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕੀ ਕੀ ਹੋ ਸਕਦੀ ਹੈ ਲਓ ਜੀ ਇਸ ਤਰੀਕੇ ਨਾਲ ਕੱਲਾ ਪੰਜਾਬ ਪੁਲਿਸ ਦਾ ਲੈਣਾ ਚਾਹੁੰਦੇ ਹੋ ਪੰਜਾਬ ਪੁਲਿਸ ਤੇ ਕਲਿੱਕ ਕਰ ਦਿਓ ਆਹ ਲਓ ਜੀ ਕੌਨਸਟੇਬਲ ਦਾ ਬੈਚ ਜਿਹੜਾ ਦੋਸਤੋ ਹੈ ਇਹ 11 April ਨੂੰ ਸ਼ੁਰੂ ਹੋਇਆ ਸਿਰਫ 2 ਦਿਨ ਦੀਆਂ ਕਲਾਸਾਂ ਲੱਗੀਆਂ ਸਿਰਫ ਦੋ ਦਿਨ ਦੀਆਂ ਕਲਾਸਾਂ ਇਹਨੂੰ ਜੁਆਇਨ ਕਰ ਸਕਦੇ ਹੋ ਪਟਵਾਰੀ ਦਾ ਰਿਵੀਜ਼ਨ ਬੈਚ ਵੀ ਪਿਆ ਉਹ ਜੇ ਵੀ ਦੋ ਦਿਨ ਦੀਆਂ ਕਲਾਸਾਂ ਲੱਗੀਆਂ ਪ੍ਰੋਸੈਸ ਸੇਮ ਆ ਮੰਨ ਲਓ ਮੈਂ ਪੰਜਾਬ ਪੁਲਿਸ ਜੁਆਇਨ ਕਰਨਾ ਮੈਂ ਪੰਜਾਬ ਪੁਲਿਸ ਕਨਸਟੇਬਲ ਤੇ ਕਲਿੱਕ ਕੀਤਾ ਜਦੋਂ ਮੈਂ ਇੱਥੇ ਗਿਆ ਮੈਨੂੰ ਫੀਸ ਦਿਖਾਈ 5999 ਮੈਂ ਬਾਏ ਨਾ ਉਤੇ ਕਰ ਲਿਆ ਬਾਈ ਨਾ ਉਤੇ ਕਰਨ ਤੋਂ ਬਾਅਦ ਐਂਟਰਾ ਕੂਪਨ ਕੋਡ ਤੇ ਜਾ ਕੇ Y679 ਹੀ ਦਬਾਉਣਾ ਹੈ ਜਦੋਂ Y679 ਲਾਇਆ 1379 ਰੁਪਏ ਦਾ ਬੈਚ ਰਹਿ ਗਿਆ ਇਹ ਬੈਚ ਨੂੰ ਮੈਂ ਜੁਆਇਨ ਕਰ ਲੂੰਗਾ ਜੀ ਇਸ ਤਰੀਕੇ ਨਾਲ ਫੀਸ ਭਰ ਕੇ ਪਰ ਕੋਡ ਕਿਹੜਾ Y679 ਇਹ ਕੋਡ ਤੋਂ ਬਾਅਦ ਤੁਸੀਂ ਮੇਰੀ ਮੈਂਟਰਸ਼ਿਪ ਦੇ ਅੰਡਰ ਮੇਰੀ ਗਾਈਡੈਂਸ ਦੇ ਅੰਡਰ ਮੇਰੀ ਰਹਿਨਮਾਈ ਦੇ ਹੇਠ ਆ ਰਹੇ ਹੋ ਜੀ ਅੱਜ ਦੀ ਕਲਾਸ ਦੇ ਵਿੱਚ ਇੰਨਾ ਹੀ ਆ ਜੀ ਕਲਾਸ ਦੇ ਵਿੱਚ ਕਿੰਨੇ ਸਕੋਰ ਆਏ 50 ਦੇ ਵਿੱਚੋਂ ਮੈਨੂੰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਬਾਅਦ ਚ ਦੱਸ ਕੇ ਜਾਇਓ ਨਾਲੇ 50 ਕਲਾਸਾਂ ਦਾ ਸਫਰ ਕਿਦਾਂ ਦਾ ਰਿਹਾ ਇਹ ਵੀ ਜ਼ਰੂਰ ਦੱਸਿਓ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ 1000 ਗੁਣੀ ਤਰੱਕੀ ਦੇਵੇ ਅੱਜ ਦੀ ਕਲਾਸ ਨੂੰ 35 ਸਮੇਟਾਂਗੇ ਜੀ ਇਸੇ ਤਰੀਕੇ ਨਾਲ ਸ਼ਾਮ ਨੂੰ 8 ਵਜੇ ਹਿਸਟਰੀ ਦੀ ਕਲਾਸ ਦੇ ਵਿੱਚ ਮਿਲਦੇ ਹਾਂ ਜਿਨ੍ਹਾਂ ਜਿਨ੍ਹਾਂ ਨੇ ਅਕਬਰ ਬਾਰੇ ਪੜ੍ਹਨਾ ਹੈ ਰਾਤ ਨੂੰ 8 ਵਜੇ ਡਿਟੇਲ ਦੇ ਵਿੱਚ ਪੜਾਉਣ ਜਾ ਰਹੇ ਹਾਂ ਅਕਬਰ ਬਾਰੇ ਸਾਰੇ ਜਣੇ ਆਜੋ ਅੱਜ ਦੀ ਕਲਾਸ ਦੇ ਵਿੱਚ ਇੰਨਾ ਹੀ ਹੈ ਜੀ ਸਾਰਿਆਂ ਨੂੰ ਆਦਾਬ ਨਮਸਕਾਰ ਰਾਮ ਰਾਮ ਖੁਦਾਬੇ ਸਤਿ ਸ਼੍ਰੀ ਅਕਾਲ